ਕੌਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੱਲਬਾਤ ਦੇ ਲਈ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਬੈਠੇ ਹਾਂ, ਜਿਨ੍ਹਾਂ ਨੇ ਐੱਮ ਫਿਲ ਦੀ ਪੜ੍ਹਾਈ ਦੇ ਵਿੱਚ ਦਾਖਲਾ ਲੈਣਾ ਸੀ। ਕੀ ਕਾਰਨ ਰਹਿ ਗਏ ਕਿ ਉਹਨਾਂ ਨੂੰ ਉਸ ਦਾਖਲੇ ਤੋਂ ਲਾਂਭੇ ਰਹਿਣਾ ਪਿਆ? ਇਹਨਾਂ ਇਸ ਵਾਰ 17 ਕੁ ਬੱਚਿਆਂ ਨੇ ਐੱਮ ਫਿਲ ਦਾ ਟੈਸਟ ਦਿੱਤਾ। ਗੁਰੂ ਨਾਨਕ ਰਿਲੀਜੀਅਸ ਸਟੱਡੀ ਜਿਹੜੀ ਉੱਥੇ ਪਾ ਗਿਆ, ਉਹਦੇ ਵਿੱਚ ਬੱਚਿਆਂ ਦਾ, ਵਿਦਿਆਰਥੀਆਂ ਦਾ ਇਹ ਦੋਸ਼ ਆ ਕਿ ਇਸ ਟੈਸਟ ਦੇ ਵਿੱਚ ਧਾਂਦਲੀ ਹੋਈ ਆ ਅਤੇ ਆਪਣੇ ਮਨਪਸੰਦ ਬੱਚੇ ਜਿਹੜੇ ਆ ਉਹ ਚੁਣੇ ਗਏ ਆ। ਬੜੇ ਗੰਭੀਰ ਇਲਜ਼ਾਮ ਨੇ। ਸੋ ਮੇਰੇ ਨਾਲ ਐੱਮ ਫਿਲ ਦੇ ਟੈਸਟ ਨੂੰ ਅਪਲਾਈ ਕਰ ਚੁੱਕੇ ਬੀਬੀ ਅਮਨੀਤ ਕੌਰ ਹਾਜ਼ਰ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂ, ਫਿਰ ਅੱਗੇ ਗੱਲ ਆਪਾਂ ਤੋਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਧਿਆਨ 'ਚ ਆਇਆ ਕਿ ਜਿਵੇਂ ਉੱਥੇ ਕੋਈ ਗੜਬੜ ਹੋਈ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਉਸ ਦਾ ਮੁੱਢ ਕੀ ਮੰਨਦੇ ਹੋ, ਗੱਲ ਵਾਪਰੀ ਕੀ ਆ? ਹਾਂਜੀ ਵੀਰ ਜੀ, ਸਾਡੇ ਡਿਪਾਰਟਮੈਂਟ ਦੇ ਵਿੱਚ ਨਾ ਦੋ ਸਬਜੈਕਟਸ ਚੱਲਦੇ, ਰਿਲੀਜੀਅਸ ਸਟੱਡੀਜ਼ ਅਤੇ ਫਿਲੋਸਫੀ। ਫਿਲੋਸਫੀ ਦੇ ਲਈ ਉੱਥੇ ਸਿਰਫ ਮਾਸਟਰਸ ਹੈ ਅਤੇ ਰਿਲੀਜੀਅਸ ਸਟੱਡੀਜ਼ ਦੇ ਲਈ ਮਾਸਟਰਸ, ਐੱਮ ਫਿਲ ਅਤੇ ਪੀ ਐੱਚ ਡੀ ਹੈ। ਸੋ ਐੱਮ ਫਿਲ ਰਿਲੀਜੀਅਸ ਸਟੱਡੀਜ਼ ਦਾ ਪੇਪਰ ਸੀਗਾ ਅਤੇ ਉਹਦੇ ਲਈ 17 ਬੱਚਿਆਂ ਨੇ ਅਪਲਾਈ ਕਰਿਆ। ਪੇਪਰ ਹੋਇਆ, ਪੇਪਰ ਦੇਣ ਲਈ ਅਸੀਂ ਗਏ ਤਾਂ ਉੱਥੇ ਅਸੀਂ ਦੇਖਿਆ ਕਿ ਸਾਡੇ ਪੇਪਰ ਦੇ ਉੱਪਰ ਟਾਈਮ ਲਿਖਿਆ ਸੀ 1 ਘੰਟਾ, ਅਤੇ ਉੱਥੇ ਅਨਾਊਂਸ ਵੀ 1 ਘੰਟਾ ਹੀ ਕਰਿਆ ਗਿਆ। ਸੋ ਉਸ ਹਿਸਾਬ ਨਾਲ ਅਸੀਂ ਆਲਮੋਸਟ ਸਾਰੇ ਬੱਚਿਆਂ ਨੇ, ਕਿਸੇ ਨੇ 45 ਮਿੰਟ ਵਿੱਚ, 40 ਮਿੰਟ ਵਿੱਚ ਪੇਪਰ ਆਪਦਾ ਖਤਮ ਕਰ ਲਿਆ। ਲੇਕਿਨ ਜਦੋਂ ਅਸੀਂ ਬਾਕੀ ਬੱਚੇ ਬਾਹਰ ਚਲੇ ਗਏ ਤਾਂ ਬਾਅਦ ਵਿੱਚ ਅਸੀਂ ਸਾਡੇ ਦੇਖਣ ਵਿੱਚ ਇਹ ਆਇਆ ਕਿ ਉੱਥੇ ਅਜੇ ਵੀ 2-3 ਬੱਚੇ ਬੈਠੇ ਪੇਪਰ ਕਰ ਰਹੇ ਸਨ। ਇਹ ਗੱਲ ਕਦੋਂ ਦੀ ਆ? ਇਹ ਜੀ ਪੇਪਰ ਵਾਲੇ ਦਿਨ 28 ਜੁਲਾਈ ਨੂੰ ਇਹ ਪੇਪਰ ਹੋਇਆ। ਉਸ 2-3 ਦਾ ਟਾਈਮ ਸੀ ਪੇਪਰ ਦਾ, ਅਤੇ ਅਸੀਂ ਦੇਖਿਆ ਕਿ 3:15 ਵਜੇ ਤੱਕ ਉੱਥੇ ਬੱਚੇ ਬੈਠੇ ਰਹੇ, ਅਤੇ ਬਾਅਦ ਵਿੱਚ ਅਸੀਂ ਇਹ ਦੇਖਿਆ ਕਿ ਜਿਹੜੇ ਬੱਚੇ ਬੈਠੇ ਸੀਗੇ ਉਹੀ ਬੱਚਿਆਂ ਨੇ ਟੌਪ ਕੀਤਾ ਅਤੇ ਉਹੀ ਬੱਚਿਆਂ ਨੂੰ ਸੀਟਾਂ ਵੀ ਮਿਲ ਗਈਆਂ। ਕਿੰਨੇ ਬੱਚੇ ਬੈਠੇ ਰਹੇ? 2 ਬੱਚੇ ਜੀ ਬੈਠੇ ਸੀ। ਅਤੇ ਫਿਰ ਉਸ ਤੋਂ ਬਾਅਦ ਵਿੱਚ ਇਹ 1 ਪੁਆਇੰਟ ਹੋਇਆ। ਦੂਸਰਾ ਪੁਆਇੰਟ ਮੇਨ ਇਹ ਸੀਗਾ ਕਿ ਸਾਡੇ ਕੁਸ਼ਚਨ ਪੇਪਰਸ ਡਿਫਰੈਂਟ ਸੀ, ਜੋ ਕਿ ਐਜ਼ ਪਰ ਯੂ ਜੀ ਸੀ ਬਿਲਕੁਲ ਇਲੀਗਲ ਹੈ, ਕਿਉਂਕਿ ਇਹ 1 ਸਬਜੈਕਟ ਦਾ ਪੇਪਰ ਆ। ਅਗਰ ਸੈਟਸ ਵੀ ਤੁਸੀਂ ਪਾਉਣੇ ਆ ਤਾਂ ਉਹਦਾ ਵੀ ਉੱਪਰ ਮੈਨਸ਼ਨਡ ਹੁੰਦਾ ਕਿ ਸੈੱਟ 1, ਸੈੱਟ 2, ਸੈੱਟ 3, ਐਵੇਂ ਦਾ ਕੁਛ ਮੈਨਸ਼ਨ ਨਹੀਂ ਸੀ, ਸਿੱਧੇ ਹੀ ਬਸ ਕੁਸ਼ਚਨਸ ਡਿਫਰੈਂਟ ਸੀਗੇ। ਜਦਕਿ ਪੜ੍ਹਾਈ ਇੱਕੋ ਲਈ ਟੈਸਟ ਸੀਗਾ, ਇੱਕੋ ਕਲਾਸ ਦਾ ਟੈਸਟ ਸੀ, ਸੇਮ ਸਬਜੈਕਟ ਸੇਮ ਕਲਾਸ। ਅਤੇ ਜੇ ਸੈਟਸ ਵੀ ਬਣਦੇ ਨੇ ਨਾ ਯੂ ਜੀ ਸੀ ਦੇ ਐਗਜ਼ਾਮ ਵਿੱਚ ਤਾਂ ਕੁਸ਼ਚਨਸ ਸ਼ਫਲ ਹੁੰਦੇ ਆ, ਚੇਂਜ ਨਹੀਂ ਹੁੰਦੇ, ਲੇਕਿਨ ਇੱਥੇ ਅਸੀਂ ਇਹ ਦੇਖਿਆ ਕੁਸ਼ਚਨਸ ਡਿਫਰੈਂਟ ਹੀ ਸੀ, ਬਿਲਕੁਲ ਡਿਫਰੈਂਟ ਸੀ। ਤੁਹਾਡੇ ਕੋਲ ਉਹ ਕੁਸ਼ਚਨ ਪੇਪਰ ਕਿੱਦਾਂ ਆਏ ਜੀ? ਉਹ ਸਾਡੇ ਕੋਲ ਹੁਣ ਕੁਸ਼ਚਨ ਪੇਪਰਸ ਨਹੀਂ ਹੈਗੇ, ਕਿਉਂਕਿ ਸਾਡੇ ਕੋਲ ਅਸੀਂ ਓਬਜੈਕਟਿਵ ਟਾਈਪ ਪੇਪਰ ਸੀ, ਅਸੀਂ ਕੁਸ਼ਚਨ ਪੇਪਰ ਦੇ ਉੱਪਰ ਹੀ ਟਿਕ ਮਾਰਕ ਕਰਨਾ ਸੀ। ਸੋ ਟਿਕ ਮਾਰਕ ਕਰਕੇ ਅਸੀਂ ਪੇਪਰ ਵਾਪਸ ਦੇ ਦਿੱਤੇ। ਉਹ ਤਾਂ ਵੈਸੇ ਹੀ ਇਤਫਾਕ ਨਾਲ ਜਿਵੇਂ ਆਪਾਂ ਆ ਕੇ ਆਪਸ 'ਚ ਕੁਸ਼ਚਨਸ ਡਿਸਕਸ ਕਰੀਦੇ ਨੇ ਨਾ, ਤਾਂ ਅਸੀਂ ਆਪਸ 'ਚ ਇੱਕ ਦੂਜੇ ਨਾਲ ਡਿਸਕਸ ਕਰੇ ਅਤੇ ਸਾਡੇ ਕੁਸ਼ਚਨ ਹੀ ਨਹੀਂ ਰਲਦੇ ਸੀ। ਉੱਥੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਾਡੇ ਦੇ ਪੇਪਰ ਹੀ ਡਿਫਰੈਂਟ ਸੀਗੇ, ਅਤੇ ਇਹ 2 ਗੱਲਾਂ ਸਾਡੀਆਂ ਸਭ ਤੋਂ ਮੇਨ ਵਾਪਰੀਆਂ। ਉਸ ਤੋਂ ਇਲਾਵਾ ਉੱਥੇ ਇਹ ਦੇਖਣ ਨੂੰ ਮਿਲਿਆ ਕਿ ਯੂਨੀਵਰਸਿਟੀ ਲੈਵਲ 'ਤੇ, ਮੈਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵੀ ਐੱਮ ਫਿਲ ਦਾ ਐਗਜ਼ਾਮ ਦੇ ਕੇ ਆਈ ਹਾਂ, ਕੋਈ ਯੂਨੀਵਰਸਿਟੀ ਦਾ ਇੱਕ ਸਟੈਂਡਰਡ ਹੁੰਦਾ ਹੈ, ਕੋਈ ਸਿਟਿੰਗ ਅਰੇਂਜਮੈਂਟ ਹੁੰਦਾ, ਕੋਈ ਅਟੈਂਡੈਂਸ ਲਿਸਟ ਲੱਗਦੀ ਆ, ਕੋਈ ਜੇ ਸਾਨੂੰ 1/2 ਘੰਟਾ ਪਹਿਲਾਂ ਬੁਲਾਇਆ ਗਿਆ ਤਾਂ ਉੱਥੇ 1/2 ਘੰਟਾ ਪਹਿਲਾਂ ਟੀਚਰਸ ਵੀ ਆਏ ਹੁੰਦੇ ਆ, ਅਟੈਂਡੈਂਸ ਹੁੰਦੀ ਆ, ਐਵੇਂ ਦਾ ਸਾਨੂੰ ਕੁਛ ਦੇਖਣ ਨੂੰ ਨਹੀਂ ਮਿਲਿਆ। ਇਸੇ ਕਰਕੇ ਮੈਂ ਅਸੀਂ ਤੁਹਾਨੂੰ ਜਿਵੇਂ ਦੱਸਿਆ ਕਿ 18 ਬੱਚਿਆਂ ਨੇ ਪੇਪਰ ਦਿੱਤਾ, ਅਪਲਾਈ 17 ਨੇ ਕੀਤਾ ਸੀ। ਜਿਹੜਾ ਉਹ 18ਵਾਂ ਬੱਚਾ ਸੀਗਾ ਉਹਦੇ ਕੋਲ ਨਾ ਤਾਂ ਰੋਲ ਨੰਬਰ ਕਾਰਡ ਸੀ, ਨਾ ਹੀ ਉਹਨੇ ਅਪਲਾਈ ਕੀ, ਉਹਦਾ ਅਟੈਂਡੈਂਸ ਲਿਸਟ 'ਤੇ ਨਾਮ ਸੀ, ਲੇਕਿਨ ਉਹ ਬੱਚਾ ਟੌਪ ਵੀ ਕਰ ਗਿਆ। ਸੋ ਇਹ ਸਾਰੀਆਂ ਗੱਲਾਂ ਅਸੀਂ ਦੇਖੀਆਂ, ਅਤੇ ਫਿਰ ਉੱਥੋਂ ਫਿਰ ਸਾਨੂੰ ਇਹ ਗੱਲ ਦਾ ਪੂਰਾ ਯਕੀਨ ਹੋਇਆ ਕਿ ਵੀ ਇਸ ਚੀਜ਼ ਦੇ ਵਿੱਚ ਪ੍ਰੋਬਲਮ ਆ। ਫਿਰ ਅਸੀਂ ਇਸ ਗੱਲ ਦੀ ਰਿਪੋਰਟ ਉਸੇ ਦਿਨ ਹੀ ਸ਼ਾਮੀ ਆ ਕੇ ਅਸੀਂ ਰਿਟਨ ਦੇ ਵਿੱਚ ਰਿਪੋਰਟ ਹਾਇਰ ਅਥੋਰਿਟੀਜ਼ ਨੂੰ ਕਰੀ। ਸਾਨੂੰ ਇਹ ਕਿਹਾ ਗਿਆ ਕਿ ਠੀਕ ਆ, ਇਸ ਗੱਲ ਉੱਪਰ ਕਰਿਆ ਕੋਈ ਕਾਰਵਾਈ ਕਰੀ ਜਾਏਗੀ।
ਤਿੰਨ ਚਾਰ ਦਿਨ ਅਸੀਂ ਵੇਟ ਕਰਦੇ ਰਹੇ, ਕਾਰਵਾਈ ਨਹੀਂ ਹੋਈ, ਜਾ ਕੇ ਖੁਦ ਪੁੱਛਿਆ ਡੀਨ ਆਫਿਸ, ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੈੱਡ ਨਾਲ ਗੱਲ ਕਰ ਲਈ, ਉਹ ਕਹਿੰਦੇ ਐਵੇਂ ਦਾ ਕੁਝ ਹੋਇਆ ਹੀ ਨਹੀਂ। ਅਸੀਂ ਕਿਹਾ ਜੀ ਇਹੀ ਤਾਂ ਸਾਰੀ ਪ੍ਰੋਬਲਮ ਹੈ ਕਿ ਉਹਨਾਂ ਨੇ ਤਾਂ ਕਹਿਣਾ ਹੀ ਆ, ਤੁਸੀਂ ਉਹਨਾਂ ਨੂੰ ਬੁਲਾਓ, ਅਸੀਂ ਤੁਹਾਨੂੰ ਪਰੂਫਸ ਦਿੰਦੇ ਹਾਂ। ਅਤੇ ਫਿਰ ਜਿਹੜਾ ਪੇਪਰ ਸੈੱਟ ਕਰਨ ਦਾ ਸਟੈਂਡਰਡ ਸੀ, ਪੇਪਰ ਪਹਿਲੀ ਗੱਲ ਤਾਂ ਯੂ ਜੀ ਸੀ ਦੇ ਵਿੱਚ ਪੇਪਰ ਹਮੇਸ਼ਾ ਇੰਗਲਿਸ਼ ਵਿੱਚ ਜਾਂ ਹਿੰਦੀ ਵਿੱਚ ਸੈੱਟ ਹੁੰਦਾ, ਕਿਉਂਕਿ ਇੰਗਲਿਸ਼ ਮੀਡੀਅਮ ਦੇ ਵਿੱਚ ਕਈ ਬੱਚੇ ਕਰਦੇ ਨੇ, ਪੰਜਾਬੀ ਦੇ ਵਿੱਚ ਵੀ ਪੇਪਰ ਸੈੱਟ ਹੁੰਦਾ, ਪੰਜਾਬੀ 'ਚ ਸੈੱਟ ਹੋਵੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਸਾਨੂੰ ਜ਼ਰੂਰ ਸੈੱਟ ਹੋਵੇ, ਲੇਕਿਨ ਉਹਦੇ ਨਾਲ ਦੂਸਰੀ ਲੈਂਗੁਏਜ ਹੋਣੀ ਵੀ ਤਾਂ ਜ਼ਰੂਰੀ ਹੈ ਨਾ, ਕਿਉਂਕਿ ਕਈ ਟਰਮੀਨੋਲੋਜੀਜ਼ ਹੁੰਦੀਆਂ ਨੇ ਜਿਹੜੀਆਂ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਨੂੰ ਇੰਗਲਿਸ਼ 'ਚ ਹੀ ਸਮਝ ਆ ਰਹੀਆਂ ਹੁੰਦੀਆਂ ਨੇ, ਅਤੇ ਉਹ ਚੀਜ਼ ਵੀ ਉੱਥੇ ਹੈ ਨਹੀਂ ਸੀ। ਉਸ ਤੋਂ ਇਲਾਵਾ ਜਿਹੜਾ ਯੂ ਜੀ ਸੀ ਦੇ, ਅਗਰ ਆਪਾਂ ਯੂ ਜੀ ਸੀ ਦੀ 2016 ਦੀ ਨੋਟੀਫਿਕੇਸ਼ਨ ਦੇਖੀ ਐਮ ਫਿਲ ਅਤੇ ਪੀ ਐੱਚ ਡੀ ਦੀ, ਉਸ ਨੋਟੀਫਿਕੇਸ਼ਨ ਦੇ ਕਲੋਜ਼ ਨੰਬਰ 5 ਦੇ 5.4.1 ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਐਮ ਫਿਲ ਦਾ ਜਿਹੜਾ ਪੇਪਰ ਆ ਇਹ 2-stage ਪ੍ਰੋਸੈਸ ਹੁੰਦਾ। ਇਹਦੇ ਵਿੱਚ 70% ਵੇਟੇਜ ਤੁਹਾਡੇ ਐਂਟਰੈਂਸ ਟੈਸਟ ਦੀ ਹੁੰਦੀ ਆ, ਜਿਹਦੇ ਵਿੱਚ 50% ਕੁਸ਼ਚਨਸ ਰਿਸਰਚ ਮੈਥਡੋਲੋਜੀ ਦੇ ਅਤੇ 50% ਕੁਸ਼ਚਨ ਤੁਹਾਡੇ ਸਬਜੈਕਟ ਦੇ ਹੋਣੇ ਚਾਹੀਦੇ ਆ, ਜੋ ਕਿ ਨਹੀਂ ਸੀ। ਜੋ ਬਾਅਦ ਵਿੱਚ ਜਦੋਂ ਅਸੀਂ ਹਾਇਰ ਅਥੋਰਿਟੀਜ਼ ਨੂੰ ਪੁੱਛਿਆ ਤਾਂ ਉਹ ਸਾਨੂੰ ਕਹਿੰਦੇ ਨੇ ਕਿ ਇਹ ਕੋਈ ਇੰਨੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਜਿਹੜਾ ਐਮਫਿਲ ਦਾ ਪੇਪਰ ਹੁੰਦਾ ਡਿਪਾਰਟਮੈਂਟ ਦੇ ਬੇਸਿਸ 'ਤੇ ਤੁਸੀਂ ਜੋ ਮਰਜ਼ੀ ਸਿਲੇਬਸ ਸੈੱਟ ਕਰਕੇ ਕਰ ਸਕਦੇ ਹੋ, ਅਤੇ ਸਿਲੇਬਸ ਜੋ ਅਸੀਂ ਵੈਬਸਾਈਟ 'ਤੇ ਪਾਇਆ ਸੀ ਉਹਦੇ ਅਕੋਰਡਿੰਗ ਹੀ ਪੇਪਰ ਆਇਆ। ਠੀਕ ਆ, ਆਇਆ, ਲੇਕਿਨ ਇਹਦੇ ਵਿੱਚ ਫਿਰ ਯੂਨੀਵਰਸਿਟੀ ਦਾ ਸਟੈਂਡਰਡ ਕਿੱਥੇ ਗਿਆ? ਅਗਰ ਯੂਨੀਵਰਸਿਟੀ ਯੂ ਜੀ ਸੀ ਨਾਲ ਐਫਲੀਏਟਡ ਆ ਤਾਂ ਕੀ ਇਹ ਹੋਣਾ ਨਹੀਂ ਚਾਹੀਦਾ ਕਿ ਤੁਸੀਂ ਉਹਦੇ ਸਟੈਂਡਰਡਸ ਦੇ ਅਕੋਰਡਿੰਗ ਹੀ ਪੇਪਰ ਪਾਓ? ਕੁੱਲ ਮਿਲਾ ਕੇ ਗੜਬੜੀ ਦੀ ਜੜ ਕਿੱਥੇ? ਗੜਬੜੀ ਦੀ ਜੜ ਉਹ ਤਾਂ ਜੀ ਬਹੁਤ ਗਹਿਰੀ ਹੈ। ਜੜ ਜੇ ਤਾਂ ਜੇ ਲੱਭਣ ਚੱਲੀਏ ਤਾਂ ਫਿਰ ਸਾਨੂੰ ਪਿਛਲੇ 2 ਸਾਲਾਂ ਦਾ ਜੋ ਅਸੀਂ ਆਪ ਜੀ ਨਾਲ ਸਾਰਾ ਹੁਣ ਸ਼ੇਅਰ ਕਰਾਂਗੇ ਕਿ ਅਸੀਂ ਇੱਥੇ 2016 ਦੇ ਵਿੱਚ ਜੀ ਦਾਖਲਾ ਲਿਆ, ਅਤੇ 2016 ਤੋਂ ਹੀ ਜੋ ਸਾਡੇ ਨਾਲ ਵਾਪਰਿਆ ਉਹ ਸਾਰੀ ਚੀਜ਼ ਨੇ ਇਸ ਗੱਲ ਦਾ ਮੁੱਢ ਬੱਝਿਆ। ਇਹ ਹੋਇਆ ਇਸ ਤਰ੍ਹਾਂ ਵੀਰ ਜੀ ਕਿ ਦੇਖੋ ਅਸੀਂ ਜਦੋਂ ਇੱਥੇ ਆਏ ਸੀ ਨਾ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਕਲਾਸ ਦੇ ਵਿੱਚ ਅਸੀਂ 8 ਵਿਦਿਆਰਥੀ ਸਾਂ, ਅਤੇ ਮਹਾਰਾਜ ਦੀ ਕਿਰਪਾ ਹੋਈ, ਅਸੀਂ ਸਾਰੇ ਬੱਚੇ ਹੀ, ਸਾਡਾ ਪਿੱਛੋਂ ਬੈਕਗਰਾਉਂਡ ਇਸ ਤਰੀਕੇ ਨਾਲ ਸੀ ਕਿ ਅਸੀਂ ਸਾਰੇ ਜਣੇ ਸਟੱਡੀ ਨੂੰ ਬਹੁਤ ਸੀਰੀਅਸ ਲੈ ਕੇ ਆਏ ਸੀ, ਕਿਉਂਕਿ ਸਾਨੂੰ ਇਹ ਸੀਗਾ ਕਿ ਪੰਥ ਦੇ ਵਿੱਚ ਬਹੁਤ ਵੱਡੇ ਵੱਡੇ ਵਿਵਾਦ ਪੈਦਾ ਹੋਏ, ਜਿਵੇਂ ਦੇਖੋ ਹੁਣ ਦਸਮ ਗ੍ਰੰਥ ਦਾ ਵਿਵਾਦ ਚੱਲ ਰਿਹਾ ਜਾਂ ਸੰਤ ਸਮਾਜ ਅਤੇ ਮਿਸ਼ਨਰੀਆਂ ਦਾ ਆਪਸ ਵਿੱਚ ਟਕਰਾਅ ਚੱਲ ਰਿਹਾ। ਅਸੀਂ ਇਸ ਗੱਲ ਨੂੰ ਸਮਝਿਆ ਕਿ ਦੇਖੋ ਇਹ ਜੋ ਐਡੇ ਵੱਡੇ ਵਿਵਾਦ ਚੱਲ ਰਹੇ ਨੇ, ਇਹਨਾਂ ਦਾ ਹੱਲ ਦੇਣ ਲਈ ਸਾਡੇ ਧਰਮ ਅਧਿਐਨ ਵਿਭਾਗਾਂ ਨੂੰ ਕੋਈ ਸੰਜੀਦਾ ਸਕਾਲਰਸ ਪੈਦਾ ਕਰਨੇ ਪੈਣੇ ਆ, ਜੋ ਇਹ ਕਰ ਸਕਣ, ਕੋਈ ਗੱਲ ਤੁਰੇ, ਕੋਈ ਡਾਇਲੋਗ ਹੋਵੇ, ਕਿਸੇ ਤਰੀਕੇ ਨਾਲ ਕੋਈ ਹੱਲ ਨਿਕਲੇ, ਕਿਉਂਕਿ ਅਦਰਵਾਈਜ਼ ਤਾਂ ਗੱਲ ਵੱਧਦੀ ਜਾਂਦੀ, ਲੜਾਈ ਜਿੰਨੀ ਮਰਜ਼ੀ ਵਧਾਈ ਜਾਓ। ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ, ਜਿਵੇਂ ਮੈਂ ਵੀ ਜੋਬ ਵਿੱਚ ਸੀ, ਮੇਰੇ ਨਾਲ ਹੋਰ ਵੀ ਸਟੂਡੈਂਟਸ ਆਪਦੇ ਹੋਰ ਕੰਮਾਂ ਤੋਂ ਕਰਕੇ, ਅਸੀਂ ਸੋਚਿਆ ਕਿ ਚਲੋ ਜਿੰਨੀ ਕੁ ਹੋ ਸਕੇ ਆਪਾਂ ਕੋਸ਼ਿਸ਼ ਕਰੀਏ, ਤਾਂ ਕਰਕੇ ਅਸੀਂ ਇਸ ਵਿਭਾਗ ਵਿੱਚ ਆਏ ਸਾਂ। ਲੇਕਿਨ ਜਦੋਂ ਅਸੀਂ ਆਏ ਇੱਥੇ ਆ ਕੇ ਤਾਂ ਅਸੀਂ ਹੋਰ ਵੀ ਜ਼ਿਆਦਾ, ਸਾਡਾ ਮਨ ਦੁਖੀ ਹੋਇਆ, ਕਿਉਂਕਿ ਇੱਥੇ ਕੰਮ ਉਦੋਂ ਵੀ ਜ਼ਿਆਦਾ ਖਰਾਬ ਸੀ। ਕਿਵੇਂ ਖਰਾਬ ਸੀ? ਕਿ ਇੱਥੇ ਅਸੀਂ ਦੇਖਿਆ ਕਿ ਇੱਥੇ ਦੇ ਜਿਹੜੀਆਂ ਦੋ ਆਈਡੀਓਲੋਜੀਜ਼ ਦੀ ਇੱਥੇ ਟੱਕਰ ਚੱਲ ਰਹੀ ਸੀ, ਸਿੱਖੀ ਦੀ ਅਤੇ ਪੰਜਾਬੀਅਤ ਦੀ। ਸਭ ਤੋਂ ਪਹਿਲਾਂ ਉਹਦਾ ਐਗਜ਼ਾਮਪਲ ਸਾਡੇ ਸਾਹਮਣੇ ਉਦੋਂ ਆਇਆ ਕਿ ਜਦੋਂ ਅਸੀਂ ਨਵੇਂ ਆਏ ਤਾਂ ਸਾਨੂੰ ਇਹਨਾਂ ਨੇ ਕਿਹਾ ਕਿ ਜੀ ਅਸੀਂ ਨਾ ਫਰੈਸ਼ਰਸ ਦੇ ਨੂੰ ਡੀਜੇ ਪਾਰਟੀ ਦੇਣੀ ਹੈ। ਅਸੀਂ ਬੜੇ ਹੈਰਾਨ ਹੋਏ, ਅਸੀਂ ਕਿਹਾ ਕਿ ਅਸੀਂ ਧਰਮ ਦੇ ਵਿਭਾਗ ਵਿੱਚ ਆਏ ਹਾਂ, ਚਲੋ ਕਿਸੇ ਹੋਰ ਵਿਭਾਗ ਵਿੱਚ ਇਹ ਹੁੰਦਾ ਹੋਵੇ ਮੰਨਿਆ ਵੀ ਜਾ ਸਕਦਾ, ਲੇਕਿਨ ਸਾਡੇ ਵਿਭਾਗ ਧਰਮ ਦੇ ਵਿਭਾਗ ਵਿੱਚ ਡੀਜੇ ਪਾਰਟੀ, ਅਤੇ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਹੈ। ਪੰਜਾਬੀਅਤ ਦੀ ਥਾਂ 'ਤੇ ਐਂ ਲੱਗਦਾ ਕਿ ਜਿਵੇਂ ਜਿਹੜੀ ਚੀਜ਼ ਨੂੰ ਸਟੇਟ ਪ੍ਰਮੋਟ ਕਰ ਰਹੀ ਹੈ, ਮੈਨੂੰ ਤਾਂ ਐਂ ਲੱਗਦਾ। ਹਾਂਜੀ, ਤੁਸੀਂ ਇਹ ਗੱਲ, ਜਿਸ ਨੂੰ ਸਟੇਟ ਸਾਰੇ ਪਾਸੇ ਤੋਂ ਪ੍ਰਮੋਟ ਕਰ ਰਹੀ ਹੈ, 90 ਸਾਲ ਤੋਂ ਬਾਅਦ ਜਦੋਂ ਜੁਝਾਰੂ ਦੌਰ ਦਾ, ਹਥਿਆਰਬੰਦ ਦੌਰ ਦਾ ਜਦੋਂ ਕਹਿ ਲਓ ਸੂਰਜ ਛਿਪਿਆ, ਉਸ ਤੋਂ ਬਾਅਦ ਜਿਵੇਂ ਪ੍ਰਮੋਸ਼ਨ ਹੋਈ, ਮੈਨੂੰ ਯਾਦ ਆ ਕਿ ਆਪਾਂ ਅਕਸਰ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਕਿ ਇੱਕ ਲਫ਼ਜ਼ ਆ ਕਿ ਉਸ ਨੂੰ ਕਿਹਾ ਗਿਆ ਕਿ ਕੰਜਰ ਗਿੱਧਾ, ਜਿਹਨੂੰ ਇਸ ਨਾਲ ਅਖਾੜੇ ਕਹੇ ਗਏ। ਉਹ ਅਖਾੜੇ, ਪਹਿਲਾ ਅਖਾੜਾ ਜਿਹੜਾ ਵਾ ਪਿੰਡ ਪੰਜਵੜ ਦੇ ਵਿੱਚ, ਜਿੱਥੋਂ ਦੇ ਦੋ ਜਰਨੈਲ ਹੋਏ ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੇ ਪਿੰਡ ਦੇ ਵਿੱਚ ਕੇ ਪੀ ਐੱਸ ਗਿੱਲ ਨੇ ਉਹ ਅਖਾੜਾ ਲਵਾਇਆ, ਅਤੇ ਉਹ ਅਖਾੜੇ ਜਿਹੜੇ ਆ ਡੀ ਜੇ ਸਿਸਟਮ ਦੇ ਵਿੱਚ, ਪਾਰਟੀਸ ਦੇ ਰੂਪ ਦੇ ਵਿੱਚ ਅੱਜ
ਸਿੱਖਿਆ ਦੇ ਗੁਰਮਤਿ ਸਿੱਖਿਆ ਦੇ ਵਿਭਾਗਾਂ ਦੇ ਵਿੱਚ ਚੱਲ ਰਿਹਾ। ਹਾਂਜੀ, ਇਹੀ ਗੱਲ ਤੋਂ ਸਾਨੂੰ ਪ੍ਰੋਬਲਮ ਹੋਈ ਕਿ ਦੇਖੋ ਜਿਹੜਾ ਇਹ ਜਿਹੜਾ ਪੰਜਾਬੀ ਕਲਚਰ ਹੈ ਨਾ, ਇਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਨੇ, ਇੱਕ ਤਾਂ ਲੱਚਰਤਾ, ਇੱਕ ਵੈਲੀਪੁਣਾ। ਇਹ ਦੋਨਾਂ ਚੀਜ਼ਾਂ ਨੂੰ ਅਸੀਂ ਜਦੋਂ ਆਪਦੇ ਵਿਭਾਗ ਦੇ ਵਿੱਚ ਵੀ ਦੇਖਿਆ ਕਿ ਇੱਥੇ ਵੀ ਉਹਨਾਂ ਦਾ ਬੋਲਬਾਲਾ ਹੈ, ਤਾਂ ਉੱਥੋਂ ਸਾਡਾ ਕਲੈਸ਼ ਸ਼ੁਰੂ ਹੋਇਆ। ਅਸੀਂ ਡੀਜੇ ਪਾਰਟੀ ਦਾ ਵਿਰੋਧ ਕੀਤਾ, ਅਸੀਂ ਕਿਹਾ ਕਿ ਦੇਖੋ ਸਾਨੂੰ ਪਾਰਟੀ ਨਹੀਂ ਚਾਹੀਦੀ ਸਾਡੇ ਲਈ, ਤੁਸੀਂ ਜੇ ਕੁਝ ਕਰਨਾ ਹੈ ਤਾਂ ਆਪਾਂ ਸੁਖਮਨੀ ਸਾਹਿਬ ਦਾ ਪਾਠ, ਸਹਿਜ ਪਾਠ, ਕੁਝ ਹੋਰ ਔਰਗੇਨਾਈਜ਼ ਕਰ ਲੈਂਦੇ ਹਾਂ। ਇਸ ਗੱਲ ਦਾ ਸਾਡੇ ਟੀਚਰਸ ਨੇ ਵਿਰੋਧ ਕੀਤਾ, ਅਸੀਂ ਹੈਰਾਨ ਹੋਏ ਬਹੁਤ ਕਿ ਇਹ ਤਾਂ ਬਹੁਤ ਅਜੀਬ ਗੱਲ ਹੈ। ਲੇਕਿਨ ਇਸ ਇੱਥੋਂ ਗੱਲਬਾਤ ਸ਼ੁਰੂ ਹੋ ਗਈ। ਇਸ ਤੋਂ ਅੱਗੇ ਜੀ ਫਿਰ ਹੋਰ ਤੁਸੀਂ ਦੇਖੋ ਕਿ ਹੋਰ ਇਹਦੇ ਵਿੱਚ ਇਹ ਹੋਇਆ ਕਿ ਜਿਵੇਂ ਵੈਲੀ ਪੁਣੇ ਵਿੱਚ ਅਗਰ ਆਪਾਂ ਲੈ ਲਈਏ ਤਾਂ ਉਹਦੇ ਵਿੱਚ ਦੇਖੋ ਸਾਨੂੰ ਇਹ ਲੱਗਦਾ ਵਾ ਕਿ ਵੈਲੀ ਪੁਣੇ 'ਚ ਇਹੀ ਹੁੰਦਾ ਕਿ ਬੰਦੇ ਨੂੰ ਲੱਗਦਾ ਕਿ ਜਿਹੜਾ ਕੰਮ ਮੈਂ ਸੋਚ ਲਿਆ ਨਾ, ਬਸ ਉਹ ਉਸੇ ਤਰੀਕੇ ਨਾਲ ਹੋਵੇ। ਠੀਕ ਹੈ, ਕੋਈ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਕੋਈ ਸੋਸ਼ਲ ਇਸ਼ੂਜ਼ ਵੀ ਨੇ, ਕੋਈ ਸੋਸ਼ਲ ਪ੍ਰੋਬਲਮਸ ਨੇ, ਆਪਾਂ ਉਹਨਾਂ ਨੂੰ ਵੀ ਐਡਰੈਸ ਕਰਨਾ। ਕਿਉਂਕਿ ਸਾਨੂੰ ਤਾਂ ਇਹ ਸਟੂਡੈਂਟਸ ਲੱਗਦਾ ਸੀ ਕਿ ਦੇਖੋ ਜਿਹੜੀ ਹੁਣ ਆਪਾਂ ਆਪਣੇ ਵਿਭਾਗਾਂ ਵਿੱਚ ਜੋ ਰਿਲੀਜੀਅਨ ਪੜ੍ਹਾਇਆ ਜਾ ਰਿਹਾ, ਰਿਲੀਜੀਅਸ ਸਟੱਡੀਜ਼ ਦਾ ਜੋ ਸਿਲੇਬਸ ਆ, ਉਹ ਸਾਰਾ ਪੱਛਮ ਤੋਂ ਦੁਆਰਾ ਨਿਰਧਾਰਿਤ ਹੈ। ਇਸ ਕਰਕੇ ਉਹ ਵੈਸਟਰਨ ਫਿਲੋਸਫੀ ਦੇ ਉੱਤੇ ਨਿਰਧਾਰਿਤ ਆ, ਉਹ ਆਪਣੀ ਜੋ ਓਰੀਜਨੈਲਿਟੀ ਹੈ, ਜੋ ਆਪਣਾ ਓਰੀਜਨਲ ਧਰਮ ਹੈ, ਉਹਦੇ ਨਾਲੋਂ ਵੱਖਰਾ ਹੈ। ਸੋ ਇਸ ਗੱਲ ਨੂੰ ਸਮਝਣ ਲਈ ਸਾਡੇ ਸਟੂਡੈਂਟਸ ਨੂੰ ਲੋੜ ਆ ਕਿ ਉਹ ਵੈਸਟਰਨ ਫਿਲੋਸਫੀ ਨੂੰ ਸਮਝਣ। ਇਸ ਲਈ ਜ਼ਰੂਰਤ ਹੈ ਕਿ ਸਾਡੇ ਵਿਭਾਗਾਂ ਵਿੱਚ ਬੱਚੇ ਉਹਨੂੰ ਪੜ੍ਹ ਸਕਣ, ਕਿਉਂਕਿ ਦੇਖੋ ਅਗਰ ਬੱਚੇ ਪਹਿਲਾਂ ਉਹਨੂੰ ਸਮਝਣਗੇ ਫਿਰ ਹੀ ਬੱਚੇ ਸਮਝਣਗੇ ਨਾ ਕਿ ਕਿਵੇਂ ਉਹ ਸਾਡੇ 'ਤੇ ਡੋਮੀਨੇਟ ਕਰ, ਸਾਡੇ 'ਤੇ ਉੱਪਰ ਚੜ੍ਹ ਚੁੱਕੇ ਨੇ, ਉਹਨਾਂ ਦੀ ਡੋਮੀਨੈਂਸ ਕਿਵੇਂ, ਸਾਡੇ 'ਤੇ ਭਾਰੂ ਕਿਵੇਂ ਪਏ ਹੋਏ ਆ, ਉਹਨੂੰ ਸਮਝਣ ਲਈ ਪਹਿਲਾਂ ਉਹਨਾਂ ਨੂੰ ਪੜ੍ਹਨਾ ਜ਼ਰੂਰੀ ਆ। ਜਦੋਂ ਅਸੀਂ ਦੇਖਿਆ ਕਿ ਸਾਡੇ ਵਿਭਾਗ ਵਿੱਚ MA ਫਿਲੋਸਫੀ ਹੈ, ਸਿਰਫ ਅੱਗੇ MPhil ਨਹੀਂ ਹੈ, PhD ਨਹੀਂ ਹੈ, ਇੱਕ ਹੀ ਪ੍ਰੋਫੈਸਰ ਸਨ ਜਿਹੜੇ ਸਾਡੇ ਉਦੋਂ HOD ਸੀ, ਉਹ ਵੀ ਰਿਟਾਇਰ ਹੋ ਗਏ November 2016 'ਚ, ਅਤੇ ਅਸੀਂ ਸੋਚਿਆ ਕਿ ਚਲੋ ਹੁਣ ਆਪਾਂ ਨਾ ਹਾਇਰ ਅਥੋਰਿਟੀਜ਼ ਨੂੰ ਰਿਕੁਐਸਟ ਕਰਕੇ ਇੱਥੇ MPhil ਫਿਲੋਸਫੀ ਚਲਾਉਂਦੇ ਹਾਂ। ਪਰ ਅਸੀਂ ਉਦੋਂ ਬਹੁਤ ਦੁਖੀ ਹੋਏ ਕਿ ਜਦੋਂ ਅਸੀਂ ਇਹ ਕੀਤਾ, ਸਾਡੇ ਟੀਚਰਸ ਫਿਰ ਦੁਬਾਰਾ ਸਾਡੇ ਖਿਲਾਫ ਹੋ ਗਏ ਕਿ ਤੁਸੀਂ MPhil ਫਿਲੋਸਫੀ ਸ਼ੁਰੂ ਕਰਾਉਣ ਲਈ ਕਿਵੇਂ ਜਾ ਕੇ ਮੰਗ ਕਰ ਸਕਦੇ ਹੋ, ਇਹ ਗੱਲ ਅਸੀਂ ਹੋਣ ਨਹੀਂ ਦੇਣੀ। ਅਤੇ ਇਹਨਾਂ ਨੇ ਫਿਰ ਤੋਂ ਉੱਥੇ MPhil ਫਿਲੋਸਫੀ ਸ਼ੁਰੂ ਨਹੀਂ ਹੋਣ ਦਿੱਤੀ। ਉਸ ਤੋਂ ਇਲਾਵਾ ਇੱਕ ਹੋਰ ਵੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਣੀ ਚਾਹੂੰਗੀ ਕਿ ਸਾਡੇ ਯੂਨੀਵਰਸਿਟੀ ਵਿੱਚ ਨਸ਼ਿਆਂ ਵਿਰੁੱਧ ਕਮੇਟੀਜ਼ ਬਣਾਈਆਂ ਗਈਆਂ, ਅਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਵੀ ਕਮੇਟੀ ਬਣੀ, ਅਤੇ ਮੈਂ ਖੁਦ ਉਸ ਕਮੇਟੀ ਦੀ ਮੈਂਬਰ ਸੀ। ਅਤੇ VC ਸਰ ਵੱਲੋਂ ਇਹ ਆਰਡਰਸ ਆਏ ਕਿ ਹਰ ਡਿਪਾਰਟਮੈਂਟ ਦੋ ਦੋ ਪ੍ਰੋਗਰਾਮਸ ਔਰਗੇਨਾਈਜ਼ ਕਰੇ। ਅਸੀਂ ਸੋਚਿਆ ਕਿ ਠੀਕ ਆ ਜੀ, ਅਗਰ ਪ੍ਰੋਗਰਾਮ ਔਰਗੇਨਾਈਜ਼ ਕਰਨਾ ਹੈ ਤਾਂ ਆਪਾਂ ਬਹੁਤ ਵਧੀਆ ਤਰੀਕੇ ਨਾਲ ਕਰੀਏ, ਕਿਉਂਕਿ ਧਰਮ ਦੇ ਵਿਭਾਗ ਨੂੰ ਬਾਕੀ ਵਿਭਾਗਾਂ ਦੇ ਲਈ ਇੱਕ ਆਦਰਸ਼ ਬਣਨਾ ਚਾਹੀਦਾ। ਸੋ ਇਸ ਕਰਕੇ ਆਪਾਂ ਹੋਰ ਡਿਪਾਰਟਮੈਂਟਸ ਦੇ ਸਟੂਡੈਂਟਸ ਨੂੰ ਵੀ ਇਨਵਾਈਟ ਕਰੀਏ। ਅਸੀਂ ਸਾਰਾ ਕੁਝ ਕਰ ਕਰਕੇ ਪ੍ਰੋਗਰਾਮ ਔਰਗੇਨਾਈਜ਼ ਕਰਿਆ, ਅਤੇ ਇਹਨਾਂ ਨੇ ਜੀ ਮੌਕੇ 'ਤੇ ਆ ਕੇ ਹਾਲ ਨੂੰ ਤਾਲਾ ਲਾ ਦਿੱਤਾ। ਅੱਛਾ, ਹਾਂਜੀ। ਅਤੇ ਇਹਦੇ ਪਿੱਛੇ ਸੋਚ ਕੀ ਆ ਕਿ ਨਸ਼ਿਆਂ ਨੂੰ ਰੋਕਣਾ ਨਾ ਕੋਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਹੈ ਕਿ ਬੰਦੇ ਦੀ ਆਪਦੀ ਵਿਲ ਪਾਵਰ ਹੀ ਸਟਰੋਂਗ ਹੋਣੀ ਚਾਹੀਦੀ ਆ, ਕੋਈ ਸਿਸਟਮ ਨਹੀਂ ਇਹਨੂੰ ਰੋਕ ਸਕਦਾ। ਮਤਲਬ ਕਿ ਕੋਈ ਯੂਨੀਵਰਸਿਟੀ ਦੀ, ਕਿਸੇ ਵੀ ਸਿਸਟਮ ਦੀ ਇਹ ਰਿਸਪੋਂਸੀਬਿਲਿਟੀ ਨਹੀਂ ਹੈ। ਥੋਟ ਨੂੰ ਪਰ ਰੋਕਿਆ ਗਿਆ, ਹਾਂ, ਤਾਂ ਉਹ ਤੁਸੀਂ ਮਤਲਬ ਇਹ ਕੋਈ ਆਪਣੇ 'ਤੇ ਨਹੀਂ ਚੜਿਆ ਹੋਇਆ ਕਿ ਆਪਾਂ ਕਿਸੇ ਨੂੰ ਦੱਸੀਏ ਕਿ ਤੁਸੀਂ ਨਸ਼ੇ ਨਾ ਕਰੋ। ਨਹੀਂ ਨਹੀਂ, ਆਪਾਂ ਨਹੀਂ ਦੱਸਣਾ ਕਿਸੇ ਨੂੰ, ਬੰਦਾ ਆਪੇ ਹੀ ਇਸ ਚੀਜ਼ ਤੋਂ ਹਟ ਜਾਵੇ, ਇਹ ਗੱਲ। ਸੋ ਦੀਵਾ ਨਾ ਵਿਖਾਓ, ਹਨੇਰਾ ਆਪੇ ਜਾਵੇ। ਹਾਂਜੀ ਹਾਂਜੀ ਹਾਂਜੀ, ਇਹ ਵਿਚਾਰ ਨੂੰ ਲੈ ਕੇ। ਸੋ ਇਹ ਗੱਲ ਨੇ ਵੀ ਫਿਰ ਸਾਨੂੰ ਬਹੁਤ ਜ਼ਿਆਦਾ ਦੁਖੀ ਕਰਿਆ, ਅਤੇ ਇੱਥੋਂ ਫਿਰ ਸਾਨੂੰ ਲੱਗਿਆ ਕਿ ਇਹ ਗੱਲ ਨੂੰ ਤਾਂ ਇੱਥੇ ਮਤਲਬ ਜ਼ਿਆਦਾ ਹੀ ਕੁਛ। ਫਿਰ ਉਸ ਤੋਂ ਬਾਅਦ ਵਿੱਚ ਮਤਲਬ ਇਹ ਸਾਡਾ ਪਹਿਲਾ ਜਿਹੜਾ ਕਲੈਸ਼ ਸੀ ਨਾ, ਉਹ ਇਹਨਾਂ ਨਾਲ ਸਿੱਖ ਕਲਚਰ ਅਤੇ ਪੰਜਾਬੀ ਕਲਚਰ ਤੋਂ ਸਾਡਾ ਕਲੈਸ਼ ਪਿਆ। ਮੇਰੇ ਕਹਿਣ ਅਨੁਸਾਰ ਇਹ ਆ ਕਿ ਜੇ ਜੋ ਪੰਜਾਬ ਦਾ ਸੱਭਿਆਚਾਰ ਆ, ਹਾਂਜੀ, ਉਹ ਸਿੱਖ ਸੱਭਿਆਚਾਰ ਦੇ ਨਾਲ ਨਿਰਜਿੰਦ ਆ, ਹਾਂਜੀ, ਉਹ ਨਹੀਂ ਬਚਦਾ ਜੇ ਉਹਦੇ 'ਚ ਸਿੱਖ ਸੱਭਿਆਚਾਰ ਨਾ ਹੋਵੇ। ਹਾਂਜੀ, ਅਤੇ ਅਸੀਂ ਵੀ ਇਹ ਮੰਨਦੇ ਹਾਂ ਕਿ ਜਿਹੜਾ ਪੰਜਾਬੀ ਸੱਭਿਆਚਾਰ ਦਾ ਸ਼ੁੱਧ ਸਰੂਪ ਆ ਨਾ, ਉਹ ਸਿੱਖ ਸੱਭਿਆਚਾਰ ਹੀ ਹੈ, ਅਤੇ ਉਹ ਉਸ ਰੂਪ 'ਚ ਆਪਣੇ ਕੋਲ ਹੈ। ਅਤੇ ਫਿਰ ਆਪਾਂ ਨੂੰ ਕੀ ਲੋੜ ਪਈ ਆ ਕਿ ਜੋ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਜੋ ਐਵੇਂ ਦੀਆਂ ਵੈਲੀ ਪੁਣੇ ਜਾਂ ਲੱਚਰ ਪੁਣੇ ਵਰਗੀਆਂ ਚੀਜ਼ਾਂ ਨੇ, ਆਪਾਂ ਕਿਉਂ ਨਹੀਂ ਉਹਨਾਂ ਨੂੰ ਛੱਡ ਦਿੰਦੇ? ਕੀ ਲੋੜ ਪਈ ਆ? ਖਾਓ ਪੀਓ ਅਤੇ ਐਸ਼ ਕਰੋ, ਪ੍ਰਭਾਵ, ਹਾਂਜੀ ਹਾਂਜੀ, ਉੱਥੇ ਨਾਸਤਿਕ ਪ੍ਰਭਾਵ ਕਾਫੀ ਹੈ ਯੂਨੀਵਰਸਿਟੀ ਦੇ, ਬਹੁਤ ਜ਼ਿਆਦਾ ਜੀ। ਹੁਣ ਇਹੀ ਸਾਡਾ, ਹੁਣ ਦੇਖੋ ਪਹਿਲਾਂ ਸਾਡਾ ਇਹ ਕਲੈਸ਼ ਸੀ ਸਿੱਖ ਕਲਚਰ ਅਤੇ ਪੰਜਾਬੀ ਕਲਚਰ ਦਾ, ਦੂਜਾ ਕਲੈਸ਼ ਸਾਡਾ ਇੱਥੋਂ ਪੈਦਾ ਹੋਇਆ
ਕਿ ਅਸੀਂ ਦੇਖਿਆ ਕਿ ਡਿਪਾਰਟਮੈਂਟ ਦੇ ਵਿੱਚ ਗੁਰੂ ਮਹਾਰਾਜ ਜੀ ਨੂੰ ਬੱਚਿਆਂ ਦੇ ਹਿਰਦਿਆਂ ਵਿੱਚ ਆਦਰਸ਼ ਨਹੀਂ ਬਣਨ ਦਿੱਤਾ ਜਾਂਦਾ। ਅੱਛਾ, ਹਾਂਜੀ, ਇਹਦੇ ਪਿੱਛੇ ਕੀ ਕਾਰਨ ਹੋਏ? ਇਹਦੇ ਵਿੱਚ ਦੇਖੋ, ਸਾਡੀਆਂ ਕਲਾਸਾਂ ਵਿੱਚ ਜਿਵੇਂ ਸਾਨੂੰ ਪੜ੍ਹਾਇਆ ਜਾਂਦਾ ਹੈ, ਕਿਉਂਕਿ ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਪੰਜਾਬੀ ਕਲਚਰ ਆ ਨਾ, ਇਹਦੇ ਕੋਲ ਆਪਦਾ ਤਾਂ ਕੋਈ ਥੋਟ ਸਟਰਕਚਰ ਹੈ ਨਹੀਂ। ਇਹਨੇ ਤੁਸੀਂ ਦੇਖੋ ਮਾਰਕਸ ਤੋਂ ਆਪਦਾ ਥੋਟ ਸਟਰਕਚਰ ਲੈ ਕੇ ਉੱਥੋਂ ਚੀਜ਼ਾਂ ਨੂੰ ਪਲੈਨ ਕਰਨਾ ਜਾਂ ਡਿਜ਼ਾਈਨ ਕਰਨਾ ਸ਼ੁਰੂ ਕੀਤਾ, ਤਾਂ ਉਹਦੇ ਤਹਿਤ ਕੀ ਹੋਇਆ ਕਿ ਜਿਵੇਂ ਸਾਡੇ ਡਿਪਾਰਟਮੈਂਟ 'ਚ ਅੰਮ੍ਰਿਤਾ ਪ੍ਰੀਤਮ, ਦੁੱਲਾ ਭੱਟੀ ਵਾਲਾ, ਸ਼ਾਹ ਹੁਸੈਨ, ਐਵੇਂ ਦੇ ਬੰਦਿਆਂ ਨੂੰ ਨਾ ਬੱਚਿਆਂ ਦੇ ਮਨਾਂ ਵਿੱਚ ਆਦਰਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਪੰਜਾਬੀਅਤ ਨੂੰ ਮਤਲਬ ਉੱਪਰ ਚੱਕਿਆ ਗਿਆ ਕਿ ਸਿੱਖੀ ਨੀਚੇ ਵਾਲੀ ਗੱਲ ਆ, ਪੰਜਾਬੀਅਤ ਉੱਪਰ ਵਾਲੀ ਗੱਲ ਆ। ਇਹਦੇ ਕਈ ਐਗਜ਼ਾਮਪਲਸ ਨੇ ਜੀ, ਜਿਵੇਂ ਕਲਾਸਾਂ ਵਿੱਚ ਬੱਚੇ ਆਉਂਦੇ ਨੇ, ਬੱਚੇ ਅੰਮ੍ਰਿਤਧਾਰੀ ਨੇ ਜਾਂ ਬੱਚੇ ਗੁਰਸਿੱਖੀ ਵਾਲਾ ਬਾਣਾ ਧਾਰਨ ਕਰਕੇ ਆਉਂਦੇ ਆ, ਅਤੇ ਉਹਨਾਂ ਨੂੰ ਸਿੱਧਾ ਹੀ ਕਹਿ ਦਿੱਤਾ ਜਾਂਦਾ ਹੈ ਕਿ ਅੱਛਾ ਤੁਸੀਂ ਅੰਮ੍ਰਿਤ ਛਕਿਆ ਹੈ। ਵੈਸੇ ਠੀਕ ਆ, ਪਰ ਅੰਮ੍ਰਿਤ ਛਕਣ ਨਾਲ ਨਾ ਬੰਦੇ ਦਾ ਜੀਵਨ ਸੁੰਗੜ ਜਾਂਦਾ ਹੈ, ਅਤੇ ਬੰਦਾ ਬਹੁਤਾ ਖੁੱਲ੍ਹ ਕੇ ਸਮਾਜ ਵਿੱਚ ਵਿਚਰ ਨਹੀਂ ਸਕਦਾ। ਹੁਣ ਤੁਸੀਂ ਦੇਖੋ ਕਿ ਜਦੋਂ ਤੁਸੀਂ ਉਹ ਅਜੇ ਸੁਰਤਾਂ ਨਵੀਆਂ ਯੂਨੀਵਰਸਿਟੀ 'ਚ ਆਈਆਂ ਨੇ, ਅਜੇ ਲਾਈਫ ਦੇ ਵੱਡੇ ਡਿਸੀਜ਼ਨਸ ਉਹਨਾਂ ਨੇ ਲੈਣੇ ਹੁੰਦੇ ਆ, ਤੁਸੀਂ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੱਕ ਡਾਊਟ ਪੈਦਾ ਕਰ ਦਿੰਦੇ ਹੋ ਕਿ ਕੀ ਮੈਂ ਠੀਕ ਵੀ ਚੁਣਿਆ ਹੈ, ਕੀ ਇਹ ਚੁਣਨ ਨਾਲ ਮੈਂ ਲਾਈਫ ਨੂੰ ਸੋਹਣੀ ਤਰ੍ਹਾਂ ਜੀ ਵੀ ਪਾਊਂਗਾ। ਇਸ ਤਰ੍ਹਾਂ ਦੀ ਗੱਲ ਬਹੁਤਾਤ ਵਿੱਚ ਪ੍ਰੋਫੈਸਰ ਬਹੁਤਾਤ ਵਿੱਚ ਜੀ ਬਹੁਤਾਤ ਵਿੱਚ ਕਲਾਸ ਦੇ ਵਿੱਚ ਇਹਦੀ ਹੁਣ ਪ੍ਰੋਬਲਮ ਕੀ ਆ, ਕਿਉਂਕਿ ਸਬਜੈਕਟਸ ਤੇ ਆਪਦੇ ਪੜ੍ਹੇ ਨਹੀਂ ਹੁੰਦੇ। ਹੁਣ ਅਸੀਂ ਸਾਡੀ ਫਿਲੋਸਫੀ ਦੀ ਕਲਾਸ ਆ, ਜਿਹੜੇ ਟੀਚਰ ਪੜ੍ਹਾਉਣ ਆ ਰਹੇ ਨੇ ਉਹਨਾਂ ਨੇ ਆਪ ਤੇ ਫਿਲੋਸਫੀ ਪੜ੍ਹੀ ਨਹੀਂ ਹੈ, ਰਿਲੀਜੀਅਸ ਸਟੱਡੀਜ਼ ਦੇ ਉਹ ਟੀਚਰ ਹੁੰਦੇ ਸੀ, ਅਤੇ ਰਿਲੀਜੀਅਸ ਸਟੱਡੀਜ਼ ਵੀ ਕੀ ਪੜ੍ਹਿਆ ਹੁੰਦਾ ਸੀ ਬੇਸਿਕਲੀ, ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਰਿਲੀਜੀਅਸ ਸਟੱਡੀਜ਼ 'ਚ ਆਈ ਇਸ ਕਰਕੇ ਨੇ ਕਿ ਅਸੀਂ ਕਿਸੇ ਤਰੀਕੇ ਨਾਲ ਰਿਲੀਜੀਅਨ ਨੂੰ ਢਾਲ ਲਾ ਸਕੀਏ। ਕਿਉਂਕਿ ਕਲਾਸ 'ਚ ਆ ਕੇ, ਜਿਵੇਂ ਹੁਣ ਬਹੁਤ ਇਸ ਗੱਲ ਦੇ ਬਹੁਤ ਐਗਜ਼ਾਮਪਲਸ ਨੇ ਕਿ ਕਲਾਸ ਵਿੱਚ ਆ ਕੇ ਜਿਵੇਂ ਕੋਈ ਗੁਰੂ ਸਾਹਿਬ ਜੀ ਦੀ ਗੱਲ ਚੱਲੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਗੁਰਗੱਦੀ ਦੇਣੀ ਅਤੇ ਕਿਸੇ ਹੋਰ ਨੂੰ ਸੀ, ਉਹਨਾਂ ਤੋਂ ਉਹਨਾਂ ਜੀ ਗਲਤੀ ਹੋ ਗਈ, ਅਤੇ ਸਾਡੀ ਇਸ ਗੱਲ 'ਤੇ ਬੜੀ ਬਹਿਸ ਹੋਈ। ਅਸੀਂ ਕਿਹਾ ਕਿ ਮਹਾਰਾਜ ਪਰਮੇਸ਼ਰ ਰੂਪ, ਤੁਸੀਂ ਇਹ ਗੱਲ ਬੋਲ ਵੀ ਕਿਵੇਂ ਸਕਦੇ ਹੋ ਕਿ ਮਹਾਰਾਜ ਤੋਂ? ਹਾਂਜੀ ਜੀ, ਇਹ ਸਾਡੇ ਪ੍ਰੋਫੈਸਰ ਦਾ ਕਹਿਣਾ ਸੀ, ਇਹ ਮੈਂ ਤੁਹਾਨੂੰ ਕੋਟ ਕਰਕੇ ਦੱਸ ਦਿੰਦੀ ਹਾਂ। ਸਾਡੇ ਦੇਖੋ ਸਾਡੇ ਇੱਕ ਇੱਥੋਂ ਤੱਕ ਹਾਲਾਤ ਨੇ ਕਿ ਸਾਡੇ ਇੱਕ ਪ੍ਰੋਫੈਸਰ ਨੇ ਜੀ, ਡਾਕਟਰ ਭਰਤਵੀਰ ਕੌਰ, ਉਹਨਾਂ ਨੇ ਆਪਦੀ ਕਿਤਾਬ ਲਿਖੀ ਹੈ, ਉਹ ਕਿਤਾਬ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਬਹੁ ਪੱਖੀ ਅਧਿਐਨ। ਜੇ ਉਹ ਕਿਤਾਬ ਆਪ ਜੀ ਦੇਖੋ ਤਾਂ ਉਸ ਕਿਤਾਬ ਦੇ ਵਿੱਚ ਆਰਟੀਕਲਸ ਨੇ, ਅਤੇ ਉਹਨਾਂ ਵਿੱਚੋਂ ਇੱਕ ਆਰਟੀਕਲ ਦੇ ਵਿੱਚ ਤਾਂ ਇੱਥੋਂ ਤੱਕ ਹਾਲਾਤ ਨੇ ਕਿ ਉਹਦੇ ਵਿੱਚ ਸਿੱਧਾ ਹੀ ਕਿਹਾ ਗਿਆ ਹੈ ਕਿ ਜੋ ਸਿੱਖੀ ਹੈ ਨਾ, ਇਹਦੇ ਵਿੱਚ ਫਿਰਕਾ ਪ੍ਰਸਤੀ ਹੈ, ਕੱਟੜਤਾ ਹੈ, ਇਸ ਕਰਕੇ ਇਹ ਨੀਵੀਂ ਹੈ, ਅਤੇ ਜਿਹੜੀ ਪੰਜਾਬੀਅਤ ਹੈ ਉੱਚੀ ਹੈ। ਜਿਹੜੀ ਗੁਰੂ ਜਿਹੜੀ ਸਿੱਖ ਸ਼ਹਾਦਤ ਹੈ ਉਹਨੂੰ ਪੰਜਾਬੀ ਸ਼ਹਾਦਤ ਬਣਾ ਕੇ ਪੇਸ਼ ਕੀਤਾ ਗਿਆ, ਇੱਥੋਂ ਤੱਕ ਕੀਤਾ ਗਿਆ ਹੈ ਕਿ ਉਹਦੇ ਵਿੱਚ ਕਿਹਾ ਗਿਆ, ਉਹ ਥੋਟ ਇੱਥੋਂ ਤੱਕ ਲੈ ਜਾਂਦਾ ਕਿ ਜਿਵੇਂ ਗੁਰੂ ਸਾਹਿਬ ਜੀ ਇਸ ਕਰਕੇ ਉੱਚੇ ਨਹੀਂ ਹਨ ਕਿਉਂਕਿ ਉਹ ਗੁਰੂ ਹਨ, ਪਰਮੇਸ਼ਰ ਰੂਪ ਹਨ, ਪਰ ਉਹ ਇਸ ਕਰਕੇ ਉੱਚੇ ਨੇ ਕਿਉਂਕਿ ਉਹ ਪੰਜਾਬੀ ਨੇ। ਫਿਰ ਉਸ ਤੋਂ ਇਲਾਵਾ ਤੁਸੀਂ ਦੇਖੋ ਉਹਦੇ ਵਿੱਚ ਇੱਕ ਆਰਟੀਕਲ ਹੈ ਅਕਾਲ ਉਸਤਤ ਬਾਣੀ ਉੱਪਰ, ਉਹ ਆਰਟੀਕਲ ਸਾਡੇ ਦੂਸਰੇ ਟੀਚਰ ਦਾ ਹੈ, ਮੈਡਮ ਸੰਦੀਪ ਕੌਰ ਦਾ। ਉਹ ਆਰਟੀਕਲ ਦੇ ਵਿੱਚ ਮੈਡਮ ਜੀ ਬਿਲਕੁਲ ਇਸ ਗੱਲ ਨੂੰ ਕਹਿੰਦੇ ਨੇ ਕਿ ਇੰਨੀ ਬਾਣੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਨਹੀਂ ਹੈ, ਜਦਕਿ ਮੈਂ ਥੋੜ੍ਹਾ ਇਸ ਗੱਲ 'ਤੇ ਠੀਕ ਆ। ਕੋਈ ਵੀ ਬੰਦਾ ਇਹ ਕਹਿ ਦਿੰਦੇ ਨੇ ਕਿ ਜੀ ਡੈਮੋਕ੍ਰੇਸੀ ਹੈ, ਕੋਈ ਵੀ ਬੰਦਾ ਸਵਾਲ ਉਠਾਵੇ ਉਠਾ ਸਕਦਾ, ਪਰ ਫਿਰ ਜੇ ਤੁਸੀਂ ਸਵਾਲ ਉਠਾਉਣਾ ਜਾਣਦੇ ਹੋ ਤਾਂ ਕਿਸੇ ਸੀਰੀਅਸ ਸੰਵਾਦ ਵਿੱਚ ਪੈਣ ਦੀ ਹਿੰਮਤ ਵੀ ਰੱਖੋ। ਇਹ ਥੋੜ੍ਹੀ ਆ ਤੁਸੀਂ ਸਵਾਲ ਉਠਾ ਕੇ ਕਿਤੇ ਮਰਜ਼ੀ ਚਲੇ ਜਾਓ, ਸਾਡੇ ਘਰ ਵਿੱਚ ਵਿਵਾਦ ਪੈਦਾ ਹੋ ਜਾਵੇ, ਇਹ ਤਾਂ ਨਹੀਂ ਨਾ ਅਸੀਂ ਪਰਮਿਟ ਕਰਾਂਗੇ। ਫਿਰ ਉਹ ਇਹ ਕਰਨ ਤੋਂ ਬਾਅਦ ਵਿੱਚ ਇਹ ਵੀ ਜ਼ਰੂਰੀ ਆ ਕਿ ਦੇਖੋ ਵੀਰ ਜੀ, ਅਗਰ ਆਪਾਂ ਕਿਸੇ 'ਤੇ ਸਵਾਲ ਉਠਾਉਣਾ ਤਾਂ ਪਹਿਲਾਂ ਆਪਣੀ ਸਮਝ ਉੱਥੋਂ ਤੱਕ ਹੈ ਕਿ ਨਹੀਂ ਹੈ। ਕਲਾਸ ਵਿੱਚ ਜਦੋਂ ਇਹ ਸਾਨੂੰ ਪੜ੍ਹਾਇਆ ਕਰਦੇ ਸੀ, ਸਾਡੀ ਬੁੱਧੀਜ਼ਮ ਦੀ ਕਲਾਸ ਹੁੰਦੀ ਸੀ, ਅਤੇ ਬੁੱਧੀਜ਼ਮ ਦੀ ਕਲਾਸ 'ਚ ਅਸੀਂ ਜੇ ਕਦੇ ਇਹਨਾਂ ਨੂੰ ਦਲਾਈ ਲਾਮਾ ਬਾਰੇ ਪੁੱਛ ਲੈਣਾ, ਅਤੇ ਕਿਉਂਕਿ ਆਉਂਦਾ ਨਹੀਂ ਸੀ ਹੁੰਦਾ, ਅੱਗੋਂ ਇਸ ਗੱਲ ਤੋਂ ਮੈਡਮ ਨਾਰਾਜ਼ ਹੋ ਗਏ ਕਿ ਵੀ ਤੁਸੀਂ ਤਾਂ ਜੀ ਇਹ ਤਾਂ ਸਿਲੇਬਸ ਵਿੱਚ ਹੀ ਨਹੀਂ ਹੈ। ਮੈਂ ਇਹ ਦੱਸ ਰਹੀ ਹਾਂ ਕਿ ਉੱਤੋਂ ਇਹ ਵਾਲੇ ਮੈਡਮ ਤਾਂ ਕਲਾਸ 'ਚ ਇੱਥੋਂ ਤੱਕ ਕਹਿ ਦਿੰਦੇ ਹੁੰਦੇ ਸੀ ਕਿ ਨਾਸਤਿਕ ਹੋਣਾ ਵੀ ਬੰਦੇ ਦਾ ਹੱਕ ਹੈ,
ਇਸ ਲਈ ਤੁਸੀਂ ਨਾਸਤਿਕਤਾ 'ਤੇ ਸਵਾਲ ਨਹੀਂ ਉਠਾ ਸਕਦੇ ਹੋ, ਪਰ ਦਸਮ ਗ੍ਰੰਥ ਉੱਪਰ ਤੁਸੀਂ ਸਵਾਲ ਉਠਾ ਸਕਦੇ ਹੋ। ਮੈਂ ਦੱਸਣਾ ਲੱਗਦਾ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਸਟੇਟ ਦਾ ਪੱਖ ਵੀ ਹੈ ਕਿ ਜਾਂ ਬੰਦੇ ਹੀ ਇਹੋ ਜਿਹੇ ਫਿੱਟ ਕੀਤੇ। ਨਹੀਂ, ਇਹ ਵੀਰ ਜੀ ਇਹਦੇ ਪਿੱਛੇ ਅਸੀਂ ਸਮਝਦੇ ਹਾਂ ਕਿ ਬੇਸਿਕਲੀ ਪਹਿਲੀ ਤਾਂ ਗੱਲ ਇਹ ਬੰਦੇ ਹੀ ਪਹਿਲਾਂ ਤਾਂ ਆਈਡੀਓਲੋਜੀ ਦੀ ਪ੍ਰੋਬਲਮ ਆ ਕਿ ਜਿਹੜੀ ਆਪਣੀ ਓਰੀਜਨਲ ਆਈਡੀਓਲੋਜੀ ਹੈ ਨਾ ਉਹਦੀ ਥਿਊਰਾਈਜੇਸ਼ਨ ਹੀ ਨਹੀਂ ਹੋਈ ਹੈ, ਉਹ ਯੂਨੀਵਰਸਿਟੀਜ਼ ਦੇ ਵਿੱਚ ਐਂਟਰ ਹੀ ਨਹੀਂ ਕਰ ਸਕੀ, ਕਿਉਂਕਿ ਜਿੰਨੇ ਆਪਣੇ ਸਿਲੇਬਸ ਡਿਜ਼ਾਈਨ ਕਰੇ ਜਾਂਦੇ ਨੇ ਕੁਛ ਵੀ ਐਵੇਂ ਦਾ ਡਿਜ਼ਾਈਨ ਹੁੰਦਾ ਉਹ ਉਸ ਚੀਜ਼ ਵੱਲ ਨੂੰ ਹੈ ਹੀ ਨਹੀਂ, ਸੋਚ ਹੀ ਨਹੀਂ ਹੈ। ਉਹਦਾ ਕਾਰਨ ਕੀ ਆ ਕਿ ਜਿਹੜੀ ਰਿਸਰਚ ਹੁੰਦੀ ਆ ਉਹਦੇ ਵਿੱਚ ਵੀ ਕੋਈ ਸੀਰੀਅਸਨੈਸ ਨਹੀਂ ਹੈ। ਠੀਕ ਆ ਜੀ, ਬਿਬਲੀਓਗ੍ਰਾਫੀਸ ਬਣਾਓ, ਬਣਾ ਕੇ ਕੰਮ ਜਿਹਾ ਸਾਰੋ, ਸਟੂਡੈਂਟਸ ਵੀ ਕੰਮ ਸਾਰਦੇ ਆ, ਟੀਚਰ ਵੀ ਕੰਮ ਸਾਰਦੇ ਆ, ਅਤੇ ਉਹਦੇ 'ਚੋਂ ਕੋਈ ਸੀਰੀਅਸ ਰਿਸਰਚ ਵਰਕ ਨਿਕਲ ਕੇ ਸਾਹਮਣੇ ਨਹੀਂ ਆਉਂਦਾ, ਕਿਉਂਕਿ ਉਹ ਸਾਹਮਣੇ ਨਹੀਂ ਆ ਰਿਹਾ। ਇਸ ਕਰਕੇ ਕੋਈ ਨਵੀਂ ਚੀਜ਼ ਫਿਰ ਆ ਹੀ ਨਹੀਂ ਰਹੀ ਕੌਮ ਦੇ ਬੱਚਿਆਂ ਅੱਗੇ ਕਿ ਉਹ ਕੋਈ ਨਵੀਂ ਚੀਜ਼ ਪੇਸ਼ ਕਰ ਸਕਣ। ਇਹ ਸਾਨੂੰ ਲੱਗਦਾ ਹੈ ਕਿ ਇਹਨਾਂ ਦੇ ਪਿੱਛੇ ਇਹਨਾਂ ਦੀ ਜਿਹੜੀ ਆਈਡੀਓਲੋਜੀ ਆ ਨਾ ਉਹਦੇ ਵਿੱਚ ਹੀ ਪ੍ਰੋਬਲਮ ਆ। ਹੁਣ ਉਹਦੇ ਪਿੱਛੇ ਇਹਨਾਂ ਨੂੰ ਨੌਕਰੀਆਂ ਤੇ ਲਿਆਉਣ ਵਾਲੇ ਚੋਣਕਾਰ ਹੋਣਗੇ। ਹਾਂਜੀ, ਮੁਸ਼ਕਲ ਉੱਥੇ ਹੈ, ਮੁਸ਼ਕਲ ਉੱਥੇ ਹੈ, ਕਿਉਂਕਿ ਤੁਸੀਂ ਦੇਖੋ ਕਿ ਜਿਹੜੇ ਸਾਡੇ ਮੈਡਮ ਭਰਤਵੀਰ ਕੌਰ ਜੀ ਨੇ ਉਹਨਾਂ ਦੇ ਕੋਲ ਤੇ ਜਦੋਂ ਉਹਨਾਂ ਨੇ ਜੁਆਇਨ ਕਰਿਆ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਐਮ ਏ ਰਿਲੀਜੀਅਸ ਸਟੱਡੀਜ਼ ਕਰੀ, ਅਜੇ ਤੱਕ ਉਹਨਾਂ ਕੋਲ ਪੀ ਐੱਚ ਡੀ ਪੰਜਾਬੀ ਹੈ, ਉਹਨਾਂ ਦੇ ਕੋਲ ਤਾਂ ਪੀ ਐੱਚ ਡੀ ਰਿਲੀਜੀਅਸ ਸਟੱਡੀਜ਼ ਡਿਗਰੀ ਨਹੀਂ ਹੈ। ਜਿਹੜੇ ਸਾਡੇ ਦੂਸਰੇ ਟੀਚਰ ਨੇ ਜਦੋਂ ਉਹਨਾਂ ਦੀ ਅਪੁਆਇੰਟਮੈਂਟ ਹੋਈ ਉਸ ਟਾਈਮ ਵੀ ਦੇਖੋ ਇਸ ਗੱਲ ਦੀ ਪ੍ਰੋਬਲਮ ਹੋਈ ਕਿ ਉਹਨਾਂ ਕੋਲ ਇਕੱਲੀ ਐਮ ਫਿਲ ਸੀ। ਸੋ ਇਸ ਕਰਕੇ ਤੁਹਾਡੀ ਗੱਲ ਠੀਕ ਆ, ਇਹ ਇਹਨਾਂ ਦੀ ਜਦੋਂ ਇਹਨਾਂ ਦੀ ਚੋਣ ਹੁੰਦੀ ਆ ਉਸ ਟਾਈਮ 'ਤੇ ਮਸਲੇ ਦੇ ਵਿੱਚ ਗੜਬੜ ਹੋਈ ਹੋਏਗੀ, ਤਾਂ ਹੀ ਕਰਕੇ ਕੁਝ ਹੋਇਆ। ਪਰ ਚਲੋ ਇਹ ਹੁਣ ਅਸੀਂ ਕਿਉਂਕਿ ਅਸੀਂ ਫੈਕਚੁਅਲ ਉਹਦੇ ਐਵੀਡੈਂਸ ਨਹੀਂ ਦੇ ਸਕਦੇ ਤਾਂ, ਪਰ ਲੇਕਿਨ ਅਸੀਂ ਇਹ ਸਾਨੂੰ ਵੀ ਪਤਾ ਹੈ ਕਿ ਐਜ਼ ਪਰ ਯੂ ਜੀ ਸੀ ਤੁਹਾਡੀ ਅਗਰ ਕੁਆਲੀਫਿਕੇਸ਼ਨ ਓਨੀ ਨਹੀਂ ਹੈ ਤਾਂ ਤੁਸੀਂ ਨਹੀਂ ਹੋ ਸਕਦੇ, ਪਰ ਉਹ ਹਨ ਉੱਥੇ। ਅਤੇ ਇੱਥੋਂ ਵੀਰ ਜੀ ਇਹ ਗੱਲ ਤੁਰੀ, ਪਰ ਇਸ ਤੋਂ ਵੀ ਜ਼ਿਆਦਾ ਸਾਨੂੰ ਉਦੋਂ ਦੁੱਖ ਲੱਗਿਆ ਕਿ ਬਈ ਜਦੋਂ ਨਾ ਇਹ ਸਾਰਾ ਕੁਝ ਹੁੰਦਾ ਰਿਹਾ ਸਾਡੀਆਂ ਇਹਨਾਂ ਨਾਲ ਬਹੁਤ ਕਲਾਸ ਵਿੱਚ ਬਹਿਸ ਹੋਣੀ, ਜੇ ਇੱਕ ਘੰਟੇ ਦਾ ਪੀਰੀਅਡ ਆ ਜੀ 40 ਮਿੰਟ ਇਸੇ ਗੱਲ 'ਤੇ ਲੰਘ ਜਾਣੇ, ਹੈ ਨਾ, ਹੋਰ ਵੀ ਬੜੀਆਂ ਗੱਲਾਂ ਕਲਾਸ ਵਿੱਚ ਕਹੀਆਂ ਜਾਣੀਆਂ, ਜਿਵੇਂ ਫਿਲੋਸਫੀ ਆਫ ਰਿਲੀਜੀਅਨ ਦੀ ਕਲਾਸ ਆ। ਹੁਣ ਫਿਲੋਸਫੀ ਆਫ ਰਿਲੀਜੀਅਨ ਵੈਸਟ ਦਾ ਸਬਜੈਕਟ ਹੈ, ਤੁਸੀਂ ਕੋਈ ਐਗਜ਼ਾਮਪਲ ਕੋਟ ਕਰਨੀ ਤੁਸੀਂ ਵੈਸਟ ਦੀ ਕਰੋ, ਪਰ ਉਹ ਪੜ੍ਹਿਆ ਨਹੀਂ ਹੁੰਦਾ। ਅਤੇ ਉਹ ਐਗਜ਼ਾਮਪਲ ਕੋਟ ਕਰਨ ਵੇਲੇ ਕੀ ਕਹਿ ਦੇਣਾ ਹੈ ਕਿ ਦੇਖੋ ਜੀ ਜਿਵੇਂ ਹੁਣ ਸਰੋਵਰ ਦਾ ਜਲ ਹੈ, ਜਲ ਤਾਂ ਕਹਿਣਾ ਨਹੀਂ ਹੈ ਨਾ, ਸਰੋਵਰ ਦਾ ਪਾਣੀ ਹੈ ਨਾ, ਹੁਣ ਉਹਨੂੰ ਕੌਣ ਲੈ ਕੇ ਜਾਂਦਾ? ਮਤਲਬ ਮੈਂ ਸੋਚਦੀ ਹਾਂ ਕਿ ਪਹਿਲੀ ਗੱਲ ਤਾਂ ਤੁਹਾਨੂੰ ਵੈਸੇ ਹੀ ਨਹੀਂ ਇੰਨਾ ਪਤਾ ਲੱਗ ਰਿਹਾ ਕਿ ਆਲੇ ਦੁਆਲੇ ਵਿਚਰ ਕੀ ਰਿਹਾ ਹੈ, ਕਿ ਕਿੰਨੀ ਇਹਦਾ ਅਰਥ ਇੱਕ ਵੀ ਨਿਕਲਦਾ ਕਿ ਤੁਸੀਂ ਸਿੱਖਣ ਦੀ ਬਜਾਏ ਉੱਥੋਂ ਡਿਸਟਰਬ ਹੋ ਗਏ, ਡਿਸਟਰਬ ਬਹੁਤ ਜ਼ਿਆਦਾ ਡਿਸਟਰਬ ਹੋ ਕੇ ਆਉਂਦੇ ਰਹੇ, ਬਹੁਤ ਜ਼ਿਆਦਾ। ਲੇਕਿਨ ਫਿਰ ਵੀ ਅਸੀਂ ਇਹ ਸੋਚਦੇ ਰਹੇ ਕਿ ਚਲੋ ਕੋਈ ਗੱਲ ਨਹੀਂ, ਆਪਾਂ ਆਪਦੀ ਪੀ ਐੱਚ ਡੀ ਕਰੀਏ, ਜਿੰਨੀ ਮਹਾਰਾਜ ਆਪਾਂ ਘਰੇ ਬਾਣੀ ਪੜ੍ਹਦੇ ਹਾਂ ਆਪਾਂ ਆਪਦੀ ਪੀ ਐੱਚ ਡੀ ਕਰਕੇ ਜਿੰਨਾ ਕੁ ਹੋ ਸਕੇਗਾ ਆਪਾਂ ਉਸ ਚੀਜ਼ ਨੂੰ ਹੋਰ ਪ੍ਰਮੋਟ ਕਰਾਂਗੇ, ਅਸੀਂ ਇਹ ਸੋਚਦੇ ਹਾਂ। ਗੁਰੂ ਨੰਦਿਆ ਵਾਲੇ ਪੱਖ ਦੇ ਵਿੱਚ ਹਿੰਦੂਤਵ ਹਾਵੀ ਆ ਕਿ ਜਾਂ ਕਾਮਰੇਡਾਂ ਦਾ ਨਾਸਤਿਕਵਾਦ? ਨਹੀਂ, ਸਾਡੇ ਡਿਪਾਰਟਮੈਂਟ ਵਿੱਚ ਜੀ ਜ਼ਿਆਦਾ ਅਸੀਂ ਕਾਮਰੇਡਾਂ ਵਾਲਾ ਪੱਖ ਦੇਖਿਆ, ਇੱਥੇ ਜ਼ਿਆਦਾ ਅਸੀਂ ਕਾਮਰੇਡਾਂ ਵਾਲਾ ਪੱਖ ਦੇਖਿਆ, ਕਿਉਂਕਿ ਜਿਵੇਂ ਹੁਣ ਯੂਨੀਵਰਸਿਟੀ ਦੇ ਬਾਕੀ ਵਿਭਾਗਾਂ ਦੇ ਵਿੱਚ ਵੀ ਕਾਮਰੇਡਾਂ ਦਾ ਕਾਫੀ ਉਹ ਹੈ, ਸੋ ਇੱਥੇ ਵੀ ਅਸੀਂ ਇਸ ਚੀਜ਼ ਨੂੰ ਦੇਖਿਆ। ਹੁਣ ਸਭ ਤੋਂ ਵੱਡੀ ਗੱਲ ਤਾਂ ਇੱਕ ਵਾਰੀ ਸਾਡਾ ਸੈਮੀਨਾਰ ਹੋਇਆ ਅਤੇ ਉੱਥੇ ਇੱਕ ਭਾਈ ਸਾਹਿਬ ਆ ਕੇ ਬੋਲੇ ਅਤੇ ਉਹ ਕਾਮਰੇਡ ਸਨ ਬਿਲਕੁਲ, ਅਤੇ ਅਸੀਂ ਜਦੋਂ ਆਪਦੇ ਐੱਚ ਓ ਡੀ ਨੂੰ ਇਸ ਗੱਲ ਦੀ ਰਿਪੋਰਟ ਕਰੀ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ, ਬਾਅਦ ਵਿੱਚ ਵੀ ਉਹਨਾਂ ਨੂੰ ਕਲਾਸ 'ਚ ਲਿਆ ਕੇ ਸਪੈਸ਼ਲ ਅਲੱਗ, ਮਤਲਬ ਜਿਹੜੇ ਹੁਣ ਜਿਵੇਂ ਅਸੀਂ ਬੱਚੇ ਥੋੜ੍ਹੇ ਸਵਾਲ ਉਠਾਉਂਦੇ ਸੀ ਸਾਨੂੰ ਬਿਨਾਂ ਦੱਸੇ ਹੀ ਜਿਹੜੇ ਥੋੜ੍ਹੇ ਬੱਚੇ ਅਜੇ ਨਵੇਂ ਆਏ ਸੀ ਉਹਨਾਂ ਤੋਂ ਉਹਨਾਂ ਦਾ ਲੈਕਚਰ ਕਰਾਇਆ ਗਿਆ, ਫਿਰ ਉਦੋਂ ਵੀ ਅਸੀਂ ਹਾਇਰ ਅਥੋਰਿਟੀਜ਼ ਨੂੰ ਰਿਪੋਰਟ ਕਰਿਆ ਕਿ ਇਹ ਤੁਸੀਂ ਕਿਸ ਤਰ੍ਹਾਂ ਪਰਮਿਟ ਕਰਦੇ ਹੋ, ਤੁਸੀਂ ਇਸ ਗੱਲ 'ਤੇ ਕੋਈ ਐਕਸ਼ਨ ਲਓ, ਫਿਰ ਉਸ ਚੀਜ਼ ਨੂੰ ਰੋਕਿਆ ਗਿਆ। ਅਤੇ ਹੁਣ ਇਹ ਗੱਲ ਜੀ ਇਹ ਸਾਰਾ ਕੁਝ ਚੱਲ ਰਿਹਾ ਸੀ, ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਇਹਦੇ ਵਿੱਚ ਹੀ ਕੀ ਹੋਇਆ ਕਿ ਨਵੰਬਰ ਦੇ ਵਿੱਚ ਸਾਡੇ ਐੱਚ ਓ ਡੀ ਰਿਟਾਇਰ ਹੋ ਗਏ ਜੋ ਪਰਮਾਨੈਂਟ ਐੱਚ ਓ ਡੀ ਸੀ, ਅਤੇ ਨਵੰਬਰ 2016 ਤੋਂ ਲੈ ਕੇ ਸਤੰਬਰ 2017 ਤੱਕ ਸਾਡਾ ਐਡੀਸ਼ਨਲ ਚਾਰਜ ਸਾਡੇ ਡੀਨ ਅਕੈਡੈਮਿਕਸ ਕੋਲ ਰਿਹਾ।
ਸਤੰਬਰ 2017 ਦੇ ਵਿੱਚ ਇਹਨਾਂ ਨੇ ਸਾਡੇ ਉੱਥੇ ਜਿਵੇਂ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ ਆ ਉਹਦੇ ਨਾਲ ਇੱਕ ਸੈਂਟਰ ਔਨ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਹੈ, ਉਸ ਸੈਂਟਰ ਦੇ ਵਿੱਚ ਨਾ ਸਿਰਫ ਰਿਸਰਚ ਵਰਕ ਚੱਲਦਾ, ਗੁਰੂ ਮਹਾਰਾਜ ਜੀ ਦੀ ਬਾਣੀ ਤੋਂ ਵੱਖਰੇ ਵੱਖਰੇ ਵਿਸ਼ੇ ਲੈ ਕੇ ਉਹਨਾਂ 'ਤੇ ਰਿਸਰਚ ਕਰੀ ਜਾਂਦੀ ਆ। ਸੋ ਉੱਥੇ ਕੋਈ ਟੀਚਿੰਗ ਨਹੀਂ ਹੁੰਦੀ, ਉਹ ਸਿਰਫ ਨੋਨ ਟੀਚਿੰਗ ਡਿਪਾਰਟਮੈਂਟ ਆ, ਸਕੋਲਰਸ ਆਉਂਦੇ ਨੇ ਰਿਸਰਚ ਕਰਦੇ ਆ। ਉਸ ਡਿਪਾਰਟਮੈਂਟ ਦੇ ਜਿਹੜੇ ਉਸ ਸਮੇਂ ਡਾਇਰੈਕਟਰ ਸਨ ਡਾਕਟਰ ਅਮਰਜੀਤ ਸਿੰਘ, ਉਹਨਾਂ ਨੂੰ ਸਾਡੇ ਡਿਪਾਰਟਮੈਂਟ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ। ਹਾਂਜੀ ਐਡਹੋਕ, ਸਾਨੂੰ ਉਦੋਂ ਵੀ ਪਤਾ ਸੀਗਾ ਕਿ ਇਹ ਨੋਨ ਟੀਚਿੰਗ 'ਚੋਂ ਆਏ ਨੇ, ਸੋ ਬੇਸਿਕਲੀ ਐਜ਼ ਪਰ ਯੂ ਜੀ ਸੀ ਨੋਰਮਸ ਇਹ ਐਲੀਜੀਬਲ ਨਹੀਂ ਹੈਗੇ ਕਿ ਇਹ ਐਚ ਓ ਡੀ ਬਣ ਸਕਣ। ਪਰ ਅਸੀਂ ਫਿਰ ਵੀ ਸੋਚਿਆ, ਸਿੱਖੀ ਸਰੂਪ ਧਾਰਨ ਕਰਿਆ ਹੈ, ਐਸ ਜੀ ਪੀ ਸੀ ਦੇ ਅਦਾਰਿਆਂ 'ਚੋਂ ਪਹਿਲਾਂ ਰਹੇ ਨੇ ਐਸ ਜੀ ਪੀ ਸੀ ਦੇ ਸਕੂਲ ਕਾਲਜਾਂ ਦੇ ਵਿੱਚ, ਅਤੇ ਚਲੋ ਕੋਈ ਗੱਲ ਨਹੀਂ, ਆਪਾਂ ਨੂੰ ਤਾਂ ਇੰਨਾ ਵਾ ਕਿ ਜੇ ਆਏ ਨੇ ਤਾਂ ਥੋੜ੍ਹਾ ਜਿਹਾ ਇਹਨਾਂ ਟੀਚਰਾਂ ਨੂੰ ਸਮਝਾਉਣਗੇ ਕਿ ਤੁਸੀਂ ਧਰਮ ਅਧਿਐਨ ਦੇ ਵਿਭਾਗ 'ਚੋਂ ਥੋੜ੍ਹਾ ਕਲਾਸ ਵਿੱਚ ਕਿਸ ਤਰੀਕੇ ਨਾਲ ਪੜ੍ਹਾਉਣਾ। ਲੇਕਿਨ ਸਭ ਤੋਂ ਵੱਡੀ ਨਮੋਸ਼ੀ ਵਾਪਰੀ ਹੀ ਉਦੋਂ ਕਿ ਜਦੋਂ ਉਹਨਾਂ ਨੇ ਆ ਕੇ ਉਹਨਾਂ ਨੇ ਇਹਨਾਂ ਵੱਲ ਹੀ ਆਪਦਾ ਝੁਕਾਅ ਕਰ ਲਿਆ। ਅਸੀਂ ਜੀ ਉਹ ਸਤੰਬਰ 'ਚ ਉਹਨਾਂ ਨੇ ਜੁਆਇਨ ਕਰਿਆ, ਅਸੀਂ ਸਤੰਬਰ ਅਕਤੂਬਰ ਨਵੰਬਰ ਦਸੰਬਰ 4 ਮਹੀਨੇ ਉਹਨਾਂ ਦੀ ਵੇਟ ਕਰਦੇ ਰਹੇ ਅਸੀਂ। ਕੋਈ ਵੀ ਮੁੱਦਾ ਕੀ ਹੁੰਦਾ ਸੀ, ਮੁੱਦੇ ਤਾਂ ਇਹੀ ਸੀ ਕਿ ਤੁਸੀਂ ਸਾਡੇ ਲਈ ਜੀ ਇੱਥੇ ਫਿਲੋਸਫੀ ਦਾ ਟੀਚਰ ਰਖਵਾਓ, ਤੁਸੀਂ ਐਮਫਿਲ ਸਾਡੀ ਸ਼ੁਰੂ ਕਰਵਾਓ, ਅਤੇ ਤੀਸਰਾ ਮੁੱਦਾ ਇਹ ਸੀ ਕਿ ਇਹਨਾਂ ਟੀਚਰਾਂ ਨੂੰ ਪਲੀਜ਼ ਬੇਨਤੀ ਕਰੋ ਕਿ ਤੁਸੀਂ ਕਲਾਸ ਵਿੱਚ ਆ ਕੇ ਬੱਚਿਆਂ ਦੀ ਸ਼ਰਧਾ ਨੂੰ ਸੱਟ ਮਾਰਨ ਵਾਲੀਆਂ ਗੱਲਾਂ ਨਾ ਕਿਹਾ ਕਰੋ। ਕਿਉਂਕਿ ਸਾਨੂੰ ਕਲਾਸ 'ਚ ਇੱਥੋਂ ਤੱਕ ਕਿਹਾ ਜਾਂਦਾ ਸੀ, ਹੁਣ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਨਾ, ਤੁਹਾਨੂੰ 2 ਸਾਲ ਬਾਅਦ ਦੇਖਾਂਗੇ, ਬੜੇ ਆਏ ਤੁਹਾਡੇ ਵਰਗੇ, 2 ਸਾਲ ਬਾਅਦ ਸਭ ਬਦਲ ਜਾਂਦੇ ਨੇ, ਇਹ ਗੱਲ ਹੁੰਦੀ ਸੀ। ਸੋ ਅਸੀਂ ਉਹਨਾਂ ਨੂੰ, ਉਹ ਭਾਈ ਸਾਹਿਬ ਨੂੰ ਡਾਕਟਰ ਅਮਰਜੀਤ ਸਿੰਘ ਜੀ ਨੂੰ ਇਹ ਬੇਨਤੀ ਕਰੀ ਸੀ ਕਿ ਤੁਸੀਂ ਇਹ ਗੱਲਾਂ 'ਤੇ ਥੋੜ੍ਹਾ ਧਿਆਨ ਦਿਓ ਅਤੇ ਥੋੜ੍ਹਾ ਵਿਭਾਗ ਦੇ ਵਿੱਚ ਥੋੜ੍ਹਾ ਮਾਹੌਲ ਧਰਮ ਅਧਿਐਨ ਵਿਭਾਗ ਵਰਗਾ ਬਣੇ, ਜੋ ਨਹੀਂ ਹੈ ਇੱਥੇ। ਅਤੇ ਅਸੀਂ ਕਰਦੇ ਰਹੇ, ਉਹਨਾਂ ਦੀ ਵੇਟ ਕਰਦੇ ਰਹੇ, ਉਹਨਾਂ ਨੇ ਕਦੇ ਨਾ ਵੀ ਨਾ ਕਰਨੀ ਪਰ ਕੰਮ ਵੀ ਕੋਈ ਨਾ ਕਰਨਾ, ਇਹ ਕਰਦੇ ਕਰਾਉਂਦੇ ਜੀ ਦਸੰਬਰ ਦਾ ਮਹੀਨਾ ਆ ਗਿਆ। ਦਸੰਬਰ ਦੇ ਮਹੀਨੇ ਦੇ ਵਿੱਚ ਕੀ ਹੋਇਆ ਕਿ ਇਹਨਾਂ ਤੋਂ ਇਲਾਵਾ ਸਾਡੇ ਇੱਕ ਹੋਰ ਐਡਹੋਕ ਦੇ ਟੀਚਰ ਸਨ, ਪਰਮਿੰਦਰ ਸਿੰਘ। ਉਹ ਪਰਮਿੰਦਰ ਸਿੰਘ ਜੀ ਦਾ ਵੀ ਇਹੀ ਆ ਕਿ ਉਹਨਾਂ ਨੇ ਇੱਥੇ 7 ਸਾਲ ਲਾ ਕੇ ਆਪਦੀ PhD ਕਰੀ, ਉਹਨਾਂ ਨੂੰ ਗ੍ਰਾਂਟ ਵੀ ਮਿਲਦੀ ਰਹੀ ਪਰ 7 ਸਾਲ ਲਾ ਕੇ ਵੀ ਉਹਨਾਂ ਦੀ PhD ਪੂਰੀ ਨਹੀਂ ਹੋਈ। ਇਹ ਗੱਲ ਮੈਂ ਇਸ ਲਈ ਕਹਿ ਰਹੀ ਹਾਂ, ਮੈਂ ਇਸ ਲਈ ਨਹੀਂ ਕਹਿ ਰਹੀ ਕਿ ਠੀਕ ਆ ਨਹੀਂ ਹੋਈ ਤਾਂ ਕੋਈ ਕਾਰਨ ਹੋਏਗਾ, ਪਰ ਇਹ ਚੀਜ਼ ਸਾਡੀ ਪੜ੍ਹਾਈ ਨੂੰ ਇਫੈਕਟ ਕਰ ਗਈ। ਇਫੈਕਟ ਕਿਵੇਂ ਕਰ ਗਈ ਕਿ ਉਹਨਾਂ ਨੂੰ ਸਾਡੇ ਸਭ ਤੋਂ ਟੈਕਨੀਕਲ ਸਬਜੈਕਟਸ ਐਨਾਲਿਟੀਕਲ ਫਿਲੋਸਫੀ ਦੇ ਦਿੱਤਾ ਗਿਆ, ਉਹਨਾਂ ਨੂੰ ਉਹ ਸਬਜੈਕਟ ਨਹੀਂ ਸੀ ਆਉਂਦਾ ਕਿਉਂਕਿ ਬੁੱਕਸ ਵੀ ਨਹੀਂ ਲੈ ਕੇ ਆਉਣੀਆਂ। ਇੱਥੋਂ ਤੱਕ ਸਟੈਂਡਰਡ ਮਾੜਾ ਸੀ ਕਿ ਬੁੱਕ ਵੀ ਨਹੀਂ ਲੈ ਕੇ ਆਉਣੀ, ਸਾਨੂੰ ਕਹਿ ਦੇਣਾ ਤੁਸੀਂ ਲਾਇਬ੍ਰੇਰੀ 'ਚੋਂ ਬੁੱਕਸ ਇਸ਼ੂ ਕਰਾ ਲਿਆ। ਅਸੀਂ ਕਰਵਾ ਕੇ ਵੀ ਹੱਥ 'ਚ ਅਗਰ ਫੜਾ ਦਿੰਦੇ ਸੀ ਫਿਰ ਵੀ ਵੀਰ ਜੀ ਅਗਲੇ ਦਿਨ ਕਲਾਸ 'ਚ ਆ ਕੇ ਉਹ ਸਾਨੂੰ 15 ਮਿੰਟ ਪੜ੍ਹਾ ਨਹੀਂ ਸੀ ਪਾਉਂਦੇ। ਜੇ ਅਸੀਂ ਉਹਨਾਂ ਨੂੰ ਅੱਜ ਕੋਈ ਸਵਾਲ ਪੁੱਛਦੇ ਸੀ ਤਾਂ 4 ਦਿਨ 5 ਦਿਨ ਉਹੀ ਗੱਲ ਰਿਪੀਟ ਹੁੰਦੀ ਰਹਿੰਦੀ ਸੀ। ਅਸੀਂ ਡਾਕਟਰ ਅਮਰਜੀਤ ਸਿੰਘ ਨੂੰ ਇਸ ਗੱਲ ਦੀ ਰਿਪੋਰਟ ਕਰੀ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਫਿਰ ਬੜੀ ਮੁਸ਼ਕਿਲ ਦੇ ਨਾਲ ਸਾਨੂੰ ਇੱਕ ਹੋਰ ਪ੍ਰੋਫੈਸਰ ਦਿੱਤੇ ਗਏ ਥੋੜ੍ਹੇ ਦਿਨ ਪੜ੍ਹਾਉਣ ਲਈ। ਉਹ ਸਾਊਥ ਇੰਡੀਅਨ ਸਨ, ਉਹ ਫਿਲੋਸਫੀ ਦੇ ਪੜ੍ਹੇ ਸੀ, ਬੜਾ ਵਧੀਆ ਉਹ ਪੜ੍ਹਾਉਂਦੇ ਰਹੇ। ਪੇਪਰ ਸੈਟਿੰਗ ਵੇਲੇ ਫਿਰ ਪ੍ਰੋਬਲਮ ਆ ਗਈ, ਪਰਮਿੰਦਰ ਸਿੰਘ ਜੀ ਨੇ ਪੇਪਰ ਸੈੱਟ ਕਰਤਾ, ਉਹਦੇ ਤੋਂ ਉਹਨਾਂ ਨੇ ਪੇਪਰ ਆਊਟ ਆਫ ਸਿਲੇਬਸ ਸੈੱਟ ਕਰਤਾ, ਜਾਣ ਕੇ ਸਾਨੂੰ ਤੰਗ ਕਰਨ ਲਈ, ਸਾਨੂੰ ਪਤਾ ਸੀ। ਤਾਂ ਨਾ ਅਸੀਂ ਇਸ ਗੱਲ ਦੀ ਹਾਇਰ ਅਥੋਰਿਟੀਜ਼ ਕੋਲ ਜਦੋਂ ਕੰਪਲੇਂਟ ਕਰੀ ਤਾਂ ਉਹਨਾਂ ਨੇ ਇਹਨਾਂ ਨੂੰ ਥੋੜ੍ਹਾ ਸਟ੍ਰਿਕਟਲੀ ਕਿਹਾ, ਇਹਨਾਂ ਨੇ ਸਾਡਾ ਪੇਪਰ ਰੀਇਵੈਲੂਏਟ ਕਰਾਉਣ ਦੀ ਜਗ੍ਹਾ ਡਾਕਟਰ ਅਮਰਜੀਤ ਸਿੰਘ ਨੇ ਇਹ ਇਹਨਾਂ 3 ਟੀਚਰਾਂ ਦੇ ਪ੍ਰਭਾਵ ਹੇਠ ਆ ਕੇ ਕੀ ਕੀਤਾ ਕਿ ਪੁੱਠਾ ਸਾਡੇ ਨੰਬਰ ਘਟਾ ਦਿੱਤੇ। ਜਿਵੇਂ ਫੋਰ ਐਗਜ਼ਾਮਪਲ ਮੈਨੂੰ ਪੇਪਰ ਦਿਖਾਇਆ, ਮੇਰੇ 88 ਨੰਬਰ ਆਏ ਨੇ ਨਾ, ਦੂਸਰੇ ਸਟੂਡੈਂਟ ਦੇ 81 ਆਏ ਨੇ, ਤਾਂ ਸਾਡੇ ਗ੍ਰੇਡ ਤਾਂ ਸੇਮ ਹੀ ਹੋਏ, ਏ ਗ੍ਰੇਡ ਹੀ ਹੋਇਆ। ਤਾਂ ਉਹਨਾਂ ਨੂੰ ਲੱਗਿਆ ਵੀ ਇਹ ਕਿਹੜਾ ਬੱਚਿਆਂ ਨੂੰ ਪਤਾ ਲੱਗਣਾ ਵਾ, ਆਪਾਂ ਇਹਦੇ ਜਿਹੜੇ ਜਿਹਦੇ 88 ਆਏ ਸੀ ਨਾ ਇਹਦੇ ਵੀ ਘਟਾ ਕੇ 81 ਕਰ ਦਿਉ। ਪਰ ਉਹ ਸਾਨੂੰ ਪਤਾ ਲੱਗ ਗਿਆ ਕਿਉਂਕਿ ਅਸੀਂ ਆਲਰੇਡੀ ਪਰਮਿਸ਼ਨ ਲਈ ਹੋਈ ਸੀ ਕਿ ਅਸੀਂ ਆਪਦੀਆਂ ਲਿਸਟਾਂ ਦੁਆਰਾ ਦੇਖਣੀਆਂ ਨੇ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਦੋਂ ਵੀ ਇਹਨਾਂ ਦੀ ਰਿਪੋਰਟ ਕਰੀ ਅਤੇ ਸਾਰਿਆਂ ਨੇ ਸਾਨੂੰ ਕਿਹਾ ਕਿ ਇਹ ਤਾਂ ਟੀਚਰ ਦੇ ਨਾਮ 'ਤੇ ਕ੍ਰਾਈਮ ਹੈ। ਅਸੀਂ ਫਿਰ ਸੋਚਿਆ ਕਿ ਚਲੋ ਕੋਈ ਗੱਲ ਨਹੀਂ, ਅਸੀਂ ਇਹਨਾਂ ਨੂੰ ਫਿਰ ਬੇਨਤੀ ਕਰੀ, ਪਰ ਫਿਰ ਜਦੋਂ ਇਹਨਾਂ ਨੇ ਸਾਡੀਆਂ ਵੀਰ ਜੀ ਗੱਲਾਂ ਨਹੀਂ ਮੰਨੀਆਂ ਤਾਂ ਅਸੀਂ ਜਨਵਰੀ ਦੇ ਵਿੱਚ ਇਹਨਾਂ ਦੇ ਖਿਲਾਫ ਰਿਟਰਨ ਰਿਪੋਰਟ ਕਰੀ।
ਉਹਦੇ ਵਿੱਚ ਅਸੀਂ ਜਿਹੜਾ ਸਭ ਤੋਂ ਮੇਨ ਮੁੱਦਾ ਸੀ ਉਹ ਇਹ ਸੀਗਾ ਕਿ ਜਿਵੇਂ ਹੁਣ ਆਪਾਂ ਪਹਿਲਾਂ ਹੀ ਗੱਲ ਕਰੀ ਆ, ਤੁਸੀਂ ਪੁੱਛਿਆ ਕਿ ਵੀ ਇਹਦਾ ਕਾਰਨ ਕੀ ਬਣਦਾ ਵਾ, ਕਾਰਨ ਇਹ ਆ ਕਿ ਕੋਈ ਸੀਰੀਅਸ ਰਿਸਰਚ ਨਹੀਂ ਹੈ। ਦੇਖੋ ਯੂਨੀਵਰਸਿਟੀ ਨੇ ਹਰ ਡਿਪਾਰਟਮੈਂਟ ਦੇ ਵਿੱਚ ਇੱਕ ਰਿਸਰਚ ਫੋਰਮ ਬਣਾਈ ਹੋਈ ਆ। ਰਿਸਰਚ ਫੋਰਮ ਦੇ ਤਹਿਤ ਹਰ ਮਹੀਨੇ ਇੱਕ ਪੇਪਰ ਪੜ੍ਹਿਆ ਜਾਣਾ ਹੁੰਦਾ, ਉਹਦੇ ਉੱਪਰ ਡਿਸਕਸ਼ਨ ਹੋਣੀ ਹੁੰਦੀ ਆ। ਅਸੀਂ ਇੱਥੇ ਜਦੋਂ ਆਏ ਜੀ, ਪਹਿਲੀ ਵਾਰੀ ਇੱਕ ਪੇਪਰ ਪੜ੍ਹਿਆ ਗਿਆ 52 ਅੱਖਰੇ ਉੱਪਰ। ਉਸ ਪੇਪਰ ਦੇ ਵਿੱਚ ਵੀ ਅਸੀਂ ਥੋੜ੍ਹੇ ਜਿਹੇ ਸਵਾਲ ਪੁੱਛੇ ਬੱਚੇ ਨੂੰ, ਜਿਹੜੇ ਬੱਚੇ ਨੇ ਪੇਪਰ ਪੜ੍ਹਿਆ ਸੀ, ਚੰਗਾ ਡਾਇਲੋਗ ਚੱਲਿਆ। ਪਰ ਉਸ ਪੇਪਰ ਤੋਂ ਬਾਅਦ 2 ਸਾਲ ਦਾ ਸਮਾਂ ਲੰਘ ਗਿਆ, ਕਦੇ ਉੱਥੇ ਕੋਈ ਪੇਪਰ ਨਹੀਂ ਪੜ੍ਹਿਆ ਗਿਆ। ਅਤੇ ਅਸੀਂ ਇਸ ਗੱਲ ਦੇ ਲਈ VC ਸਰ ਕੋਲ ਗਏ ਕਿ ਦੇਖੋ ਰਿਸਰਚ ਫੋਰਮ ਚਲਾਓ, ਜੇ ਇਹ ਹੁਣ ਦੇ ਰਹੀ ਆ ਯੂਨੀਵਰਸਿਟੀ ਆਪਾਂ ਨੂੰ ਕੋਈ ਐਵੇਂ ਦੇ ਸਾਧਨ ਕੁਝ ਸਿੱਖਣ ਦੇ, ਤੇ ਅਸੀਂ ਕਿਉਂ ਨਾ ਉਹਨੂੰ ਯੂਜ਼ ਕਰੀਏ। ਤਾਂ ਉਸ ਗੱਲ ਦੀ ਅਸੀਂ ਇਹਨਾਂ ਕੋਲ ਜਾ ਕੇ ਜੀ ਇਹ ਬੇਨਤੀ ਕਰੀ, ਇੱਥੋਂ ਸਾਡੀ ਇਹਨਾਂ ਦੇ ਨਾਲ ਰਿਟਨ ਕੰਪਲੇਂਟ 'ਤੇ ਗੱਲ ਪਹੁੰਚ ਗਈ। ਪਰ ਉਸ ਤੋਂ ਬਾਅਦ ਵਿੱਚ ਫਿਰ ਮਸਲਾ ਹੋਰ ਜ਼ਿਆਦਾ ਵਿਗੜਦਾ ਗਿਆ। ਜਦੋਂ ਵੀ ਅਸੀਂ ਆਪਦੇ ਕੋਈ ਕੰਮ ਲਈ ਇਹਨਾਂ ਕੋਲ ਚਿੱਠੀ ਲੈ ਕੇ ਜਾਣਾ, ਇਹਨਾਂ ਨੇ ਕਹਿਣਾ ਤੁਸੀਂ ਆਹ ਚਿੱਠੀ ਦਿੱਤੀ ਸੀ ਨਾ, ਹੁਣ ਮੇਰਾ ਤੁਹਾਡਾ ਕੰਮ ਕਰਨ ਨੂੰ ਮਨ ਨਹੀਂ ਕਰਦਾ। ਕਿ ਮੁੱਦੇ ਕਿਵੇਂ ਦੇ ਹੁੰਦੇ ਸੀ ਕਿ ਸਾਡੇ ਕੋਲ ਟੀਚਰ ਨਹੀਂ ਆ, ਚਲੋ UGC ਦੀ 20 ਲੱਖ ਦੀ ਗ੍ਰਾਂਟ ਆਈ ਹੈ ਜਿਹਦੇ ਵਿੱਚੋਂ 90,000 ਰੁਪਇਆ ਸਿਰਫ ਵਿਜ਼ਿਟਿੰਗ ਪ੍ਰੋਫੈਸਰਸ ਨੂੰ ਬੁਲਾਉਣ ਲਈ ਆ। ਅਸੀਂ ਕਿਹਾ ਕਿ ਠੀਕ ਆ ਜੀ, ਹੁਣ ਸਾਡੇ ਕੋਲ ਟੀਚਰ ਤਾਂ ਹੈ ਨਹੀਂ, ਤੁਸੀਂ ਵਿਜ਼ਿਟਿੰਗ ਪ੍ਰੋਫੈਸਰ ਬੁਲਾਓ, ਉਹ ਸਾਨੂੰ ਹਫ਼ਤਾ ਹਫ਼ਤਾ ਪੜ੍ਹਾ ਦੇਣਗੇ, ਅਸੀਂ ਆਪਦਾ ਸਿਲੇਬਸ ਐਵੇਂ ਪੂਰਾ ਕਰ ਲਾਂਗੇ। ਤਾਂ ਉਹਦੇ ਵਿੱਚ ਵੀ ਇਹਨਾਂ ਨੇ ਵਿਘਨ ਖੜਾ ਕਰਿਆ। ਇਹਨਾਂ ਨੇ ਕਿਉਂਕਿ HOD ਸਨ, ਪਾਵਰ ਸੀ ਕੋਲ, ਉਹ ਜੇ ਡਾਇਰੈਕਟਰ ਨੇ ਇਹਨਾਂ ਕੋਲ ਲੈਟਰ ਲੈ ਕੇ ਜਾਣਾ ਤਾਂ ਇਹਨਾਂ ਨੇ ਉਹ ਚਿੱਠੀ ਅੱਗੇ ਹੀ ਨਾ ਜਾਣ ਦੇਣੀ। ਸੋ ਉਹ ਵੀ ਇਹਨਾਂ ਨੇ ਸਾਡਾ ਹੋਣ ਨਹੀਂ ਦਿੱਤਾ। ਸੋ ਇਸ ਤਰੀਕੇ ਨਾਲ ਬੜੇ ਕੰਮ ਚੱਲਦੇ ਰਹੇ। ਇਸ ਤੋਂ ਇਲਾਵਾ ਇੱਕ ਸੈਮੀਨਾਰਸ ਦਾ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਉਹ SAP ਦੀ ਗ੍ਰਾਂਟ ਦੇ ਅਧੀਨ ਨਾ ਅਸੀਂ ਇੱਥੇ ਸੈਮੀਨਾਰਸ ਵੀ ਕਰਾਉਣੇ ਹੁੰਦੇ ਆ। ਅਤੇ ਅਸੀਂ ਚਾਹੁੰਦੇ ਸੀਗੇ ਕਿ ਬਾਕੀ ਡਿਪਾਰਟਮੈਂਟਸ ਦੇ ਅਗਰ ਤੁਸੀਂ ਦੇਖੋ ਤਾਂ ਉਹਨਾਂ ਦੇ ਜਿਹੜੇ ਪ੍ਰੋਫੈਸਰਸ ਆਉਂਦੇ ਨੇ ਸੈਮੀਨਾਰ ਵਿੱਚ, ਐਕਸਪਰਟਸ ਬੁਲਾਏ ਜਾਂਦੇ ਆ, ਫੋਰਨ ਤੋਂ ਬੁਲਾਏ ਜਾਂਦੇ ਆ, ਸਾਰੀਆਂ ਯੂਨੀਵਰਸਿਟੀਜ਼ ਨੂੰ ਉਹਦੇ ਵਿੱਚ ਇਕੱਠਾ ਕਰਿਆ ਜਾਂਦਾ। ਸਾਡਾ ਡਿਪਾਰਟਮੈਂਟ ਕੀ ਕਰਦਾ ਜੀ, ਪਟਿਆਲੇ ਤੋਂ ਬੁਲਾ ਲਿਆ, ਠੀਕ ਹੈ, ਜਾਂ ਪਟਿਆਲੇ ਤੋਂ ਵੀ ਛੱਡ ਦਿਓ। ਜਿਹੜਾ ਸਾਡਾ ਮਾਰਚ ਵਿੱਚ ਸੈਮੀਨਾਰ ਹੋਇਆ ਉਹਦੇ 'ਚ ਤਾਂ ਇਹ ਹੋਇਆ ਕਿ ਆਪਦੇ ਹੀ ਡਿਪਾਰਟਮੈਂਟ ਦੇ ਬੰਦੇ ਤੋਂ ਬੁਲਵਾ ਲਓ, ਉਹਦੇ ਹੀ ਰਿਸ਼ਤੇਦਾਰ ਨੂੰ ਬੁਲਾ ਲਿਆ ਗਿਆ, ਠੀਕ ਹੈ, ਅਤੇ ਉਹ ਗੱਲ ਕੀ ਆ ਕਿ ਜਿੰਨੀ ਗ੍ਰਾਂਟ ਮਿਲੀ ਆਪਸ 'ਚ ਹੀ ਵੰਡ ਲਓ। ਉਦੋਂ ਵੀ ਅਸੀਂ ਇਸ ਗੱਲ ਦੀ ਰਿਪੋਰਟ ਉੱਪਰ ਕਰੀ, ਅਤੇ ਪ੍ਰੋਬਲਮ ਇਹ ਪੈਂਦੀ ਆ ਕਿ ਜੇ ਹਾਇਰ ਅਥੋਰਿਟੀਜ਼ ਕੋਈ ਐਕਸ਼ਨ ਵੀ ਲੈਂਦੀਆਂ ਸੀ, ਫੋਰ ਦਾ ਟਾਈਮ ਬੀਂਗ ਗੱਲ ਠੀਕ ਹੋ ਗਈ, ਕੱਲ੍ਹ ਨੂੰ ਕੋਈ ਨਵੀਂ ਗੱਲ ਸ਼ੁਰੂ, ਕੱਲ੍ਹ ਨੂੰ ਕੋਈ ਨਵੀਂ ਗੱਲ, ਮਤਲਬ ਇੰਨਾ ਜ਼ਿਆਦਾ ਸਾਨੂੰ ਫਰਸਟ੍ਰੇਟ ਕੀਤਾ ਗਿਆ ਕਿ ਇੰਨੇ ਜ਼ਿਆਦਾ ਤੰਗ ਆ ਜਾਣ ਕਿ ਆਪੇ ਹੀ ਛੱਡ ਕੇ ਚਲੇ ਗਏ। ਇਹ ਸਾਰੀ ਗੱਲ ਦਾ ਇਹੀ ਅਰਥ ਨਿਕਲਦਾ ਕਿ ਤੁਹਾਨੂੰ ਤਾਂ ਹੀ ਰੋਕਿਆ ਗਿਆ ਅੱਗੇ ਵਧਣ ਤੋਂ ਕਿ ਤੁਸੀਂ ਸਵਾਲ ਖੜੇ ਕਰਦੇ। ਹਾਂਜੀ, ਕਿਉਂਕਿ ਅਸੀਂ ਸਵਾਲ ਖੜੇ ਕਰਦੇ ਹਾਂ ਕਿਉਂਕਿ ਅਸੀਂ ਐਕਚੁਅਲ 'ਚ ਚਾਹੁੰਦੇ ਹਾਂ ਕਿ ਪੰਥ ਵਿੱਚ ਕੋਈ ਸੀਰੀਅਸ ਸੰਵਾਦ ਤੁਰਨ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਪਾਂ ਵੀ ਹੱਲ ਵੱਲ ਨੂੰ ਵਧੀਏ। ਕਿਉਂ ਇਸ ਤਰ੍ਹਾਂ ਹੈ ਕਿ ਆਪਾਂ ਵਿਵਾਦਾਂ 'ਚ ਹੀ ਘਿਰੇ ਰਹੀਦਾ? ਜਿਹੜੀ ਆਪਾਂ ਨੂੰ ਮਹਾਰਾਜ ਨੇ ਸਿੱਖੀ ਦਿੱਤੀ ਆ ਉਹ ਐਡੀ ਆਪਦੇ ਆਪ 'ਚ ਵਿਸ਼ਾਲ ਆ ਕਿ ਉਹਨੇ ਸਮਾਜ ਦੀਆਂ ਹੋਰ ਪ੍ਰੋਬਲਮਸ ਵੀ ਸੋਲਵ ਕਰਨੀਆਂ ਨੇ, ਅਤੇ ਇੱਥੇ ਅਸੀਂ ਆਪਦੇ ਘਰ ਵਿੱਚ ਹੀ ਲੜਾਈਆਂ ਪਾਈ ਬੈਠੇ ਹਾਂ, ਅਤੇ ਅਸੀਂ ਸਮਾਜ ਨੂੰ ਕੀ ਸੇਧ ਦੇਣੀ ਹੈ? ਇਹ ਸਾਨੂੰ ਪ੍ਰੋਬਲਮ ਲੱਗਦੀ ਆ। ਇਸ ਕਰਕੇ ਅਸੀਂ ਚਾਹੁੰਦੇ ਸੀਗੇ ਕਿ ਕੋਈ ਇੱਥੇ ਸੀਰੀਅਸ ਕੰਮ ਚੱਲੇ, ਇਹ ਪਰ ਨਹੀਂ ਹੋਇਆ। ਇੱਥੋਂ ਤੱਕ ਵੀਰ ਜੀ ਹਾਲ ਹੈ ਕਿ ਜਿਹੜੇ ਕਈ ਬਾਹਰ ਦੇ ਪ੍ਰੋਫੈਸਰਸ ਜਿਨ੍ਹਾਂ ਨੂੰ ਈਵਨ ਪੰਥ ਦੇ ਵਿੱਚ ਵੀ ਉਹਨਾਂ ਦੀਆਂ ਕਿਤਾਬਾਂ ਨੂੰ ਪ੍ਰਮਾਣਿਤ ਨਹੀਂ ਕੀਤਾ ਗਿਆ, ਉਹ ਬੰਦਿਆਂ ਨੂੰ ਵੀ ਇੱਥੇ ਬੁਲਾ ਕੇ ਉਹਨਾਂ ਦੇ ਗੈਸਟ ਲੈਕਚਰ ਕਰਾਏ ਜਾਂਦੇ ਸੀ। ਇਸ ਗੱਲ ਦਾ ਵੀ ਜਦੋਂ ਅਸੀਂ ਪੁਆਇੰਟ ਉਠਾਇਆ ਤਾਂ ਫਿਰ ਵੀ ਕੋਈ ਨੋਟਿਸ ਨਹੀਂ। ਅਤੇ ਇਹ ਸਾਰੀਆਂ ਗੱਲਾਂ ਨੇ ਇਹ ਮਾਹੌਲ ਸਿਰਜਿਆ ਕਿ ਇਹਨਾਂ ਬੰਦਿਆਂ ਨੇ ਇਹ ਗੱਲ ਡਿਟਰਮਿਨ ਕਰ ਲਈ ਕਿ ਅਸੀਂ ਇਹਨਾਂ ਬੱਚਿਆਂ ਨੂੰ ਇੱਥੇ ਅੱਗੇ ਕੰਟੀਨਿਊ ਕਰਨ ਨਹੀਂ ਦੇਣਾ। ਇਸ ਕਰਕੇ ਜੀ ਜਦੋਂ ਸਾਡੀ MPhil ਸ਼ੁਰੂ ਹੋਣ ਦੀ ਗੱਲ ਆਈ ਤਾਂ ਸਾਨੂੰ VC ਸਰ ਨੇ ਅਤੇ ਡੀਨ ਸਰ ਨੇ ਕਿਹਾ ਕਿ ਅਗਰ ਤੁਸੀਂ ਨਾ ਆਪਦੇ ਡਿਪਾਰਟਮੈਂਟ ਦੀ ਬੋਰਡ ਆਫ ਕੰਟਰੋਲ ਦੀ ਮੀਟਿੰਗ ਹੁੰਦੀ ਹੈ, ਅਗਰ ਉਹਦੇ ਵਿੱਚੋਂ ਤੁਹਾਡੇ ਟੀਚਰਸ ਇਹ ਪਾਸ ਕਰਕੇ ਦੇ ਦੇਣ ਕਿ ਇਸ ਚੀਜ਼ ਦੀ ਲੋੜ ਆ ਤਾਂ ਇਹ ਹੋ ਜਾਏਗਾ ਜੀ। ਅਸੀਂ ਕਿਹਾ ਠੀਕ ਆ, ਅਸੀਂ ਇਹਨਾਂ ਨੂੰ ਬੜੀ ਰਿਕੁਐਸਟ ਕਰੀ, ਇਹਨਾਂ ਨੇ ਹੋਣ ਨਹੀਂ ਦਿੱਤਾ ਜੀ। ਜਦੋਂ ਪਰਮਾਨੈਂਟ ਪੋਸਟ ਕੱਢਣ ਦੀ ਗੱਲ ਆਈ ਤਾਂ ਡੀਨ ਸਰ ਨੇ ਕਿਹਾ ਕਿ ਵੀ ਹਾਂਜੀ ਤੁਹਾਡੇ ਲਈ ਪਰਮਾਨੈਂਟ ਪੋਸਟ ਕੱਢੀ ਜਾਏਗੀ ਫਿਲੋਸਫੀ ਦੀ, ਤਾਂ ਇਹ ਟੀਚਰ ਉੱਥੇ ਉਹਨਾਂ ਨਾਲ ਜਾ ਕੇ ਲੜਿਆ ਹੈ ਕਿ ਤੁਸੀਂ ਇਹ ਕਿਵੇਂ ਕਰ ਦਿੱਤਾ।
ਫਿਰ ਇਹਨਾਂ ਨੇ ਪੋਸਟ ਕੱਢੀ ਐੱਸ ਸੀ ਦੇ ਵਿੱਚ ਗੁਰੂ ਨਾਨਕ ਸਟੱਡੀਜ਼ ਦੀ, ਜਦਕਿ ਇਹ ਗੱਲ ਹੈ ਕਿ ਫਿਲੋਸਫੀ ਦੇ ਵਿੱਚ ਐੱਸ ਸੀ ਦੇ ਕੈਂਡੀਡੇਟ ਬਹੁਤ ਘੱਟ ਮਿਲਦੇ ਆ। ਇਸੇ ਗੱਲ ਦੇ ਤਹਿਤ ਸਿਰਫ ਦੋ ਕੈਂਡੀਡੇਟਸ ਦੀ ਚਿੱਠੀ ਆਈ ਅਤੇ ਉਹ ਫਿਰ ਸਾਡੇ ਲਈ ਇੰਟਰਵਿਊ ਨਹੀਂ ਹੋਈ। ਮਤਲਬ ਇਸ ਲੈਵਲ ਤੱਕ ਇਹਨਾਂ ਨੇ ਸਾਡੇ ਖਿਲਾਫ਼ ਜਾ ਕੇ ਕਰਨ ਦੀ ਕੋਸ਼ਿਸ਼ ਕਰੀ ਕਿ ਇਹਨਾਂ ਦਾ ਪੜ੍ਹਾਈ ਕਰਨ ਦਾ ਜੇ ਕੋਈ ਵੀ ਮੌਕਾ ਬਣਦਾ ਨਾ ਉਹਨੂੰ ਰੋਕ ਦਿੱਤਾ ਜਾਵੇ। ਤੁਹਾਨੂੰ ਕੀ ਲੱਗਦਾ ਕਿ ਸਿਰਫ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਕਿ ਹੋਰ ਵੀ ਇਸ ਤਰ੍ਹਾਂ? ਨਹੀਂ ਵੀਰ ਜੀ, ਦੇਖੋ ਹੋਏਗਾ ਤਾਂ ਡੀਗ੍ਰੇਡਡ ਮਾਹੌਲ ਹੋਰ ਪਾਸੇ ਵੱਲ ਵੀ, ਪਰ ਸਾਡੇ ਤਾਂ ਇਹ ਹੈ ਨਾ ਕਿ ਜ਼ੀਰੋ ਤੋਂ ਵੀ ਥੱਲੇ ਆ ਕੰਮ। ਸਾਡੇ ਪ੍ਰੋਬਲਮ ਇਹ ਹੈ ਕਿ ਬਾਕੀ ਡਿਪਾਰਟਮੈਂਟਸ ਵਿੱਚ ਚਲੋ 20% ਹੋਊ, ਕਿਤੇ 30 ਹੋਊ, 40 ਹੋਊ, 60 ਹੋਊ, 80 ਹੋਊ, ਸਾਡੇ ਤਾਂ 100% ਹੀ ਕੰਮ ਖਰਾਬ ਆ ਜੀ। ਕਲੈਸ਼ ਆਈਡੀਓਲੋਜੀ ਦਾ ਇੱਥੇ ਹੀ ਆ। ਹਾਂਜੀ, ਇੱਥੇ ਹੀ ਕਲੈਸ਼ ਹੈ। ਤੇ ਇਹ ਹੁਣ ਮਤਲਬ ਕਲਾਸਿਸ ਦੀ ਕੋਈ ਕੁਆਲਿਟੀ ਨਹੀਂ, ਕੋਈ ਮਤਲਬ ਸੀਰੀਅਸਨੈਸ ਹੀ ਨਹੀਂ ਹੈ ਨਾ। ਇਹ ਸਮਝ ਆ ਹੀ ਨਹੀਂ ਜਾ ਰਿਹਾ ਕਿ ਇਸ ਡਿਪਾਰਟਮੈਂਟ ਦਾ ਜੋ ਅਸਰ ਹੈ ਉਹ ਕਿੱਡੇ ਵੱਡੇ ਪੱਧਰ 'ਤੇ ਕੌਮ 'ਤੇ ਪੈ ਰਿਹਾ ਹੈ। ਕਿੰਨੇ ਮਤਲਬ ਕੌਮ ਇਹਨਾਂ ਵੱਲ ਦੇਖਦੀ ਹੈ ਕਿ ਇੱਥੋਂ ਕੋਈ ਸਾਨੂੰ ਨਵੀਂ ਸਮਝ ਆਉਣੀ ਹੈ ਅਤੇ ਕਿੱਥੋਂ ਆਉਣੀ ਹੈ। ਇਹ ਸਾਰੀ ਪ੍ਰੋਬਲਮ ਮਤਲਬ ਬੇਸਿਕਲੀ ਇਹ ਸਾਰੀ ਗੱਲ ਤੋਂ ਇਹ ਮਾਹੌਲ ਸਿਰਜਿਆ ਗਿਆ। ਇਸ ਲਈ ਫਿਰ ਜਦੋਂ ਐਮ ਫਿਲ ਰਿਲੀਜੀਅਸ ਸਟੱਡੀਜ਼ ਦਾ ਐਗਜ਼ਾਮ ਆਇਆ ਤਾਂ ਅਸੀਂ UGC ਅਸੀਂ ਆਪਦੇ ਵਾਈਸ ਚਾਂਸਲਰ ਸਰ ਕੋਲ ਗਏ, ਅਸੀਂ ਜਾ ਕੇ ਬੇਨਤੀ ਕਰੀ, ਜੀ ਦੇਖੋ ਸਿਰਫ 4 ਸੀਟਾਂ ਨੇ, ਹੁਣ ਫਿਲੋਸਫੀ ਦਾ ਤਾਂ ਤੁਸੀਂ ਕੋਈ ਟੀਚਰ ਰੱਖਿਆ ਨਹੀਂ ਅਤੇ ਅਸੀਂ ਤਾਂ ਐਮ ਫਿਲ ਕਰ ਨਹੀਂ ਸਕਦੇ, ਤੁਸੀਂ ਇਹ ਸੀਟਾਂ ਵਧਾ ਕੇ 14 ਕਰ ਦਿਉ। ਉਹਨਾਂ ਨੇ ਕਿਹਾ ਕਿ ਇਹ ਹੋ ਨਹੀਂ ਸਕਦਾ, UGC ਦਾ ਰੂਲ ਆ ਕੇ ਅਸਿਸਟੈਂਟ ਪ੍ਰੋਫੈਸਰ ਇੱਕ ਸਟੂਡੈਂਟ ਨੂੰ ਹੀ ਕਰਾ ਸਕਦੇ ਆ, ਸੋ ਇਹ ਹੋ ਨਹੀਂ ਸਕਣਾ। ਫਿਰ ਅਸੀਂ ਉਹਨਾਂ ਨੂੰ ਬੇਨਤੀ ਕਰੀ ਕਿ ਜੀ ਤੁਸੀਂ 4 ਵਿੱਚੋਂ ਨਾ 2 ਸੀਟਾਂ ਫਿਲੋਸਫੀ ਵਾਲਿਆਂ ਲਈ ਰਿਜ਼ਰਵ ਕਰ ਦਿਉ ਅਤੇ 2 ਤੁਸੀਂ ਰਿਲੀਜੀਅਸ ਸਟੱਡੀਜ਼ ਲਈ ਰੱਖ ਲਓ। ਅਤੇ ਉਹ ਮੰਨ ਗਏ, ਉਹ ਮੰਨ ਗਏ, ਲੇਕਿਨ ਸਾਡੇ HOD ਫੇਰ ਨਹੀਂ ਮੰਨੇ। ਉੱਥੇ ਹੋਈ ਵਰਬਲ ਕਮਿਊਨੀਕੇਸ਼ਨ ਤੋਂ ਵੀ ਇਹ ਮੁੱਕਰ ਗਏ। ਸੋ ਹੁਣ ਸਾਡੀ ਇਹ ਪ੍ਰੋਬਲਮ ਆ ਕਿ ਜੇ ਹਾਇਰ ਅਥੋਰਿਟੀਜ਼ ਕਿਸੇ ਗੱਲ ਵਿੱਚ ਸਾਡਾ ਸਾਥ ਦਿੰਦੀਆਂ ਵੀ ਨੇ ਤਾਂ ਜਿਹੜੇ ਸਾਡੇ ਇਹ ਅਫੀਸ਼ੀਏਟਿੰਗ ਹੈੱਡ ਨੇ ਨਾ ਉਹਨਾਂ ਟੀਚਰਾਂ ਦੇ ਪ੍ਰਭਾਵ ਹੇਠ ਆ ਕੇ ਆਪਦੀ ਕੁਰਸੀ ਨੂੰ ਪੱਕਿਆਂ ਕਰਨ ਲਈ ਇਹ ਸਾਡੀ ਗੱਲ ਦੇ ਖਿਲਾਫ ਹੋ ਜਾਂਦੇ ਆ। ਇਹ ਗੱਲ ਦੀ ਸਾਡੀ ਪ੍ਰੋਬਲਮ ਆ। ਅਤੇ ਫਿਰ ਹੁਣ ਜਦੋਂ ਐਮ ਫਿਲ ਦਾ ਵੀ ਹੋਇਆ ਤਾਂ ਇਹਦੇ ਵਿੱਚ ਵੀ ਸੇਮ ਇਹੀ ਹੋਇਆ ਕਿ ਅਸੀਂ ਰਿਟਨ ਕੰਪਲੇਂਟ ਕਰੀ, ਅਸੀਂ ਸਾਰਾ ਕੁਝ ਉੱਤੇ ਪਹੁੰਚਾਇਆ, ਉਹਨਾਂ ਨੇ ਇਹਨਾਂ ਤੋਂ ਕਾਰਵਾਈ ਮੰਗੀ, ਇਹਨਾਂ ਨੇ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਦਿੱਤੀ। ਪਹਿਲਾਂ ਤਾਂ ਤੁਸੀਂ ਇਹ ਦੇਖੋ, ਆਪਾਂ ਯੂਨੀਵਰਸਿਟੀ ਵਿੱਚ ਪੜ੍ਹਦੇ ਹਾਂ, ਅਸੀਂ ਤੁਹਾਨੂੰ ਕੋਈ ਚੀਜ਼ ਔਨ ਡਾਕੂਮੈਂਟ ਦੇ ਰਹੇ ਹਾਂ, ਤੁਸੀਂ ਸਾਨੂੰ ਔਨ ਡਾਕੂਮੈਂਟ ਦਿਉ। ਫਾਲਤੂ ਦੀ ਬਹਿਸਬਾਜ਼ੀਆਂ 'ਚ ਪੈਣ ਦਾ ਕੋਈ ਮਤਲਬ ਹੀ ਨਹੀਂ ਹੈ। ਇਹ ਕਿਹੜਾ ਕੋਈ ਮਤਲਬ ਪ੍ਰਾਇਮਰੀ ਸਕੂਲਾਂ ਦੀਆਂ ਗੱਲਾਂ ਨੇ? ਪਰ ਨਹੀਂ, ਇਸ ਤਰ੍ਹਾਂ ਨਹੀਂ ਹੋਇਆ, ਕੁਛ ਸਾਨੂੰ ਔਨ ਡਾਕੂਮੈਂਟ ਨਹੀਂ ਮਿਲਿਆ। ਫਾਈਨਲੀ ਜੇ 8 ਤਰੀਕ ਨੂੰ ਸਾਡੀ ਕਾਊਂਸਲਿੰਗ ਸੀ ਨਾ, ਅਸੀਂ 6 ਤਰੀਕ ਨੂੰ ਜਾ ਕੇ ਡੀਨ ਆਫਿਸ ਕਿਹਾ ਕਿ ਸਰ ਵੀ 6 ਤੋਂ ਵੀ ਪਹਿਲਾਂ ਹੀ 4 ਤਰੀਕ ਨੂੰ ਫਰਾਈਡੇ ਨੂੰ ਕਿਹਾ ਕਿ ਸਰ ਤੁਸੀਂ ਕੁਝ ਕਰੋ, ਸਾਡੀ ਵੈਡਨਸਡੇ ਨੂੰ ਕਾਊਂਸਲਿੰਗ ਆ। ਅਤੇ ਉਹ ਕਹਿੰਦੇ ਜੀ ਨਹੀਂ ਨਹੀਂ ਕੁਝ ਨਹੀਂ ਹੋ ਸਕਦਾ ਹੁਣ, ਅਤੇ ਇਹ ਤੁਹਾਡੇ ਹੈੱਡ ਆਏ ਕਹਿ ਗਏ। ਫਿਰ ਅਸੀਂ ਜਦੋਂ ਉਹਨਾਂ ਨੂੰ ਥੋੜ੍ਹਾ ਸਟ੍ਰਿਕਟਲੀ ਕਿਹਾ, ਫਿਰ ਉਹਨਾਂ ਨੇ ਸਾਡੀ ਮੰਡੇ ਨੂੰ ਸਾਡੇ ਹੈੱਡ ਦੇ ਨਾਲ ਫੇਸ ਟੂ ਫੇਸ ਮੀਟਿੰਗ ਕਰਾਈ, ਜਿਹਦੇ ਵਿੱਚ ਵੀਰ ਜੀ ਇੰਨੀ ਜ਼ਿਆਦਾ ਸਾਨੂੰ ਸ਼ਰਮ ਆਈ ਕਿ ਉਹਨਾਂ ਨੇ ਉੱਥੇ ਇਹ ਮਨਾ ਹੀ ਕਰ ਦਿੱਤਾ ਕਿ ਪੇਪਰ 'ਚ ਕੁਝ ਡਿਫਰੈਂਟ ਸੀ, ਜਦਕਿ ਅਗਲੇ ਦਿਨ ਆਪ ਮੰਨੇ ਕਿ 40% ਪੇਪਰ ਵੱਖਰਾ ਸੀ। ਮੈਂ ਇਹ ਅਸੀਂ ਸੋਚਦੇ ਹਾਂ ਕਿ ਡਬਲ ਸਟੈਂਡਰਡਸ, ਅਤੇ ਉਹ ਵੀ ਉਸ ਬੰਦੇ ਦੇ ਜਿਹੜੇ ਤੁਸੀਂ ਦੇਖੋ SGPC 'ਚੋਂ ਆਏ ਨੇ, ਅੰਮ੍ਰਿਤ ਤੁਸੀਂ ਛਕਿਆ ਹੈ, ਤੁਸੀਂ ਬੱਚਿਆਂ ਦੇ ਅੱਗੇ ਬੋਲ ਰਹੇ ਹੋ, ਅਤੇ ਕੀ ਆਪਾਂ ਐਕਸਪੈਕਟ ਕਰੀਏ ਐਵੇਂ ਦੇ ਬੰਦਿਆਂ ਤੋਂ ਕਿ ਇਹ ਧਰਮ ਅਧਿਐਨ ਵਿਭਾਗ ਨੂੰ ਸਹੀ ਤਰੀਕੇ ਨਾਲ ਚਲਾਉਣਗੇ? ਹਾਂਜੀ, ਮੇਰੇ ਧਿਆਨ ਵਿੱਚ ਆਇਆ ਕਿ ਤੁਸੀਂ ਮੈਂਬਰ ਪਾਰਲੀਮੈਂਟ ਔਜਲਾ ਨੂੰ ਵੀ ਮਿਲੇ। ਹਾਂਜੀ ਜੀ, ਇਸ ਬਾਬਤ ਕੋਈ ਡਿਵੈਲਪਮੈਂਟ ਹੋ ਸਕੀ? ਹਾਂਜੀ, ਇਹੀ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ MP ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਦੋਂ ਇੰਨੀਆਂ ਈਮੇਲਸ ਪਾਉਣ ਦੇ ਬਾਅਦ ਵਿੱਚ ਵੀ ਸਾਡੀ VC ਸਰ ਦੇ ਨਾਲ ਕੋਈ ਫੇਸ ਟੂ ਫੇਸ ਮੀਟਿੰਗ ਨਹੀਂ ਅਰੇਂਜ ਹੋ ਪਾਈ, ਤਾਂ ਫਿਰ ਕੀ ਹੁੰਦਾ ਜਦੋਂ VC ਪਹਿਲਾਂ ਡੀਨ ਫਿਰ VC ਨਹੀਂ ਤਾਂ ਫਿਰ ਅਸੀਂ ਸਰਕਾਰ ਕੋਲ ਹੀ ਜਾਵਾਂਗੇ, ਤਾਂ ਅਸੀਂ MP ਸਰ ਕੋਲ ਗਏ ਅਤੇ ਉਹਨਾਂ ਨੇ ਸਾਡੀ ਗੱਲ ਵੱਲ ਧਿਆਨ ਦਿੱਤਾ ਅਤੇ ਉਹ ਯੂਨੀਵਰਸਿਟੀ ਆਏ। ਹੁਣ ਕੱਲ੍ਹ ਜੋ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਤਾਂ ਉਹਦੇ ਵਿੱਚ ਉਹਨਾਂ ਨੂੰ VC ਸਰ ਨੇ ਇਹੀ ਕਿਹਾ ਹੈ ਕਿ ਵੀ ਅਸੀਂ ਮੈਂ ਆਪਦੇ ਡੀਨ ਨਾਲ ਡਿਸਕਸ਼ਨ ਕਰੂੰਗਾ, ਜਦਕਿ ਅਗਰ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਆ।
ਮਤਲਬ ਹੁਣ ਸਾਡੀ ਪਹਿਲਾਂ ਅਸੀਂ ਸਾਨੂੰ ਇਹ ਸੀਗਾ ਕਿ ਵਾਈਸ ਚਾਂਸਲਰ ਸਰ ਸਾਡੀ ਗੱਲ ਜ਼ਰੂਰ ਸੁਣਨਗੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਜੁਆਇਨ ਕਰਿਆ ਅਸੀਂ ਉਹਨਾਂ ਨੂੰ ਬਹੁਤ ਸਟੂਡੈਂਟ ਫਰੈਂਡਲੀ ਮੰਨਦੇ ਸੀ, ਕਿਉਂਕਿ ਹੋਇਆ ਵੀ ਉਹਨਾਂ ਨੇ ਸਟੂਡੈਂਟਸ ਨਾਲ ਮੀਟਿੰਗਸ ਕਰਨੀਆਂ, ਸਟੂਡੈਂਟਸ ਦੀਆਂ ਗੱਲਾਂ ਵੀ ਸੁਣਨੀਆਂ। ਹੁਣ ਇਹ ਮੁੱਦੇ ਵਿੱਚ ਉਹਨਾਂ ਨੇ ਕਿਉਂ ਐਵੇਂ ਦਾ ਰੁੱਖ ਅਪਣਾਇਆ ਮੈਨੂੰ ਨਹੀਂ ਪਤਾ, ਲੇਕਿਨ ਇਹ ਰੁੱਖ ਤੋਂ ਅਸੀਂ ਦੁਖੀ ਹੋਏ। ਉਹਨਾਂ ਨੇ ਕੱਲ੍ਹ ਇਹ ਕਿਹਾ ਕਿ ਬਈ ਮੈਂ ਨਾ ਡੀਨ ਨਾਲ ਗੱਲ ਕਰੂੰਗਾ, ਅਤੇ ਮੈਂ ਉੱਥੇ ਪ੍ਰੈਜੈਂਟ ਸੀ ਮੀਟਿੰਗ ਵਿੱਚ, ਮੈਨੂੰ ਅੰਦਰ ਬੁਲਾਇਆ ਗਿਆ ਅਤੇ ਮੈਂ ਇਸ ਗੱਲ ਦੀ ਰਿਕੁਐਸਟ ਕਰੀ ਕਿ ਜੀ ਤੁਸੀਂ ਡੀਨ ਸਰ ਨੂੰ ਤਾਂ ਤੁਸੀਂ ਬੜੇ ਦਿਨਾਂ ਦੇ ਮਾਰਕ ਕਰ ਰਹੇ ਹੋ ਲੈਟਰਸ, ਮੈਂ ਜਿੰਨੀਆਂ ਈਮੇਲਸ ਭੇਜੀਆਂ ਤੁਸੀਂ ਉਹਨਾਂ ਨੂੰ ਭੇਜ ਦਿੱਤੀਆਂ। ਉਹਨਾਂ ਨੇ ਸਾਨੂੰ ਫੇਸ ਟੂ ਫੇਸ ਮੀਟਿੰਗ ਵਿੱਚ ਇਹ ਕਿਹਾ ਕਿ ਤੁਹਾਡੀ ਕਾਊਂਸਲਿੰਗ ਕੈਂਸਲਡ ਆ, ਲੇਕਿਨ ਕਾਊਂਸਲਿੰਗ ਕਾਲ ਹੋਈ। ਜਦੋਂ ਇਹਨਾਂ ਨੇ ਕਾਊਂਸਲਿੰਗ, ਜਿਵੇਂ ਵੀਰ ਜੀ ਸਾਨੂੰ 12 ਵਜੇ ਕਹਿਤਾ ਕਿ ਤੁਹਾਡੀ ਕਾਊਂਸਲਿੰਗ ਕੈਂਸਲਡ ਆ, ਅਗਰ ਕੋਈ ਫਰਦਰ ਨੋਟਿਸ ਆਏਗਾ ਤਾਂ ਤੁਹਾਡੇ ਨੋਟਿਸ ਬੋਰਡ 'ਤੇ ਲੱਗ ਜਾਏਗਾ। 5 ਵਜੇ ਤੱਕ ਜੀ ਕੋਈ ਨੋਟਿਸ ਨਹੀਂ ਲੱਗਿਆ, ਤਾਂ ਜਾ ਕੇ ਫਿਰ ਅਸੀਂ ਉੱਥੇ ਮੈਸੇਜ ਦਿੱਤਾ ਕਿ ਜੇ ਤੁਸੀਂ ਅਜੇ ਵੀ ਕਾਊਂਸਲਿੰਗ ਕੈਂਸਲ ਨਾ ਕਰੀ ਤਾਂ ਫਿਰ ਅਸੀਂ ਕੱਲ੍ਹ ਪ੍ਰੈਸ ਕਾਲ ਕਰਾਂਗੇ। ਅਤੇ ਅਸੀਂ ਕਰੀ ਵੀ। ਫਿਰ ਨੈਕਸਟ ਡੇ ਜਦੋਂ ਕਾਊਂਸਲਿੰਗ ਹੋਈ ਤਾਂ ਸਟੂਡੈਂਟਸ ਨੇ ਸਿਰਫ ਇੰਨੀ ਡਿਮਾਂਡ ਰੱਖੀ ਕਿ ਤੁਸੀਂ ਜਿਹੜੀ ਵੀ ਕੋਈ ਨਵੀਂ ਲਿਸਟ ਬਣਾਈ ਹੈ ਸਾਨੂੰ ਉਹ ਦਿਖਾ ਦਿਉ। ਇੰਨੀ ਗੱਲ ਤੋਂ ਵੀ ਸਾਡੇ ਟੀਚਰ ਮੁੱਕਰ ਗਏ, ਇਹਨਾਂ ਨੇ ਕਾਊਂਸਲਿੰਗ ਸ਼ੁਰੂ ਕਰ ਦਿੱਤੀ। ਜਿਹੜੇ ਪਹਿਲੇ ਟੋਪਰ ਬੱਚੇ ਸੀ ਇਹਨਾਂ ਦੇ ਆਪਦੇ ਸੀ, ਹਰ ਇੱਕ ਗੱਲ ਦਾ ਪਰਦਾ ਰੱਖਿਆ ਗਿਆ ਜੀ, ਹਰ ਇੱਕ ਗੱਲ ਦਾ। ਫਿਰ ਉਹ ਟੋਪਰ ਬੱਚਿਆਂ ਨੂੰ ਵਾਰੋ ਵਾਰੀ ਅੰਦਰ ਬੁਲਾਈ ਗਏ, ਬੁਲਾ ਕੇ ਉਹਨਾਂ ਨੂੰ ਸੀਟਾਂ ਦੇਣੀਆਂ ਸ਼ੁਰੂ ਕਰਤੀਆਂ। ਜਦੋਂ 4th ਨੰਬਰ 'ਤੇ ਜਿਹੜੀ ਸਟੂਡੈਂਟ ਸੀਗੀ ਉਹ ਸਾਡੇ ਨਾਲ ਦੀ ਸੀ, ਰਾਜਵਿੰਦਰ, ਜਦੋਂ ਰਾਜਵਿੰਦਰ ਕੌਰ ਨੂੰ ਅੰਦਰ ਬੁਲਾਇਆ ਗਿਆ ਤਾਂ ਉਸ ਬੱਚੀ ਨੇ ਅੰਦਰ, ਉਸ ਤੋਂ ਪਹਿਲਾਂ ਸਟੂਡੈਂਟਸ ਨੇ ਅੰਦਰ ਜਾ ਕੇ ਗੱਲ ਪੁੱਛਣ ਦੀ ਕੋਸ਼ਿਸ਼ ਕਰੀ। ਫਿਰ ਜਦੋਂ ਰਾਜਵਿੰਦਰ ਕੌਰ ਨੂੰ ਬੁਲਾਇਆ ਗਿਆ ਤਾਂ ਉਹਨੇ ਅੱਗੋਂ ਪੁੱਛਿਆ, ਮਤਲਬ ਬਹੁਤ ਮੈਂ ਇਹ ਗੱਲ ਦੱਸਣ ਲੱਗੇ ਵੀ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਜਦੋਂ ਰਾਜਵਿੰਦਰ ਕੌਰ ਨੇ ਪੁੱਛਿਆ ਕਿ ਜੀ ਮੈਨੂੰ ਪਹਿਲਾਂ ਲਿਸਟ, ਉਹ ਕਹਿੰਦੇ ਤੇਰੇ ਸਰਟੀਫਿਕੇਟ ਤੋਂ, ਉਹ ਕਹਿੰਦੀ ਕਿ ਪਹਿਲਾਂ ਤੁਸੀਂ ਲਿਸਟ ਦਿਖਾ ਦਿਓ, ਤਾਂ ਅੱਗੋਂ ਉਹਨੂੰ ਸਾਡੇ HOD ਕਹਿੰਦੇ ਨੇ ਕਿ ਤੈਨੂੰ VC ਨੇ ਰਾਤ ਫੋਨ ਕੀਤਾ ਸੀ। ਮਤਲਬ ਅਸੀਂ ਇਹ ਗੱਲ ਇਸ ਲਈ ਤੁਹਾਡੇ ਅੱਗੇ ਲਿਆ ਰਹੇ ਹਾਂ ਕਿ ਤੁਸੀਂ ਪਹਿਲੀ ਗੱਲ ਤਾਂ ਯੂਨੀਵਰਸਿਟੀ ਵਿੱਚ ਐਕਡੈਮਿਕ ਇਨਵਾਇਰਮੈਂਟ ਦੇ ਵਿੱਚ ਐਵੇਂ ਦੀ ਲੈਂਗੁਏਜ ਵੈਸੇ ਹੀ ਅਸੈਪਟੇਬਲ ਨਹੀਂ ਹੈ। ਉੱਤੋਂ ਜੇ ਆਪਾਂ ਸਿੱਖੀ ਦਾ ਭੇਖ ਧਾਰਨ ਕਰਿਆ ਫਿਰ ਆਪਾਂ ਇਸ ਤਰ੍ਹਾਂ ਬੋਲੀਏ, ਉਹ ਵੀ ਧਰਮ ਅਧਿਐਨ ਵਿਭਾਗ ਵਿੱਚ ਬੈਠ ਕੇ। ਇਹ ਗੱਲ ਹੈ ਜੀ, ਇਹ ਐਵੇਂ ਦੀਆਂ ਗੱਲਾਂ ਤੋਂ ਸਾਨੂੰ ਪ੍ਰੋਬਲਮ ਹੈ ਕਿ ਉੱਥੇ ਇਨਵਾਇਰਮੈਂਟ ਹੀ ਬਹੁਤ ਜ਼ਿਆਦਾ ਡੀਗ੍ਰੇਡਡ ਹੋ ਚੁੱਕਿਆ। ਫਿਰ ਜੀ ਉਹ ਰਾਜਵਿੰਦਰ ਬਾਹਰ ਆ ਗਈ, ਫਿਰ ਅਸੀਂ ਜਦੋਂ ਕੋਈ ਗੱਲ ਪੁੱਛਣ ਦੀ ਕੋਸ਼ਿਸ਼ ਕਰੀ ਤਾਂ ਇਹਨਾਂ ਨੇ ਸਾਡੇ 'ਤੇ ਸਿਕਿਉਰਿਟੀ ਗਾਰਡਸ ਬੁਲਾ ਲਏ, ਸਿਕਿਉਰਿਟੀ ਗਾਰਡਸ ਨੂੰ ਬੁਲਾ ਕੇ ਰਿਕਾਰਡਿੰਗਸ ਕਰਨ ਲੱਗ ਗਏ ਜੀ ਸਾਡੀਆਂ ਜੀ, ਕਿ ਜੋ ਕਿ ਬਿਨਾਂ ਸਾਨੂੰ ਦੱਸੇ ਸਾਡੇ ਰਿਕਾਰਡਿੰਗ ਨਹੀਂ ਕਰ ਸਕਦੇ, ਪਰ ਇਹ ਸਾਡੀਆਂ ਰਿਕਾਰਡਿੰਗਸ ਕਰਨ ਲੱਗ ਗਏ। ਫਿਰ ਇਹਨਾਂ ਨੇ ਜਦੋਂ ਸਿਕਿਉਰਿਟੀ ਗਾਰਡਸ ਬੁਲਾਏ, ਅਸੀਂ ਉਹਨਾਂ ਨੂੰ ਆਪਦੀ ਗੱਲ ਸਮਝਾਈ, ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੇ ਤੁਹਾਡੇ ਸਿਕਿਉਰਿਟੀ ਦੇ ਹੈੱਡ ਨੇ, SS ਧੰਜਲ ਉਹਨਾਂ ਦਾ ਨਾਮ ਹੈ, ਉਹ ਸਾਡੇ ਇੱਥੇ SSP ਔਫਿਸਰ ਯੂਨੀਵਰਸਿਟੀ ਵਿੱਚ ਸਿਕਿਉਰਿਟੀ ਨੂੰ ਉਹੀ ਦੇਖਦੇ ਨੇ, ਅਸੀਂ ਕਿਹਾ ਕਿ ਤੁਸੀਂ ਸਰ ਨੂੰ ਕਾਲ ਕਰ ਲਓ, ਸਰ ਨੂੰ ਵੀ ਪਤਾ ਹੈ ਕਿ ਸਾਡੇ ਡਿਪਾਰਟਮੈਂਟ ਵਿੱਚ ਐਵੇਂ ਦਾ ਮਾਹੌਲ, ਕਿਉਂਕਿ ਅੱਗੇ ਕਈ ਵਾਰੀ ਇਹਨਾਂ ਨੇ ਸਾਡੀਆਂ ਸਰ ਕੋਲ ਵੀ ਕੰਪਲੇਂਟਸ ਕਰੀਆਂ ਨੇ, ਪਰ ਹਰ ਵਾਰੀ ਅਸੀਂ ਆਪਦਾ ਸਪਸ਼ਟੀਕਰਨ ਦਿੱਤਾ ਹੈ ਅਤੇ ਹਮੇਸ਼ਾ ਅਸੀਂ ਪੋਜ਼ਿਟਿਵ ਸਾਈਡ 'ਤੇ ਹੀ ਰਹੇ ਹਾਂ। ਸਭ ਕੁਛ ਉਹਨਾਂ ਦਬਾਅ ਪਾਉਣ ਲਈ, ਹਾਂਜੀ ਦਬਾਅ ਪਾਉਣ ਲਈ ਕੀਤਾ। ਫਿਰ ਜੀ ਸਾਡੇ ਜਿਹੜੇ MA ਸੈਕਿੰਡ ਈਅਰ ਦੇ ਇੱਕ ਸਟੂਡੈਂਟ ਸਨ, ਉਹਨਾਂ ਨੇ ਜਲਦੀ ਜਾ ਕੇ ਡੀਨ ਆਫਿਸ ਇਸ ਗੱਲ ਨੂੰ ਰਿਪੋਰਟ ਕੀਤਾ, ਫਿਰ ਡੀਨ ਸਰ ਨੇ ਆਪਣੇ ਵਾਈਫ ਭੇਜੇ ਅਤੇ ਉਹਨਾਂ ਨੇ ਆ ਕੇ ਵਿੱਚ ਇੰਟਰਫੇਰੈਂਸ ਕਰੀ। ਉਹਨਾਂ ਨੇ ਇਸ ਗੱਲ ਨੂੰ ਬਹੁਤ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਕਿ ਬੱਚਿਆਂ ਦੇ ਪੁਆਇੰਟਸ ਲੌਜੀਕਲ ਨੇ, ਤੁਸੀਂ ਇਸ ਗੱਲ ਨੂੰ ਖਤਮ ਕਰਕੇ ਪੇਪਰ ਰੀਕੰਡਕਟ ਕਰ ਲਓ, ਲੇਕਿਨ ਸਾਡੇ ਟੀਚਰ ਨਹੀਂ ਮੰਨੇ। ਤਾਂ ਹੁਣ ਇਹ ਗੱਲ ਹੈ ਕਿ ਹੁਣ ਵੀ ਵਾਈਸ ਚਾਂਸਲਰ ਸਰ ਦਾ ਅਗਰ ਇਹੀ ਰੁੱਖ ਹੈ ਕਿ ਮੈਂ ਡੀਨ ਨੂੰ ਪੁੱਛੂੰਗਾ ਜਾਂ ਡਿਸਕਸ਼ਨ ਕਰੂੰਗਾ, ਤਾਂ ਅਸੀਂ ਇਸ ਗੱਲ ਤੋਂ ਬਹੁਤ ਜ਼ਿਆਦਾ ਨਿਰਾਸ਼ ਹਾਂ। ਸਵਾਲ ਹੈ ਕਿ ਜੇ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਨਾਲ ਗਲਤ ਹੋਇਆ ਸਾਰੇ ਬੱਚਿਆਂ ਨਾਲ, ਹਾਂਜੀ, ਤੇ ਕੀ ਉਹ ਬੱਚੇ ਜਿਹੜੇ ਰੱਖੇ ਗਏ ਉਹਨਾਂ ਦੀ ਆਪਣੀ ਚੋਇਸ ਤੇ ਰੱਖੇ ਗਏ? ਹਾਂਜੀ, ਉਹ ਟੀਚਰਸ ਨੇ ਆਪਦੀ ਚੋਇਸ ਤੇ ਰੱਖੇ ਜੀ, ਉਹ ਟੀਚਰਸ ਦੀ ਚੋਇਸ ਤੇ ਸੀ, ਕਿਉਂਕਿ ਵੀਰ ਜੀ ਹਰ ਟੀਚ ਉਹਨਾਂ ਨੂੰ ਤੇ ਉਹੀ ਬੱਚੇ ਪਸੰਦ ਨੇ ਨਾ ਜਿਨ੍ਹਾਂ ਨੂੰ ਕਲਾਸ 'ਚ ਆ ਕੇ ਭਾਵੇਂ ਉਹ ਇੱਥੇ ਪੰਜਾਬੀ ਦੀਆਂ ਸਟੋਰੀਆਂ ਹੀ ਸੁਣਾ ਜਾਣ, ਬੱਚੇ ਅੱਗੋਂ ਵਿਚਾਰੇ ਬੋਲਣ ਨਾ, ਕਿਉਂਕਿ ਹਰ ਬੱਚੇ ਨੂੰ ਇਹ ਡਰਾਇਆ ਜਾਂਦਾ ਵਾ ਕਿ ਜੇ ਤੁਸੀਂ ਕੁਝ ਕਹੋਗੇ ਕਰੋਗੇ ਤਾਂ ਅਸੀਂ ਤੁਹਾਨੂੰ PhD ਨਹੀਂ ਕਰਾਉਣੀ, ਸਭ ਤੋਂ ਵੱਡਾ ਡਰ ਤਾਂ ਇਹ ਦਿੱਤਾ ਜਾਂਦਾ ਜੀ। ਹੁਣ ਵੀ ਤੁਸੀਂ ਦੇਖ ਲਓ ਕਿ ਜਿਹੜੇ ਅਸੀਂ 10 ਬੱਚਿਆਂ ਦੇ ਨਾਲ ਹੋਈ ਗੜਬੜ, ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਦੂਸਰੀਆਂ ਸੰਸਥਾਵਾਂ ਦੇ ਸੀ ਨਾ, ਉਸ ਦਿਨ ਉਹ ਬੱਚੇ ਸਾਰੇ ਅਸੀਂ ਇਕੱਠੇ ਸਾਂ। ਅਗਲੇ ਦਿਨ ਸਵੇਰੇ ਕੀ ਕੀਤਾ ਗਿਆ, ਜਦੋਂ ਅਸੀਂ ਉਹ ਮੈਡਮ
ਜਿਹੜੇ ਆਏ ਉਹ ਕਹਿ ਕੇ ਗਏ ਕਿ ਸਵੇਰੇ ਤੁਹਾਨੂੰ ਰਿਪੋਰਟ ਦੇ ਦਿੱਤੀ ਜਾਏਗੀ ਕੀ ਫਾਈਨਲ ਹੈ। ਅਸੀਂ ਕਿਹਾ ਠੀਕ ਆ। ਜਦੋਂ ਅਸੀਂ ਸਵੇਰੇ ਉਹ ਪਤਾ ਕਰਨ ਗਏ ਤਾਂ ਜਿਹੜੇ ਅਸੀਂ ਪੁਰਾਣੇ ਬੱਚੇ ਸਨ ਡਿਪਾਰਟਮੈਂਟ ਦੇ, ਸਾਡੇ ਉੱਪਰ ਫਿਰ ਤੋਂ ਸਿਕਿਉਰਿਟੀ ਬੁਲਾ ਲਈ ਗਈ, ਅਤੇ ਜਿਹੜੇ ਉਹ ਬਾਹਰ ਦੀਆਂ ਸੰਸਥਾਵਾਂ ਦੇ ਬੱਚੇ ਸੀ ਉਹਨਾਂ ਨੂੰ HOD ਨੇ ਆਪਦੇ ਕਮਰੇ 'ਚ 2 ਘੰਟੇ ਬਿਠਾ ਕੇ ਉਹਨਾਂ ਨੂੰ ਥਰੈਟਨ ਵੀ ਕੀਤਾ ਅਤੇ ਉਹਨਾਂ ਨੂੰ ਬ੍ਰਾਈਬ ਵੀ ਕੀਤਾ। ਥਰੈਟਨ ਕੀ ਕੀਤਾ? ਅਗਰ ਤੁਸੀਂ ਸਾਡੇ ਖਿਲਾਫ਼ ਕੰਪਲੇਂਟ ਕਰੋਗੇ ਤਾਂ ਅਸੀਂ ਤੁਹਾਨੂੰ ਦੁਬਾਰਾ ਯੂਨੀਵਰਸਿਟੀ 'ਚ ਐਂਟਰੈਂਸ ਨਹੀਂ ਦੇਣ ਦੇਣਾ। ਆਪਦੀ ਐਵੇਂ ਮਤਲਬ ਐਵੇਂ ਕੋਈ ਕਰ ਥੋੜ੍ਹੀ ਨਾ ਸਕਦਾ, ਪਰ ਬੱਚਿਆਂ ਨੂੰ ਡਰਾਉਣਾ ਹੀ ਆ ਨਾ। ਦੂਸਰੀ ਗੱਲ ਇਹ ਕਹੀ ਗਈ ਕਿ ਹੁਣੇ ਤਾਂ ਮੈਂ ਪਰਮਾਨੈਂਟ ਨਹੀਂ ਹਾਂ, ਪਰ ਜਦੋਂ ਪਰਮਾਨੈਂਟ ਹੋ ਗਏ ਅਤੇ ਜਿੰਨੀਆਂ ਸੀਟਾਂ ਮਿਲਣੀਆਂ ਨੇ 9 ਸੀਟਾਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। ਅਤੇ ਇਹਨਾਂ ਨੂੰ ਇਹ ਗੱਲ ਕਹਿੰਦੇ ਸ਼ਰਮ ਆਉਣੀ ਚਾਹੀਦੀ ਆ, ਕਿਉਂਕਿ ਹੁਣੇ ਅਖਬਾਰਾਂ ਦੇ ਵਿੱਚ ਸਾਡੇ ਖਿਲਾਫ਼ ਝੂਠੀਆਂ ਅਫਵਾਹਾਂ ਫੈਲਾ ਰਹੇ ਨੇ। ਇਹ ਕਹਿ ਰਹੇ ਨੇ ਕਿ ਇਹਨਾਂ ਬੱਚਿਆਂ ਨੂੰ ਬਲੈਕਲਿਸਟ ਕੀਤਾ ਜਾਵੇ, ਅਤੇ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਇਹ ਔਨ ਡਾਕੂਮੈਂਟ ਇਸ ਗੱਲ ਨੂੰ ਪ੍ਰੂਫ ਕਰ ਸਕਦੇ ਨੇ ਕਿ ਕਿਹੜੀਆਂ ਗੱਲਾਂ 'ਤੇ ਨਿਰਧਾਰਿਤ ਹੋ ਕੇ ਇਹ ਕਹਿ ਰਹੇ ਨੇ ਕਿ ਸਾਨੂੰ ਬਲੈਕਲਿਸਟ ਕੀਤਾ ਜਾਵੇ। ਦੂਸਰੀ ਗੱਲ ਜਿਹੜੀ ਇਹਨਾਂ ਨੇ ਹੋਰ ਅਫਵਾਹ ਫੈਲਾਈ ਆ ਕਿ ਉਹ ਬੱਚੇ ਆ ਕੇ ਜੀ ਸਾਡੇ ਤੋਂ ਮਾਫ਼ੀ ਮੰਗੇ, ਜੇ ਇਹਨਾਂ ਨੂੰ ਪਤਾ ਹੋਵੇ ਉਹੀ ਬੱਚਿਆਂ ਨੇ ਬਾਹਰ ਆ ਕੇ ਵਾਈਸ ਚਾਂਸਲਰ ਆਫਿਸ ਜਾ ਕੇ ਇਹ ਲੈਟਰ ਲਿਖ ਕੇ ਦਿੱਤੀ ਆ। ਸਬਜੈਕਟ ਉਹਦਾ ਇਹੀ ਸੀ ਕਿ ਥਰੈਟਨਿੰਗ ਐਂਡ ਬ੍ਰਾਈਬਿੰਗ ਬਾਏ ਦਾ HOD ਆਫ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ, ਅਤੇ ਉਹ ਲੈਟਰ ਬੱਚੇ ਸਾਈਨ ਕਰਕੇ ਦੇ ਗਏ ਹਨ ਕਿ ਇਹਨਾਂ ਨੇ ਸਾਨੂੰ ਧਮਕਾ ਕੇ ਡਰਾ ਕੇ ਸਾਡੇ ਤੋਂ ਇਹ ਚਿੱਠੀਆਂ ਲਿਖਵਾਈਆਂ ਨੇ। ਅਤੇ ਤੁਸੀਂ ਦੇਖੋ ਕਿ ਪਹਿਲੀ ਗੱਲ ਤਾਂ ਯੂਨੀਵਰਸਿਟੀ ਦਾ ਬਾਹਰ ਕੀ ਇਮੇਜ ਜਾ ਰਹੀ ਆ, ਉਸ ਤੋਂ ਇਲਾਵਾ ਸਿੱਖੀ ਦੀ ਕੀ ਇਮੇਜ ਜਾ ਰਹੀ ਹੈ ਕਿ ਕਿਸੇ, ਹਾਂਜੀ, ਉਸ ਵਿਭਾਗ ਦੀ ਬਾਹਰ ਕੀ ਇਮੇਜ ਜਾ ਰਹੀ ਆ। ਫਿਰ ਤੁਸੀਂ ਇਹਨਾਂ ਦਾ ਸਟੈਂਡਰਡ ਦੇਖੋ ਜੀ, ਸਿਰਫ 18 ਆਨਸਰ ਸ਼ੀਟਸ ਚੈੱਕ ਹੋਣੀਆਂ ਨੇ, ਸਾਡੀਆਂ ਲਿਸਟਾਂ 3 ਵਾਰੀ ਲੱਗੀਆਂ, ਕਿਉਂਕਿ ਲੌਜਿਕ ਕੀ ਦਿੱਤਾ ਗਿਆ ਕਿ ਜਿਹੜਾ ਇਹ ਕੁਸ਼ਚਨ ਪੇਪਰ ਵੱਖਰੇ ਵਾਲੀ ਗੱਲ ਸੀ ਨਾ, ਜਦੋਂ ਅਸੀਂ ਬਹੁਤ ਜ਼ਿਆਦਾ ਹੀ ਡਟ ਗਏ ਕਿ ਤੁਸੀਂ ਸਾਡੇ ਪੇਪਰ ਔਨ ਟੇਬਲ ਲਿਆਓ ਅਸੀਂ ਤੁਹਾਨੂੰ ਦੇਖ ਕੇ ਦੱਸ ਦਿੰਦੇ ਹਾਂ, ਤਾਂ ਫਿਰ ਇਹਨਾਂ ਨੇ ਜੀ ਇਹ ਬੀ ਬੋਰਡ ਆਫ ਕੰਟਰੋਲ 'ਚੋਂ ਇਹ ਪ੍ਰੋਸੀਡਿੰਗ ਪਾਸ ਕਰਵਾਈ ਕਿ ਇਹਦੇ ਵਿੱਚ ਤਾਂ ਨਾ 40% ਪੇਪਰ ਡਿਫਰੈਂਟ ਸੀ, 60% ਸੇਮ ਸੀ, ਅਸੀਂ 60% 'ਤੇ ਬੇਸਡ ਨਾਲ ਰਿਜ਼ਲਟ ਕੱਢ ਦਿੱਤਾ। ਐਵੇਂ ਕਦੇ ਹੁੰਦਾ ਹੈ? ਇਹ ਕੀ ਲੌਜਿਕ ਹੋਇਆ? ਇਹ ਤਾਂ ਬਿਲਕੁਲ ਹੀ ਇਲੌਜੀਕਲ ਗੱਲ ਹੈ। ਅਸੀਂ ਇਸ ਗੱਲ ਨੂੰ ਕਿਸੇ ਵੀ ਹਾਲਤ 'ਚ ਅਸੈਪਟ ਨਹੀਂ ਕਰਦੇ। ਅਤੇ UGC ਦੇ ਅਕੋਰਡਿੰਗ ਤਾਂ ਜਿਹੜਾ ਕੋਈ ਟੀਚਰ ਐਗਜ਼ਾਮੀਨੇਸ਼ਨ ਪ੍ਰੋਸੀਜਰ 'ਚ ਐਵੇਂ ਦੀ ਗੜਬੜ ਕਰਦਾ ਉਹਨੂੰ ਡੀਬਾਰ ਕਰਿਆ ਜਾਂਦਾ ਹੈ। ਅਤੇ ਇਹ ਤਾਂ ਆਪਦੇ ਆਪ ਦੇ ਵਿੱਚ ਇੱਕ ਕ੍ਰਾਈਮ ਹੈ ਇੱਕ ਟੀਚਰ ਹੁੰਦੇ ਹੋਏ ਇਹ ਗੱਲਾਂ ਕਰਨਾ। UGC ਤੱਕ ਅਪਰੋਚ ਨਹੀਂ ਕਰ ਸਕਦੇ? ਫਿਲਹਾਲ ਅਸੀਂ ਨਹੀਂ ਕਰੀ, ਪਰ ਅਸੀਂ ਕਰਾਂਗੇ। ਨਹੀਂ ਕਰ ਸਕਦੇ ਹਾਂ ਜੀ ਅਸੀਂ, ਤਾਂ ਅਸੀਂ ਕਰਾਂਗੇ ਵੀ। ਮੈਂ ਤੁਹਾਨੂੰ ਦੱਸਿਆ ਨਾ ਹੁਣੇ ਰੀਸੈਂਟ, ਅਤੇ ਕੱਲ੍ਹ ਹੀ ਸਾਨੂੰ ਵਾਈਸ ਚਾਂਸਲਰ ਸਰ ਦੇ ਵੱਲੋਂ ਇਹ ਹੁਣ ਜਵਾਬ ਮਿਲ ਗਿਆ ਵਾ ਕਿ ਉਹ ਫਿਰ ਤੋਂ ਡੀਨ ਸਰ ਨਾਲ ਹੀ ਡਿਸਕਸ ਕਰਨਗੇ। ਜਦਕਿ ਉਹਨਾਂ ਦੀ ਜਾਣਕਾਰੀ 'ਚ ਪਹਿਲਾਂ ਵਾ? ਹੈ, ਬਿਲਕੁਲ ਹੈ ਜੀ। ਜਿੰਨੀਆਂ ਅਸੀਂ ਲੈਟਰਸ ਪਾਈਆਂ ਨੇ ਵੀਰ ਜੀ, ਸਾਡੇ ਕੋਲ ਸਾਰੀਆਂ ਦੇ ਡਾਕੂਮੈਂਟਸ ਹੈਗੇ ਨੇ, ਉਹ ਸਾਰੀਆਂ VC ਸਰ ਨੇ ਇਹਨਾਂ ਨੂੰ ਇਹਦੇ ਮਾਰਕ ਕਰੀਆਂ ਨੇ, ਪਰ ਉਹਨੇ ਨਹੀਂ ਕੁਝ ਕੀਤਾ, ਤਾਂ ਹੀ ਤਾਂ ਸਾਰੀ ਗੱਲ ਵਾਪਰੀ। ਜੇ ਉਸ ਦਿਨ ਉਹ ਟਾਈਮ 'ਤੇ ਕਾਊਂਸਲਿੰਗ ਕੈਂਸਲ ਕਰ ਦਿੰਦੇ ਤਾਂ ਕੁਝ ਹੋਣਾ ਹੀ ਨਹੀਂ ਸੀ, ਸਾਨੂੰ ਮੀਡੀਆ ਵਿੱਚ ਜਾਣਾ ਹੀ ਨਹੀਂ ਸੀ ਪੈਣਾ। ਅਤੇ ਫਿਰ ਵੀਰ ਜੀ ਉਸ ਦਿਨ ਵੀ ਅਸੀਂ 11 ਵਜੇ ਤੱਕ ਇਹਨਾਂ ਨੂੰ ਹਰ ਤਰੀਕੇ ਨਾਲ ਅਪਰੋਚ ਕਰਨ ਦੀ ਕੋਸ਼ਿਸ਼ ਕਰੀ 8 ਤਰੀਕ ਨੂੰ ਕਿ ਤੁਸੀਂ ਅਜੇ ਵੀ ਕਾਊਂਸਲਿੰਗ ਰੋਕ ਦਿਓ, ਅਜੇ ਵੀ ਰੋਕ ਦਿਓ, ਪਰ ਨਹੀਂ। ਫਿਰ ਬਾਅਦ ਵਿੱਚ ਇਹ ਸ਼ੋਅ ਕੀਤਾ ਜਾਂਦਾ ਕਿ ਬੱਚੇ ਇੱਥੇ ਗੜਬੜ ਕਰਦੇ ਨੇ। ਦੂਸਰੀ ਗੱਲ ਜਿਹੜੀ ਇਹਨਾਂ ਨੇ ਨਿਊਜ਼ਪੇਪਰ ਵਿੱਚ ਦਿੱਤੀ ਹੈ ਨਾ ਕਿ ਅਸੀਂ BOC ਕਰਕੇ ਇਹ ਗੱਲ ਪਾਸ ਕਰਵਾਈ ਆ ਕਿ ਇਹਨਾਂ ਬੱਚਿਆਂ ਨੂੰ ਡਿਸਿਪਲਿਨਡ ਨਹੀਂ ਹੈਗੇ, ਉਹਦੇ ਵਿੱਚ ਤੁਸੀਂ ਦੇਖੋ ਕੋਈ BOC ਹੋਈ ਨਹੀਂ। ਅਸੀਂ ਚਾਹੁੰਦੇ ਹਾਂ ਕਿ ਮੀਡੀਆ ਇਹਨਾਂ ਤੋਂ ਮੰਗੇ ਕਿ ਜੇ BOC ਹੋਈ ਆ ਤਾਂ ਇਹ BOC ਦੀ ਪ੍ਰੋਸੀਡਿੰਗ ਪੇਸ਼ ਕਰਨ, ਉਹਦੇ ਉੱਪਰ ਸਾਰੇ ਬੋਰਡ ਆਫ ਕੰਟਰੋਲ ਦੇ ਮੈਂਬਰਸ ਦੇ ਸਾਈਨ ਹੋਣ, ਕਿਉਂਕਿ ਅਸੀਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਦੋਂ ਇਹ ਸਾਰਾ ਸਾਡਾ ਪੇਪਰ ਸੈੱਟ ਹੋਇਆ ਇਹਦੀ ਇਨਵਿਜੀਲੇਸ਼ਨ ਦੇ ਵਿੱਚ, ਪੇਪਰ ਸੈਟਿੰਗ ਦੇ ਵਿੱਚ ਅਤੇ ਪੇਪਰ ਚੈਕਿੰਗ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਮੋਸਟ ਪ੍ਰੋਫੈਸਰ ਸੀ ਉਹਨਾਂ ਨੂੰ ਇਨਵੋਲਵ ਨਹੀਂ ਕੀਤਾ ਗਿਆ, ਬਿਲਕੁਲ ਵੀ ਇਨਵੋਲਵ ਨਹੀਂ ਕੀਤਾ ਗਿਆ। ਕਿ ਉਹਦਾ ਕਾਰਨ ਕੀ ਸੀ? ਬਿਕੋਜ਼ ਹੀ ਵਾਜ਼ ਨਿਊਟਰਲ, ਉਹਨਾਂ ਨੇ ਕਿਸੇ ਦੀ ਸਾਈਡ ਨਹੀਂ ਸੀ ਦੇਣੀ, ਨਾ ਸਾਡੀ ਨਾ ਦੂਸਰੇ ਬੱਚਿਆਂ ਦੀ। ਉਹਨਾਂ ਦਾ ਇਹ ਰੁੱਖ ਸੀ ਕਿ ਹਾਂ ਮੈਰਿਟ ਦੇ ਆਧਾਰ 'ਤੇ ਸਾਰੇ ਬੱਚਿਆਂ ਨੂੰ ਉਹ ਕਹਿ ਰਹੇ ਸੀ ਤੁਸੀਂ ਪੇਪਰ ਦਿਓ ਕਰੋ, ਪਰ ਉਹਨਾਂ ਦਾ ਰੁੱਖ ਬਿਲਕੁਲ ਨਿਊਟਰਲ ਸੀ, ਇਸ ਕਰਕੇ ਉਹਨਾਂ ਨੂੰ ਵਿੱਚ ਇਨਵੋਲਵ ਵੀ ਨਹੀਂ ਕੀਤਾ ਗਿਆ। ਇਹ ਵੀ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਜਦੋਂ BOC ਦੇ ਮੈਂਬਰ ਨੇ, ਸੀਨੀਅਰ ਮੋਸਟ ਪ੍ਰੋਫੈਸਰ ਨੇ, ਤੁਸੀਂ ਉਹਨਾਂ ਨੂੰ ਵਿੱਚ ਲੈ ਹੀ ਨਹੀਂ ਰਹੇ ਹੋ। ਸੋ ਇਹ ਸਾਰੀਆਂ ਗੱਲਾਂ ਵੀਰ ਜੀ ਵਾਪਰੀਆਂ, ਅਤੇ ਇਹ ਜਦੋਂ ਇੰਨਾ ਸਾਰਾ ਮਾਹੌਲ ਸਾਡੇ ਡਿਪਾਰਟਮੈਂਟ ਦਾ ਖਰਾਬ ਹੋ ਚੁੱਕਿਆ ਹੈ। ਹੁਣ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ, ਪਿੱਛੇ 'ਤੇ ਵੀ ਇਹ ਗੱਲ ਚੱਲਦੀ ਆ ਰਹੀ ਸੀ
ਅਤੇ ਇਸ ਈਵੈਂਟ ਨੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਇਸ ਗੱਲ ਨੂੰ ਪਬਲਿਕ ਅੱਗੇ ਲੈ ਕੇ ਆਈਏ, ਕਿਉਂਕਿ ਹੋਰ ਕੋਈ ਸਾਧਨ ਨਹੀਂ ਸੀ ਬਚਿਆ। ਅਤੇ ਇਹਦਾ ਕਾਰਨ ਇਹ ਬਣਿਆ ਕਿ ਸਾਨੂੰ ਇਹ ਲੱਗਦਾ ਵਾ ਕਿ ਅਗਰ ਹੁਣ ਵੀ ਇਹ ਗੱਲ ਸੰਗਤਾਂ ਤੱਕ ਨਹੀਂ ਪਹੁੰਚੇਗੀ ਤਾਂ ਇਹਦੇ ਬਹੁਤ ਮਾੜੇ ਪ੍ਰਭਾਵ ਸਾਹਮਣੇ ਆਉਣੇ। ਬੱਚਿਆਂ ਨਾਲ ਵੀ ਇਸ ਤਰ੍ਹਾਂ, ਬਿਲਕੁਲ। ਸਭ ਤੋਂ ਪਹਿਲੀ ਗੱਲ ਤਾਂ ਵੀਰ ਜੀ ਇਹਦਾ ਪ੍ਰਭਾਵ ਇਹ ਪੈਣਾ ਹੈ ਕਿ ਬੱਚਿਆਂ ਦੇ ਵਿੱਚ ਇਹ ਮਾਈਂਡਸੈਟ ਸੈੱਟ ਹੋ ਜਾਣਾ ਕਿ ਪੜ੍ਹਨ ਲਿਖਣ ਦੀ ਥੋੜ੍ਹੀ ਲੋੜ ਆ। ਅਗਰ ਐਮਫਿਲ ਅਤੇ PhD ਵਿੱਚ ਆਉਣਾ ਹੈ ਤਾਂ ਤੁਸੀਂ ਬਸ ਜੀ ਟੀਚਰਾਂ ਦੀ ਸੇਵਾਦਾਰੀ ਕਰੋ, ਉਹਨਾਂ ਦੇ ਫੇਵਰੇਟ ਬਣ ਕੇ ਰਹੋ, ਕੋਈ ਗੱਲ ਪੁੱਛੋ ਨਾ ਕਰੋ ਨਾ, ਕੰਮ ਜਾ ਉਹ ਸਾਰੀ ਜਾਂਦੇ ਨੇ, ਕੰਮ ਜਾ ਤੁਸੀਂ ਸਾਰੀ ਜਾਓ। ਮੈਂ ਇੱਕ ਗੱਲ ਹੀ ਪੁੱਛਣੀ ਚਾਹੁੰਦਾ ਕਿ ਜੋ ਜਿਸ ਗੱਲ ਦੇ ਤੁਸੀਂ ਪੀੜਤ ਹੋ, ਹਾਂਜੀ, ਕੀ ਤੁਹਾਡੇ ਜਿਹੜੇ 2, 4, 5, 10 ਸਾਲ ਪੁਰਾਣੇ ਕਦੇ ਸੀਨੀਅਰਸ ਮਿਲੇ ਜਿਨ੍ਹਾਂ ਨੇ ਇਹ ਕੁਛ ਦੱਸਿਆ? ਹਾਂਜੀ ਜੀ, ਬਹੁਤ ਜ਼ਿਆਦਾ। ਕੱਲ੍ਹ ਦੀ ਮੈਂ ਤੁਹਾਨੂੰ ਰੀਸੈਂਟ ਹੀ ਗੱਲ ਦੱਸਦੀ ਹਾਂ ਕਿ ਕੱਲ੍ਹ ਹੀ ਸਾਨੂੰ ਸਾਡੇ ਇੱਕ ਸਟੂਡੈਂਟ ਮਿਲੇ, ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਿਨਾਂ ਦੱਸੇ ਹੀ ਉਹਨਾਂ ਦੀ ਐਕਸਟੈਂਸ਼ਨ ਦੀ ਫੀਸ ਭਰ ਦਿੱਤੀ ਗਈ। ਅਤੇ ਉਹ ਬੱਚੇ, ਉਹ ਸਾਡੇ ਸੀਨੀਅਰ ਨੇ, ਉਹ ਗੱਲ ਕਰਦੇ ਸਾਡੇ ਨਾਲ ਇੰਨੇ ਇਮੋਸ਼ਨਲ ਹੋ ਗਏ, ਉਹਨਾਂ ਨੇ ਸਾਨੂੰ ਦੱਸਿਆ ਕਿ ਦੇਖੋ ਬਈ, ਮਤਲਬ ਬੱਚੇ ਦੁਖੀ ਨੇ, ਬੱਚੇ ਸੋਚਦੇ ਨੇ ਕਿ ਜੇ ਅਸੀਂ ਕਿਸੇ ਗੱਲ ਦੀ ਆਵਾਜ਼ ਉਠਾਉਂਦੇ ਹਾਂ ਤਾਂ ਜਿਹੜੀ ਮੈਂ ਤੁਹਾਨੂੰ ਆਹ ਗੱਲ ਦੱਸੀ, ਇੱਕੋ ਗੱਲ ਦੀ ਧਮਕੀ ਦੇ ਦਿੱਤੀ ਜਾਂਦੀ ਆ ਕਿ PhD ਨਹੀਂ ਕਰਾਈ ਜਾਏਗੀ। ਹੁਣ ਇਹਨਾਂ ਨੇ ਸਾਡੇ ਤੋਂ, ਸਾਡੇ ਖਿਲਾਫ ਸਾਰੇ ਸਟੂਡੈਂਟ। ਕਿੰਨੇ ਸਾਲਾਂ ਤੋਂ ਇੰਜ ਚੱਲ ਰਿਹਾ ਹੋਊਗਾ ਤੁਹਾਡੀ ਜਾਣਕਾਰੀ? ਇਹ ਮੈਨੂੰ ਲੱਗਦਾ ਆਹ ਦੋ ਟੀਚਰਾਂ ਦੀ ਅਪੁਆਇੰਟਮੈਂਟ ਤੋਂ ਬਾਅਦ ਤਾਂ ਪੱਕਾ ਹੀ ਚੱਲ ਰਿਹਾ ਹੋਏਗਾ। ਮੈਡਮ ਸੰਦੀਪ ਅਤੇ ਮੈਡਮ ਭਰਤਵੀਰ, ਉਹਨਾਂ ਨੂੰ ਹੋ ਹੀ ਗਏ 7-8 ਸਾਲ ਹੋ ਗਏ ਵੀਰ ਜੀ, 7-8 ਸਾਲ ਤਾਂ ਹੋ ਹੀ ਗਏ ਨੇ। ਅਤੇ ਆਪਾਂ ਕਹਿ ਸਕਦੇ ਹਾਂ ਕਿ 10 ਸਾਲਾਂ ਤੋਂ ਸਭ, ਹਾਂਜੀ ਤੁਸੀਂ ਇਹ ਕਹਿ ਹੀ ਸਕਦੇ ਹੋ, ਕਿਉਂਕਿ ਤੁਸੀਂ ਇਹ ਦੇਖ ਲਓ ਨਾ ਕਿ ਕਿੰਨੇ ਸਾਲਾਂ ਤੋਂ ਇਹ ਹੋ ਗਿਆ ਹੈ ਕਿ ਕੌਮ ਨੂੰ ਕੋਈ ਨਵੀਂ ਸੇਧ ਮਿਲੀ ਨਹੀਂ ਰਹੀ, ਉਨੇ ਸਾਲਾਂ ਤੋਂ ਫਿਰ ਇੱਥੇ ਇਹੀ ਚੱਲ ਰਿਹਾ ਹੈ, ਇਹ ਪ੍ਰੋਬਲਮ ਹੈ। ਅਤੇ ਫਿਰ ਦੂਸਰੀ ਗੱਲ, ਦੂਸਰਾ ਦੇਖੋ, ਪਹਿਲਾਂ ਤਾਂ ਇਹ ਪ੍ਰਭਾਵ ਹੈ ਕਿ ਵੀ ਇਹ ਬੱਚਿਆਂ ਨੂੰ ਇਹ ਹੋ ਜਾਏਗਾ ਕਿ ਪੜ੍ਹਨ ਦੀ ਕੋਈ ਲੋੜ ਹੀ ਨਹੀਂ ਹੈ, ਪੜ੍ਹਾਈ ਦਾ ਪੱਧਰ ਹੋਰ ਜ਼ਿਆਦਾ ਗਿਰ ਜਾਏਗਾ। ਦੂਸਰਾ ਜਿਹੜਾ ਪ੍ਰਭਾਵ ਪਏਗਾ ਕਿ ਜਿਹੜਾ ਧਾਰਮਿਕ ਅਧਿਐਨ ਵਿਭਾਗ ਨੇ ਬਾਕੀਆਂ ਲਈ ਆਦਰਸ਼ ਕਾਇਮ ਕਰਨਾ ਸੀ, ਉਹ ਬਿਲਕੁਲ ਹੀ ਖਤਮ ਹੈ, ਗੱਲ ਬਿਲਕੁਲ ਹੀ ਖਤਮ ਹੈ। ਇਹ ਤਾਂ ਜੀ ਇਸ ਚੀਜ਼ ਨੂੰ ਇੱਕ ਨੋਨ ਫੰਕਸ਼ਨਲ ਚੀਜ਼ ਬਣਾਉਣਾ ਚਾਹੁੰਦੇ ਆ ਕਿ ਠੀਕ ਆ ਕਹਿਣ ਨੂੰ, ਕਿਉਂਕਿ ਕਲਾਸ 'ਚ ਵੀ ਕਹਿੰਦੇ ਆ ਸਾਡੇ ਟੀਚਰ ਤਾਂ ਇੱਥੋਂ ਤਾਂ ਕਹਿ ਦਿੰਦੇ ਆ ਕਿ ਜਿਹੜਾ ਧਰਮ ਹੈ ਨਾ ਇਹਦਾ ਇੱਕ ਆਪਦਾ ਪਰਸਪੈਕਟਿਵ ਆ, ਮਤਲਬ ਕਿ ਜਿਵੇਂ ਹੁਣ ਗੁਰੂ ਮਹਾਰਾਜ ਜੀ ਆਪਾਂ ਨੂੰ ਕੋਈ ਗੱਲ ਕਹਿ ਰਹੇ ਨੇ, ਕੋਈ ਬਚਨ ਵਿਲਾਸ ਕਰ ਰਹੇ ਨੇ, ਉਹ ਜਿਹੜੀ ਗੱਲ ਆ ਨਾ ਉਹ ਮਹਾਰਾਜ ਦਾ ਆਪਦਾ ਪਰਸਪੈਕਟਿਵ ਆ, ਉਹ ਯੂਨੀਵਰਸਲ ਚੀਜ਼ ਨਹੀਂ ਹੈ, ਉਹ ਪਰਮੇਸ਼ਰ ਵੱਲੋਂ ਆਈ ਹੋਈ ਚੀਜ਼ ਨਹੀਂ ਹੈ, ਜਿਵੇਂ ਰੈਵਲੇਸ਼ਨ ਵੀ ਮਹਾਰਾਜ ਦੇ ਵਿੱਚ ਦੀ ਹੋ ਕੇ ਗੱਲ ਪਰਮੇਸ਼ਰ ਦੀ ਆ ਰਹੀ ਆ, ਇਹ ਗੱਲ ਨਹੀਂ ਆ, ਉਹ ਸਿਰਫ ਉਹਨਾਂ ਦਾ ਇੱਕ ਆਪਦਾ ਪਰਸਪੈਕਟਿਵ ਦੇ ਤੌਰ ਤੇ ਗੁਰੂ ਨਿੰਦਿਆ। ਹਾਂਜੀ ਹਾਂਜੀ, ਇਸੇ ਕਰਕੇ ਇਹ ਜਿਹੜੀ ਗੱਲ ਹੈ ਕਿ ਇਹ ਇਸ ਤਰੀਕੇ ਦੇ ਨਾਲ ਤਾਂ ਸਹੀ ਆਦਰਸ਼ ਹੀ ਨਹੀਂ ਪੈਦਾ ਹੋਏਗਾ। ਅਤੇ ਤੀਸਰੀ ਜਿਹੜੀ ਸਭ ਤੋਂ ਖਤਰਨਾਕ ਗੱਲ ਸਾਨੂੰ ਲੱਗਦੀ ਆ ਉਹ ਇਹ ਆ ਕਿ ਜੇ ਇਸੇ ਤਰ੍ਹਾਂ ਦੀਆਂ ਧਰਮ ਦੀਆਂ ਵਿਆਖਿਆਵਾਂ ਅਗਲੇ 20 ਸਾਲਾਂ ਤੱਕ ਹੁੰਦੀਆਂ ਰਹੀਆਂ, ਜਦੋਂ ਤੱਕ ਇਹਨਾਂ ਬੰਦਿਆਂ ਦੀਆਂ ਜੌਬਸ ਨੇ, ਤਾਂ ਉਦੋਂ ਤੱਕ ਤੁਸੀਂ ਦੇਖੋ ਇੰਨਾ ਕੰਮ ਖਰਾਬ ਹੋ ਜਾਏਗਾ ਕਿ ਇੱਕ ਵਾਰੀ ਪਹਿਲਾਂ ਜਿਵੇਂ ਆਪਾਂ ਪੰਜਾਬ ਵਿੱਚ ਕਮਿਊਨਿਸਟ ਲਹਿਰ ਨੂੰ ਦੇਖ ਚੁੱਕੇ ਹਾਂ ਅਤੇ ਉਹਦੇ ਮਾੜੇ ਪ੍ਰਭਾਵਾਂ ਨੂੰ ਆਪਾਂ ਸਾਰੇ ਜਣੇ ਹੰਢਾ ਚੁੱਕੇ ਹਾਂ, ਉਹ ਗੱਲ ਇੱਥੇ ਦੁਬਾਰਾ ਫਿਰ ਤੋਂ ਚੱਲ ਪਏਗੀ ਅਤੇ ਨਕਸਲਵਾਦ ਦਾ ਜੋ ਹੈ ਉਹ ਫਿਰ ਤੋਂ ਆਪਦਾ ਇੱਥੇ ਇੱਕ ਖਿਲਾਰਾ ਪਾ ਲਏਗਾ, ਜਿਹੜੀ ਗੱਲ ਤੋਂ ਅਸੀਂ ਸਭ ਤੋਂ ਵੱਧ ਦੁਖੀ ਹਾਂ। ਇਸ ਕਰਕੇ ਅਸੀਂ ਇਸ ਗੱਲ ਨੂੰ ਹੁਣ ਸੰਗਤਾਂ ਦੇ ਸਾਹਮਣੇ ਖੁੱਲ੍ਹ ਕੇ ਰੱਖਿਆ ਹੈ ਕਿ ਇਸ ਗੱਲ ਵੱਲ ਨੂੰ ਧਿਆਨ ਦਿੱਤਾ ਜਾਵੇ। ਹੁਣ ਦੇਖੋ ਅਗਲੇ ਸਾਲ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਥੋੜ੍ਹਾ ਜਿਹਾ ਮੈਂ ਦੱਸਦੇ ਹਾਂ ਕਿ ਉਹ ਜੋ ਭੈਣ ਜੀ ਹੁਣਾਂ ਦਾ ਕਹਿਣਾ ਉਹ ਇਹ ਆ ਕਿ ਇੱਕ ਖੱਬੇ ਪਾਸੇ ਝੋਲਾ ਲਮਕਾ ਕੇ ਜੋ ਕਾਮਰੇਡ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਨਾਸਤਿਕਵਾਦ ਦੀਆਂ ਕਿਤਾਬਾਂ ਵੰਡਿਆ ਕਰਦੇ ਸਨ, ਪੁਰਾਣੇ ਸਮੇਂ 'ਚ ਅਕਸਰ ਸੁਣਿਆ ਜਾਂਦਾ ਰਿਹਾ, ਅਤੇ ਲੋਕਾਂ ਨੂੰ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਆਪਣੇ ਕੇਸ ਮਨਾਉਣ ਲਈ ਪ੍ਰੇਰਿਤ ਕਰਨਾ, ਇੱਥੋਂ ਤੱਕ ਕਿ ਇੱਕ ਬੀੜੀ ਕਲਚਰ ਵੀ ਪੈਦਾ ਕਰਨਾ ਕਿ ਇਹ ਸਿਗਰਟਾਂ ਪੀਓ, ਇਸ ਪਾਸੇ ਵੀ ਲਾਉਣਾ, ਇਸ ਚੀਜ਼ ਕਰਕੇ। ਬਾਕੀ ਜਿਹੜਾ ਕੋਈ ਨਕਸਲਵਾਦ ਬਾਰੇ ਆ, ਠੀਕ ਹੈ ਕੁਛ ਥਾਵਾਂ ਦੇ ਉੱਤੇ ਉਹਨਾਂ ਦੀ ਮੂਵਮੈਂਟ ਚੱਲ ਰਹੀ ਆ, ਉਹਨਾਂ 'ਤੇ ਗ੍ਰੀਨ ਹੰਡ ਡਿਪਰੈਸ਼ਨ ਵੀ ਚਲਾ ਰਿਹਾ, ਉਹ ਇੱਕ ਚੀਜ਼ ਵੱਖਰੀ ਆ। ਪਰ ਪੰਜਾਬ ਦੇ ਵਿੱਚ ਜੋ ਕੁਛ
ਇਹਨਾਂ ਕਾਮਰੇਡਾਂ ਨੇ ਮਾਰੂ ਅਸਰ ਪਾਇਆ, ਹਾਂਜੀ ਉਹਦੀ ਮੁਖਾਲਫਤ ਜ਼ਰੂਰ ਕਰਨੀ ਚਾਹੀਦੀ। ਹਾਂਜੀ ਹਾਂਜੀ ਜੀ, ਕਿਉਂਕਿ ਹੁਣ ਦੇਖੋ ਅਸੀਂ ਇੱਥੇ ਆਉਂਦੇ ਹਾਂ ਸਾਡੇ ਬਾਣੇ ਅਤੇ ਦਸਤਾਰਾਂ 'ਤੇ ਇਹਨਾਂ ਨੂੰ ਹੁੰਦਾ ਤੁਹਾਡੀਆਂ ਦਸਤਾਰਾਂ ਐਵੇਂ ਨੇ, ਮਤਲਬ ਜਾਣ ਬੁੱਝ ਕੇ ਚੀਜ਼ਾਂ ਦੇ ਉੱਤੇ ਨਾ ਜਿਵੇਂ ਉਹਨਾਂ ਨੂੰ ਟੌਂਚ ਕਰਨਾ ਹੈ, ਉਹਨਾਂ ਨੂੰ ਤੁਸੀਂ ਹਾਂਜੀ ਜਾਣ ਕੇ ਟਾਰਗੇਟ ਕਰਨਾ ਕਿ ਤੁਸੀਂ ਉਸ ਗੱਲ ਦੇ ਵਿੱਚ ਮਾਣ ਨਾ ਮਹਿਸੂਸ ਕਰੋ। ਅਤੇ ਹੁਣ ਸਾਡੀ ਇਹ ਕੋਸ਼ਿਸ਼ ਹੈ, ਅਸੀਂ ਇਹ ਬੇਨਤੀ ਕਰਦੇ ਹਾਂ ਸੰਗਤਾਂ ਅੱਗੇ ਕਿ ਦੇਖੋ ਹੁਣ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਅਸੀਂ ਚਾਹੁੰਦੇ ਹਾਂ ਕਿ ਮਹਾਰਾਜ ਦੇ ਇਸ ਪ੍ਰਕਾਸ਼ ਦਿਹਾੜੇ 'ਤੇ ਸਾਡੇ ਡਿਪਾਰਟਮੈਂਟ ਦੀ ਓਵਰਹੌਲਿੰਗ ਹੋਵੇ, ਇਹ ਹੋਵੇ ਕਿ ਇਸ ਡਿਪਾਰਟਮੈਂਟ ਦਾ ਸਾਰਾ ਢਾਂਚਾ ਬਦਲ ਕੇ ਇੱਕ ਐਵੇਂ ਦਾ ਨਵਾਂ ਢਾਂਚਾ ਸਿਰਜਿਆ ਜਾਵੇ ਕਿ ਜਿਸ ਵਿੱਚੋਂ ਇੱਕ ਸੀਰੀਅਸ ਰਿਸਰਚ ਪੈਦਾ ਹੋ ਸਕੇ, ਅਤੇ ਜਿਹਦੇ ਵਿੱਚੋਂ ਜੋ ਮੈਂ ਅੱਗੇ ਆਪ ਜੀ ਨੂੰ ਦੱਸਿਆ ਹੈ ਕਿ ਕੋਈ ਸੰਜੀਦਗੀ ਦੇ ਕੋਈ ਸੰਜੀਦਗੀ ਵਾਲੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣ, ਤਾਂ ਕਿ ਪੰਥ ਨੂੰ ਕੋਈ ਜੋ ਵਿਵਾਦਾਂ ਵਿੱਚ ਜੋ ਅਸੀਂ ਫਸੇ ਹੋਏ ਹਾਂ। ਇਸ ਤਰ੍ਹਾਂ ਵੀ ਮਹਿਸੂਸ ਕਰਦੇ ਹੋ ਕਿ ਸਿੱਖ ਅਦਾਰੇ ਖੁਦ ਆਪ ਇੰਨੀ ਮਜ਼ਬੂਤੀ 'ਚ ਆ ਜਾਣ, ਅਤੇ ਜੋ ਕੁਛ ਤੁਸੀਂ ਇੱਥੇ ਸਰਕਾਰੀ ਯੂਨੀਵਰਸਿਟੀਆਂ 'ਚ ਤਰਸ ਰਹੇ ਹੋ ਇਸ ਪੜ੍ਹਾਈ ਬਾਰੇ, ਹਾਂਜੀ ਇੱਕ ਤਾਂ ਬੜੇ ਐਲ ਕੇ ਜੀ ਤੋਂ ਸ਼ੁਰੂ ਹੋ ਕੇ ਇਸ ਪੱਧਰ ਤੱਕ ਪਹੁੰਚਣਾ, ਹਾਂਜੀ ਅਤੇ ਫਿਰ ਅਜਿਹੇ ਲੋਕਾਂ ਨੂੰ ਫੇਸ ਕਰਨਾ, ਹਾਂਜੀ ਇਹ ਘਾਟ ਮਹਿਸੂਸ ਤੁਹਾਡੀ ਸਿੱਖ ਸੰਸਥਾਵਾਂ ਤੱਕ ਕੀ ਕਹਿਣਾ ਤੁਹਾਡਾ? ਹਾਂਜੀ ਇਹ ਗੱਲ ਆਪ ਜੀ ਦੀ ਬਿਲਕੁਲ ਸਹੀ ਹੈ ਕਿ ਅਗਰ ਸਾਡੀਆਂ ਸਿੱਖ ਸੰਸਥਾਵਾਂ ਹੀ ਇੰਨੀਆਂ ਸਟਰੋਂਗ ਹੋ ਜਾਣ ਅਤੇ ਸਾਡੇ ਬੱਚਿਆਂ ਨੂੰ ਇਸ ਗੱਲ ਦੀ ਲੋੜ ਨਾ ਪਵੇ। ਪਰ ਹੁਣ ਪ੍ਰੋਬਲਮ ਇਹੀ ਹੈ ਨਾ ਕਿ ਸਰਕਲ ਟੁੱਟ ਚੁੱਕਿਆ ਹੈ, ਸਿੱਖ ਸੰਸਥਾਵਾਂ ਵਿੱਚ ਜਿਹੜੇ ਬੰਦਿਆਂ ਨੇ ਪੜ੍ਹਾਉਣਾ ਹੈ ਜਾ ਕੇ, ਤੁਸੀਂ ਦੇਖੋ ਕਿ ਹੁਣ ਵਰਲਡ ਦੇ ਵਿੱਚ ਜਿਹੜੀ ਇੱਕ ਵੈਸਟ ਦੀ ਡੋਮੀਨੈਂਸ ਆ ਨਾ, ਉਹਨੂੰ ਤੋੜਨ ਲਈ ਆਪਾਂ ਨੂੰ ਇਹਨਾਂ ਦਾ ਵੈਸਟਰਨ ਫਿਲੋਸਫੀ ਇਹ ਸਾਰਾ ਸਿਲੇਬਸ ਵੀ ਪੜ੍ਹਨਾ ਪਏਗਾ। ਹੁਣ ਉਹ ਪੜ੍ਹਨ ਲਈ ਤਾਂ ਆਪਾਂ ਨੂੰ ਇਹਨਾਂ ਦੀ ਸਪੋਰਟ ਚਾਹੀਦੀ ਹੈ ਨਾ, ਇਹ ਸਿਲੇਬਸ ਦੀ ਲੋੜ ਹੈ। ਸੋ ਇਸ ਕਰਕੇ ਉਹ ਨਹੀਂ ਹੋ ਰਿਹਾ, ਫਿਰ ਉੱਥੇ ਜਿਹੜੇ ਸਾਡੇ ਸਿੱਖ ਸੰਸਥਾਵਾਂ ਵਿੱਚ ਜਾ ਕੇ ਜਿਹੜੇ ਬੰਦੇ ਪੜ੍ਹਾਉਣ ਲੱਗ ਵੀ ਰਹੇ ਨੇ, ਉਹਨਾਂ ਦਾ ਘੇਰਾ ਫਿਰ ਇੰਨਾ ਵਿਸ਼ਾਲ ਨਾ ਹੋ ਕੇ ਉਹ ਚੀਜ਼ ਫਿਰ ਪੂਰੀ ਤਰ੍ਹਾਂ ਹੋ ਨਹੀਂ ਪਾ ਰਹੀ। ਉੱਥੇ ਆਪਣੇ ਬੱਚਿਆਂ ਨੂੰ ਜੋ ਸੇਧ ਮਿਲਣੀ ਚਾਹੀਦੀ ਆ ਵਰਲਡ ਦੇ ਥੋਟ ਦੇ ਨਾਲ ਰਹਿ ਕੇ, ਉਹ ਚੀਜ਼ ਮਿਲ ਨਹੀਂ ਪਾ ਰਹੀ, ਇਹ ਕਾਰਨ ਹੈ। ਸੋ ਇਸ ਕਰਕੇ ਇਹ ਜੀ ਇਹ ਸਾਡੀ ਸਾਰੀ ਬੇਨਤੀ ਆ ਕਿ ਹੁਣ ਸਾਡੀਆਂ ਹੁਣ ਇਹੀ ਤਿੰਨ ਮੇਨ ਮੰਗਾਂ ਸਾਡੀਆਂ ਇਹੀ ਨੇ ਕਿ ਪਹਿਲੀ ਗੱਲ ਤਾਂ ਸਾਡਾ ਪੇਪਰ ਰੀਕੰਡਕਟ ਹੋਵੇ, ਪਰ ਉਹ ਪੇਪਰ ਰੀਕੰਡਕਟ ਹੋਵੇ ਐਕਸਟਰਨਲ ਸੁਪਰਵਿਜ਼ਨ ਦੇ ਤਹਿਤ, ਅਤੇ ਦੂਸਰੀ ਗੱਲ ਸਾਡੀ ਮੇਨ ਇਹ ਆ ਕਿ ਇਹ ਜੋ ਵੀ ਇਹਦੇ ਵਿੱਚ ਜਿੰਨੇ ਵੀ ਬੰਦੇ ਇਨਵੋਲਵਡ ਸੀ ਨਾ, ਉਹਨਾਂ ਬੰਦਿਆਂ ਨੂੰ ਬਣਦੀ ਸਜ਼ਾ ਮਿਲ ਸਕੇ, ਹਾਂਜੀ ਕਾਰਵਾਈ ਹੋਵੇ। ਅਤੇ ਤੀਸਰੀ ਗੱਲ ਇਹ ਆ ਕਿ ਜਿਹੜੇ ਸਾਡੇ ਓਫੀਸ਼ੀਏਟਿੰਗ ਹੈੱਡ ਨੇ ਨਾ, ਇਹ ਪਹਿਲਾਂ ਰਿਸਰਚ ਕਰਦੇ ਸੀ, ਇਹਨਾਂ ਨੂੰ ਫਿਰ ਤੋਂ ਯੂਨੀਵਰਸਿਟੀ ਰਿਸਰਚ ਵਾਲੇ ਕੰਮ 'ਚ ਭੇਜ ਦੇਵੇ, ਕਿਉਂਕਿ ਉਹਦੇ ਨਾਲ ਇਹ ਵੀ ਸੌਖੇ ਅਤੇ ਅਸੀਂ ਵੀ ਸੌਖੇ। ਅਦਰਵਾਈਜ਼ ਸਾਡਾ ਪੇਪਰ ਰੀਕੰਡਕਟ ਹੋ ਜਾਣਾ ਸਾਡੀ ਪ੍ਰੋਬਲਮ ਦਾ ਹੱਲ ਨਹੀਂ ਹੈ। ਸਾਡੀ ਪ੍ਰੋਬਲਮ ਦਾ ਹੱਲ ਇਹ ਹੈ ਕਿ ਇਸ ਵਿਭਾਗ ਦਾ ਕੋਈ ਇਸ ਤਰ੍ਹਾਂ ਦਾ ਮੁਖੀ ਲਾਇਆ ਜਾਵੇ ਜੋ ਇੱਥੇ ਕੋਈ ਇੰਟਲੈਕਚੁਅਲ ਕੋਈ ਮੋਟੀਵੇਟਿੰਗ ਇਨਵਾਇਰਮੈਂਟ ਪੈਦਾ ਕਰ ਸਕਣ ਅਤੇ ਉਹ ਯੋਗ ਹੋਣ ਤਾਂ ਕਿ ਇੱਥੋਂ ਕੋਈ ਸੀਰੀਅਸ ਗੱਲਾਂ ਨਿਕਲ ਕੇ ਸਾਹਮਣੇ ਆਉਣ। ਹਾਂਜੀ ਇਹ ਜਿਹੜੀ ਗੱਲਬਾਤ ਭੈਣ ਜੀ ਅਵਨੀਤ ਕੌਰ ਹੁਣਾਂ ਨਾਲ ਕੀਤੀ ਜੋ ਐਮਫਿਲ ਲਈ ਅਪਲਾਈ ਕਰ ਰਹੇ ਸਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਪਰ ਉਹਨਾਂ ਜੋ ਕੁਛ ਮਾਹੌਲ ਦੱਸਿਆ, ਇਕੱਲਾ ਇਹ ਨਹੀਂ ਗਾ ਕਿ ਉਹਨਾਂ ਨੂੰ ਇੱਥੇ ਸੀਟ ਨਹੀਂ ਮਿਲ ਸਕੀ, ਉਹਦੇ ਪਿੱਛੇ ਕੀ ਕਾਰਨ ਰਹੇ ਉਹ ਵੀ ਸਾਰਾ ਉਹਨਾਂ ਨੇ ਡਿਫਾਈਨ ਕਰ ਦਿੱਤਾ। ਪਰ ਦੁੱਖ ਦੀ ਗੱਲ ਆ ਕਿ ਉੱਥੇ ਉਸ ਵਿਭਾਗ ਦੇ ਵਿੱਚ ਕੀ ਕੁਛ ਵਾਪਰ ਰਿਹਾ, ਇਹ ਗੱਲਾਂ ਕੋਈ ਚੰਗੀਆਂ ਨਹੀਂ, ਸਿੱਖੀ ਦੇ ਖਿਲਾਫ ਜਾਂਦੀਆਂ ਗੱਲਾਂ, ਜੋ ਕੁਛ ਉੱਥੇ ਮਾਹੌਲ ਬਣਿਆ ਹੋਇਆ ਉਹ, ਇਹ ਤਾਂ ਹੈ ਨਹੀਂ ਗਾ ਕਿ ਕੋਈ ਦੁਖੀ ਹੋ ਕੇ ਕੋਲੋਂ ਬਣਾ ਕੇ ਗੱਲਾਂ ਕਰ ਰਿਹਾ ਹੋਵੇ। ਸੋ ਇਹ ਆ ਕਿ ਜਿਹੜੇ ਸਟੂਡੈਂਟਸ ਨੇ ਮੇਰੇ ਨਾਲ ਹੋਰ ਵੀ ਬੈਠੇ ਆ, ਪਰ ਸਮਾਂ ਇੰਨਾ ਕਿਹਾ ਕਿ ਅਸੀਂ ਭੈਣ ਜੀ ਅਮਨੀਤ ਕੌਰ ਹੋਣਾ ਨਾਲ ਹੀ ਗੱਲ ਕਰ ਰਹੇ ਹਾਂ, ਤਕਰੀਬਨ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ। ਇਹ ਵਿਦਿਆਰਥੀ ਹੈ, ਸਿੱਖ ਵਿਦਿਆਰਥੀ ਇਹ ਨਾ ਮਹਿਸੂਸ ਕਰਨ ਕਿ ਇਹ ਇਕੱਲੇ ਆ, ਸਾਰੇ ਇਹਨਾਂ ਦਾ ਸਾਥ ਦੇਣ ਜਿੱਥੇ ਵੀ ਲੋੜ ਪਵੇ ਕਿਸੇ ਤਰ੍ਹਾਂ ਦੇ ਦਬਾਅ ਦੀ, ਜਿਵੇਂ ਕਿ ਇਹਨਾਂ ਨੂੰ ਉਹ BOC ਦੀ ਗੱਲ ਤੁਸੀਂ ਕੀਤੀ, ਇਹਨਾਂ ਨੂੰ ਯੂਨੀਵਰਸਿਟੀ ਤੋਂ ਕੱਢਣ ਦੀ ਗੱਲ ਜਿਹੜੀ ਆ ਉਸ ਪਾਸੇ ਵੀ ਤੋਰੀ ਗਈ, ਪਰ ਜੇ ਸਿੱਖ ਸਮੂਹ ਇਹਨਾਂ ਨਾਲ ਹੋਣ ਤਾਂ ਅਜਿਹੀ ਗੱਲ ਕਦੇ ਨਹੀਂ ਵਾਪਰ ਸਕਦੀ। ਜਦਕਿ ਜਿੱਥੇ ਇਹਨਾਂ ਦੇ ਹੱਕ ਦੀ ਗੱਲ ਆ ਜਾਂਦੀ ਆ ਉੱਥੇ ਸਾਰਿਆਂ ਨੂੰ ਡਟਣਾ ਚਾਹੀਦਾ। ਅਤੇ ਮੈਂ ਆਸ ਕਰਦਾ ਕਿ ਤੁਸੀਂ ਇਸ ਗੱਲਬਾਤ ਨੂੰ ਜ਼ਰੂਰ ਅੱਗੇ ਤੋਰੋ। ਜਿਹੜੇ ਸਿੱਖ ਵਿਦਵਾਨ ਨੇ ਉਹ ਇਸ ਬਾਬਤ ਡੂੰਘੀ ਦਿਲਚਸਪੀ ਵਿਖਾਉਣ,
ਸਿੱਖ ਬੁੱਧੀਜੀਵੀਆਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਝਾਤੀ ਮਾਰਨ ਕਿ ਯੂਨੀਵਰਸਿਟੀਆਂ ਦੇ ਵਿੱਚ, ਅਤੇ ਖਾਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕੀ ਕੁਛ ਵਾਪਰ ਰਿਹਾ ਧਰਮ ਅਧਿਐਨ ਵਿਭਾਗ ਦੇ ਵਿੱਚ। ਹੁਣ ਇੱਥੇ ਮੈਨੂੰ ਗੱਲ ਯਾਦ ਆਈ ਕਿ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਵਿੱਚ ਆਈ ਤਾਂ ਉਸ ਵੇਲੇ ਦੇ ਜਨ ਸੰਘੀਆਂ ਨੇ ਇਸ ਦੇ ਨਾਮ ਨੂੰ, ਜੋ ਪਹਿਲੀ ਪਾਤਸ਼ਾਹ ਦੇ ਨਾਮ 'ਤੇ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ, ਉਦੋਂ ਵੀ ਵਿਰੋਧ ਜਿਤਾਇਆ ਸੀ, ਵੱਡੇ ਪੱਧਰ 'ਤੇ ਵਿਰੋਧ ਜਿਤਾਇਆ ਸੀ। ਉਹ ਥੋਟ ਹੈ ਜਿਹੜਾ ਕਿਸੇ ਵੇਲੇ ਹਿੰਦੂਤਵ ਹੋਵੇ ਜਾਂ ਨਾਸਤਕਵਾਦ 'ਚ ਕਾਮਰੇਡੀ ਰੂਪ ਹੋਵੇ, ਉਹ ਅੱਜ ਵੀ ਆਪਣਾ ਅਸਰ ਵਿਖਾ ਰਿਹਾ, ਅਤੇ ਉਸ ਦੇ ਪੀੜਤ ਇਹ ਸਿੱਖ ਬੱਚੇ ਬਣ ਰਹੇ ਆ, ਸਿੱਖ ਬੀਬੀਆਂ ਬੱਚੀਆਂ ਇਸ ਦੀ ਪੀੜਤ ਬਣ ਰਹੀਆਂ ਨੇ ਮਾੜੀ ਗੱਲ ਦੀ। ਸੋ ਮੈਂ ਆਸ ਕਰਦਾ ਕਿ ਤੁਸੀਂ ਇਸ ਗੱਲਬਾਤ ਨੂੰ ਇੰਜ ਵੇਖੋਗੇ ਕਿ ਕੱਲ੍ਹ ਨੂੰ ਤੁਹਾਡਾ ਬੱਚਾ ਇਸ ਯੂਨੀਵਰਸਿਟੀ ਲੈਵਲ ਤੱਕ ਪਹੁੰਚੇ ਜੋ ਗੁਰ ਸਿੱਖਿਆ, ਅਤੇ ਉਸ ਨੂੰ ਜੇ ਸਭ ਕੁਛ ਇਹ ਨਹੀਂ ਸੁਧਰਿਆ ਤਾਂ ਉਸ ਨੂੰ ਇਹ ਸਭ ਕੁਝ ਫੇਸ ਕਰਨਾ ਪੈ ਸਕਦਾ। ਗੱਲਬਾਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਆਵਾਜ਼।